यूके ਅਤੇ ਯੂਰਪ ਦੇ ਸਾਰੇ ਦਰਸ਼ਕਾਂ ਦਾ ਅਸੀਂ ਇਸ ਸਾਡੇ ਖਾਸ ਪ੍ਰੋਗਰਾਮ ਲੁਧਿਆਣਾ ਸਪੈਸ਼ਲ ਦੇ ਵਿੱਚ ਸਵਾਗਤ ਕਰਦੇ ਹਾਂ। ਜਿਵੇਂ ਕਿ ਸਾਡੇ ਸਰਪ੍ਰਸਤ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਰਾਹੀਂ ਅੱਜ ਇੱਥੇ ਮੌਜੂਦ ਸਾਰੀ ਅਹਿਮ ਸ਼ਖਸੀਅਤਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਨਾਲ ਬੈਠੇ ਨੇ ਹਰਸੁਰਿੰਦਰ ਸਿੰਘ, ਐਗਜ਼ੀਕਿਊਟਿਵ ਕਮੇਟੀ ਮੈਂਬਰ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਦੇ ਨਾਲ ਹੀ ਮੇਰੇ ਨਾਲ ਬੈਠੇ ਨੇ ਸ਼੍ਰੀ SR ਕਲੇ, ਜੋ ਕਿ ਇਸ ਵੇਲੇ ਮੌਜੂਦਾ MLA ਨੇ ਜਗਰਾਓ ਦੇ। ਇਹਨਾਂ ਦੀ ਗੱਲ ਕਰੀਏ ਤਾਂ ਇਹ ਆਪਣੀ ਕੜੀ ਮਿਹਨਤ ਤੇ ਮਸ਼ਕਤ ਦੇ ਨਾਲ ਪਹਿਲਾਂ ਨਾਇਬ ਤਹਿਸੀਲਦਾਰ, ਫਿਰ ਤਹਿਸੀਲਦਾਰ, ਫਿਰ SDM, ਉਸ ਤੋਂ ਬਾਅਦ ADC ਰਹੇ। ਉਸ ਤੋਂ ਬਾਅਦ ਜਨਤਾ ਨੇ ਆਪਣੇ ਕੀਮਤੀ ਵੋਟ ਪਾ ਕੇ ਇਹਨਾਂ ਨੂੰ ਆਪਣੇ ਹਲਕੇ ਦਾ MLA ਬਣਾਇਆ। ਉਸ ਤੋਂ ਬਾਅਦ ਉਹਨਾਂ ਦੇ ਨਾਲ ਹੀ ਬੈਠੇ ਨੇ ਗੁਰਚਰਨ ਸਿੰਘ ਗਰੇਵਾਲ ਜੀ, ਜੋ ਕਿ ਪ੍ਰਧਾਨ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਜਗਰਾਓ ਦੇ ਮੈਂਬਰ ਵੀ ਨੇ। ਉਹਨਾਂ ਦੇ ਨਾਲ ਹੀ ਬੈਠੇ ਨੇ ਹਰਪਾਲ ਸਿੰਘ ਹੰਸ ਜੀ। ਹਰਪਾਲ ਸਿੰਘ ਹੰਸ, ਉਹਨਾਂ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਇਹ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ। ਅਤੇ ਉਹਨਾਂ ਦੇ ਨਾਲ ਹੀ ਬੈਠੇ ਨੇ ਅਜੀਤ ਸਿੰਘ ਠਕੁਰਾਲ, ਜੋ ਕਿ ਮਿਊਂਸੀਪਲ ਕੌਂਸਲਰ ਨੇ। ਅਤੇ ਉਹਨਾਂ ਦੇ ਨਾਲ ਹੀ ਸਾਡੇ ਦੇਹਾਤ ਤੋਂ ਪਿੰਡਾਂ ਦੀ ਸਮੱਸਿਆਵਾਂ ਨੂੰ ਲੈ ਕੇ ਸਾਡੇ ਕੋਲ ਹਰਚਰਨ ਸਿੰਘ ਜੀ ਪਹੁੰਚੇ ਨੇ, ਜੋ ਕਿ ਇੱਕ ਪਿੰਡ ਦੇ ਸਰਪੰਚ ਨੇ। ਅਤੇ ਉਹਨਾਂ ਦੇ ਨਾਲ ਹੀ ਸਾਡੇ ਬੜੇ ਹੀ ਜਾਣੇ ਮਾਨੇ ਅਤੇ ਹਰਮਨ ਪਿਆਰੇ ਅਮਨਜੀਤ ਸਿੰਘ ਖਹਿਰਾ ਜੀ ਵੀ ਇੱਥੇ ਪਹੁੰਚੇ ਨੇ, ਜੋ ਕਿ ਵਿਸ਼ੇਸ਼ ਤੌਰ 'ਤੇ UK ਤੋਂ ਸਮੁੰਦਰ ਪਾਰ ਕਰਕੇ ਸਾਡੇ ਇੰਡੀਆ ਦੇ ਵਿੱਚ ਆਏ ਨੇ, ਇੱਥੇ ਦੀਆਂ ਸਮੱਸਿਆਵਾਂ ਅਤੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਇੱਥੇ ਪਹੁੰਚੇ ਨੇ। ਅਤੇ ਆਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਧਾਰਮਿਕ ਪੱਖ ਦੀ। ਤਾਂ ਧਾਰਮਿਕ ਪੱਖ ਦੀ ਗੱਲ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਾਡੇ ਬੜੇ ਹੀ ਅਜ਼ੀਜ਼ ਗੁਰਚਰਨ ਸਿੰਘ ਗਰੇਵਾਲ ਜੀ ਹੋਣਾ ਨੀ, ਜੋ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਹਲਕਾ ਜਗਰਾਓ ਤੋਂ। ਸਭ ਤੋਂ ਪਹਿਲਾਂ ਗਰੇਵਾਲ ਸਾਹਿਬ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੇਵਾਲ ਸਾਹਿਬ, ਜਿਵੇਂ ਕਿ ਸਾਨੂੰ ਦੱਸਿਆ ਗਿਆ ਕਿ ਤੁਸੀਂ ਪ੍ਰਧਾਨ ਹੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ। ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਐਸੀ ਫੈਡਰੇਸ਼ਨ ਜਿਹੜੀ ਯੂਥ ਨੂੰ ਅਗਾਂਹ ਲੈ ਕੇ ਚੱਲਦੀ ਹੈ। ਸਾਡੇ UK ਅਤੇ ਯੂਰਪ ਦੇ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ ਕਿ ਯੂਥ ਨੂੰ ਲੈ ਕੇ ਅਤੇ ਸਿੱਖੀ ਨੂੰ ਲੈ ਕੇ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਦਮ ਉਠਾ ਰਹੀ? ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਸਿੱਖ ਚੈਨਲ, ਜਿਹਦੇ ਦੁਆਰਾ ਅਸੀਂ ਸਾਰੇ ਦੁਨੀਆਂ 'ਚ ਦੂਰ ਦੁਰਾਡੇ ਸੱਤ ਸਮੁੰਦਰੋਂ ਪਾਰ ਵੱਸਦੇ ਸਾਡੇ ਸਿੱਖ ਭਰਾਵਾਂ ਨਾਲ, ਪੰਜਾਬੀਆਂ ਨਾਲ ਅਸੀਂ ਰੂਬਰੂ ਹੋ ਰਹੇ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਇਸ ਚੈਨਲ ਦੀ ਇਸ ਬੁਲੰਦੀ 'ਤੇ ਪਹੁੰਚਣ 'ਤੇ ਮੈਂ ਇਸ ਚੈਨਲ ਨੂੰ ਵਧਾਈ ਦਿੰਦਾ, ਬਲ ਸਾਹਿਬ ਨੂੰ ਅਤੇ ਹੋਰ ਸਾਰੇ ਉਹਨਾਂ ਦੇ ਸਾਰੀ ਟੀਮ ਨੂੰ। ਅਤੇ ਉਸ ਤੋਂ ਬਾਅਦ ਜਿਹੜੇ ਸਮੇਂ ਸਿਰ ਉਹਨਾਂ ਨੇ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ, ਨੌਜਵਾਨਾਂ ਦੇ ਮਸਲਿਆਂ ਨੂੰ ਲੈ ਕੇ, NRI ਦੇ ਮਸਲਿਆਂ ਨੂੰ ਲੈ ਕੇ ਅਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜੋ ਇਹ ਵਿਚਾਰ ਵਟਾਂਦਰਾ, ਜੋ ਆਪਸੀ ਸਾਂਝ ਬਣਾਈ ਹੈ, ਇਹ ਇੱਕ ਬਹੁਤ ਹੀ ਲਾਮਸਾਲ ਹੈ, ਜਿਹੜੀ ਕਿ ਸਾਡੇ ਲਈ ਸਮੇਂ ਦੀ ਬੜੀ ਵੱਡੀ ਜ਼ਰੂਰਤ ਸੀ। ਸੋ ਸਤਵਿੰਦਰ ਜੀ, ਤੁਸੀਂ ਬਹੁਤ ਸੋਹਣਾ ਵਿਚਾਰ ਰੱਖਿਆ ਕਿ ਅੱਜ ਦੇ ਸਮੇਂ ਦੀ ਲੋੜ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਹੈ, ਜਿਹਨੇ ਹਮੇਸ਼ਾ ਹੀ ਸਾਡੇ ਆਉਣ ਵਾਲੇ ਸਮੇਂ ਨੂੰ ਉਹਨਾਂ ਨੇ ਬਾਗਡੋਰ ਸੰਭਾਲਣੀ ਹੈ ਅਤੇ ਉਹਨਾਂ ਦੀ ਫਿਕਰਮੰਦੀ ਹਰ ਕੌਮ ਨੂੰ ਹੋਇਆ ਕਰਦੀ ਹੈ। ਸੋ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਹੈ, ਇਸ ਬਾਰੇ ਤੁਸੀਂ ਸਾਰੇ ਲੋਕ ਬਖੂਬੀ ਜਾਣਦੇ ਹੋ ਕਿ ਇਹ ਜਥੇਬੰਦੀ ਜਿਹੜੀ ਕੌਮ ਦਾ ਹਰਿਆਵਲ ਦਸਤਾ, ਸਮੇਂ ਸਮੇਂ ਸਿੱਖ ਕੌਮ 'ਤੇ ਬਣੀਆਂ ਭੀੜਾਂ, ਸਿੱਖ ਕੌਮ 'ਤੇ ਹੋਏ ਹੱਲੇ ਅਤੇ ਉਹਨਾਂ ਦੇ ਜਵਾਬ ਦੇਣ ਲਈ ਹਰ ਮਸਲੇ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਉਹ ਆਪਣਾ ਰੋਲ ਅਦਾ ਕਰਦੀ ਆਈ ਹੈ। ਉਹ ਇਕੱਲੇ ਤੌਰ 'ਤੇ ਨਹੀਂ, ਸਮੇਂ ਸਮੇਂ ਜਿਹੜੀਆਂ ਧਾਰਮਿਕ ਸਾਡੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਆਸ਼ੀਰਵਾਦ ਨਾਲ, ਲੋਕਾਂ ਦੀ ਸਹਿਮਤੀ ਨਾਲ ਤੇ ਤੁਹਾਡੇ ਵਰਗੇ ਵੀਰਾਂ ਦੇ ਸਹਿਯੋਗ ਨਾਲ ਇਹ ਜਿਹੜਾ ਪਿਛਲੇ ਸਮੇਂ ਦੀ ਇਹ ਮੁਹਿੰਮਾਂ ਜਿਹੜੀਆਂ ਚੱਲਦੀਆਂ ਰਹੀਆਂ ਜੀ। ਗਰੇਵਾਲ ਸਾਹਿਬ, ਮੈਂ ਇੱਥੇ ਤੁਹਾਡੇ ਸ਼ਬਦਾਂ ਨੂੰ ਵਿਰਾਮ ਦੇਣਾ ਚਾਹਾਂਗਾ ਤੇ ਮੈਂ ਇੱਕ ਸਵਾਲ ਕਰਨਾ ਚਾਹਾਂਗਾ। ਜਿਹੜੇ ਸਾਡੇ UK ਤੇ ਯੂਰਪ ਦੇ ਜਿਹੜੇ ਸਾਡੀ ਸੰਗਤ ਹੈ ਉਹਨਾਂ ਵੱਲੋਂ ਇਹ ਸਵਾਲ ਹੈ ਕਿ ਪਿਛਲੇ ਦਿਨੀ ਭਾਈ ਰਾਜੋਵਾਲਾ ਦੀ ਫਾਂਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਹਨੇਰੀ ਚੁੱਲੀ, ਜਗ੍ਹਾ ਜਗ੍ਹਾ ਦੇ ਉੱਪਰ ਰੋਸ ਮੁਜ਼ਾਹਰੇ ਕੀਤੇ ਗਏ, ਵਿਰੋਧ ਧਰਨੇ ਦਿੱਤੇ ਗਏ, ਇਹਦੇ ਬਾਰੇ ਇਸ ਚੀਜ਼ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਪੱਖ ਰਿਹਾ? ਸੁਰਿੰਦਰ ਜੀ, ਬਹੁਤ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਤੌਰ ਤੇ ਕਹਿੰਦੇ ਹਾਂ। ਇਹ ਕੋਈ ਪਹਿਲਾ ਇਸ਼ੂ ਨਹੀਂ ਗਾ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਰੋਲ ਅਦਾ ਕੀਤਾ। ਪਿਛਲੇ ਦਿਨਾਂ ਦੇ ਅੰਦਰ ਸਾਨੂੰ ਵੀ ਯਾਦ ਹੈ, ਅਸੀਂ ਜਦੋਂ ਦਰਬਾਰ ਸਾਹਿਬ ਤੋਂ ਫੜੇ ਗਏ ਜੋਧਪੁਰ ਦੀ ਜੇਲ੍ਹਾਂ ਵਿੱਚ ਰਹੇ ਤਾਂ ਇੱਕੋ ਇੱਕ ਐਸੀ ਸੰਸਥਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਤੱਕ ਪਹੁੰਚਦੀ ਸੀ।
साढ़े मां बाप भी शायद उस तक ना पहुंचते रहे उन्हें काल कोठड़िया तक, पर श्रोमणी गुरुद्वारा प्रबंधक कमेटी ने अपना रोल पिछले समय बहुत चंगा अदा किया। सो अज भी मैं देखा कि जिथे साढ़े सिख नौजवानों के मसले आ जेलों के अंदर जां होर भी जिन्हें उसे श्रोमणी कमेटी उन्होंने लेंदी है। तो जिहड़ा विशेष करके जिहड़ा हुण साडी सिख भावना नाल जुड़िया मसला भाई बलवंत सिंह जी राजवाना जिहड़ा कि कौम के जिंदा शहीद के नाम के नाल उन्होंने श्री अकाल तख्त साहब ने सत्कार दिता, उन्होंने मामले में भी श्रोमणी कमेटी ने किसी तरह का कोई जिहड़ा पक्ष है वह पिछे नहीं रखा। उस दे परिवार नाल मिल के उन्हां नाल जिन्नी भी उन्हां दी यथाशक्त सी प्रोग्राम उन्हां दी मत करन दा उस दे इशू नूं अगे लैके जाण दा जिथों तक कि राष्ट्रपति तक उस गल नूं अगे पहुंचाउण दा उस दी मूवमेंट नूं खड़ा करन वास्ते श्रोमणी कमेटी वल्लों सारे ही गुरद्वारा साहिबान दे अंदर अरदास चढ़दी कला की अरदास की गई। अखंड पाठ साहब रखे गए जिन्हें भी लोड़ीदे प्रबंध सन उस मुहिम नूं चलाउण लई मैं समझदा कि श्रोमणी गुरुद्वारा प्रबंधक कमेटी ने बखूबी निभाई। जी गरेवाल साहब, समय समय सिर असी राजवाना साहब की फांसी की गल अते श्रोमणी गुरुद्वारा प्रबंधक कमेटी की गल असी करते रहांगे। फिलहाल साढ़े नाल इस वेले मौजूद ने एस आर कलेर जो कि एम एल ए ने साडे हल्के जगराओं के, इन्हां नाल भी गल करते हाँ हल्के के डिवेलपमेंट की अते पंजाब सरकार के वतीरे की। जी सब तो पहला तुहाडा बहुत स्वागत है जी सिख चैनल दे विच। सर सब तो पहला मैं एक क्वेश्चन करना चाहना है जो कि साढ़े यूके अते यूरोप दे विच संगतां ने जानने लिए इच्छुक ने पंजाब दे विच जो इस वेले हालात चलते पे ने डिवेलपमेंट के उहदे लई बादल सरकार दे आने वाले समय दे विच किस तरह दे प्रोग्राम ने। वाहिगुरु जी का खालसा, वाहिगुरु जी की फतेह। मैं बतौर MLA जगराओं 19 मार्च तो चार्ज लिया, 19 मार्च में मेरी सहु चक सैरेमनी सी। मैं दसना चाहता है कि पिछले 5 साल के पंजाब सरकार ने बहुत बड़ा विकास किया, इस करके लोगों ने हम दोबारा साहब प्रकाश सिंह बादल की सरकार जी है मुड़ के आई है। विकास जो है वो जे मैं कह कि सर्वपक्षी विकास होया है, किमें हर सैक्टर के विकास होया, जिमें एजुकेशन है, नवे नवे यूनिवर्सिटीज आई, नवे कॉलेज खोले गए, नवे हॉस्पिटल्स बने, यूनिवर्सिटीज नवी कायम की गई। उस तो अलावा जोड़े फ्लाईओवरस है, कम्यूनीकेशन जो ट्रांसपोर्टेशन सैटअप हैगा वो ज़्यादा बढ़िया किया, इंफ्रास्ट्रक्चर जोड़ा हैगा वो बहुत ज़्यादा इस वेले डिवेलप किया जा रहा है। तो लोगों ने विकास के नाँ के उत्ते ही इस वेले दोबारा सरकार बनाई है और आने वाले 5 साल के असी विकास भी तेज करना हैगा। वो नाल दे नाल ही असी जो एडमिनिस्ट्रेशन हैगी उन्हूं असी वधिया देना हैगा, यानी असी जो विकास है वह भी करना है, जो गुड गवर्नेंस जी है वह भी देनी है, असी लोगों नूं चंगा प्रशासन जिहड़ा हैगा आने वाले 5 सालों में देंगे। जी कलेर साहब, जिवें तुसीं एडमिनिस्ट्रेशन की गल की है तो जिस तरह कि सानू साढ़े बड़े सत्कारयोग हर सुरेंद्र सिंह गिल होना ने दस्या कि तुसीं पिछले समय दे विच सिविल सर्विसिज दे नाल भी जुड़े रहे हो। जी अजोके तौर दे विच सिविल सर्विसिज वालों सरकार दे नाल किस तरह का वर्तीरा किया जा रहा है, कि तुसीं संतुष्ट हो? इस तरह जी कि मैं 1990 तो PCS है, पंजाब सिविल सर्विसिज का अधिकारी हाँ, और मैं वक् वक् जगह के उत्ते वक् वक् पोस्टा के उत्ते काम किया, बतौर SDM भी किया, बतौर असिस्टेंट कलैक्टर सैकेंड ग्रेड फस्ट ग्रेड और ईवन कलैक्टर के तौर पर भी काम किया है, और उस तो अलावा अडिशनल डिप्टी कमिश्नर लुधियाना, अडिशनल डिप्टी कमिश्नर डिवेलपमेंट, अडिशनल चीफ एडमिनिस्ट्रेटर पुडा, वक्त पोस्टों के उत्ते काम करके मैं काफ़ी ज़्यादा जगह के काम करने तो बाद यह महसूस किया है कि सिविल सर्विसेज के भी काम करना बेसिकली सेवा है। काम जो भी आप करते हैं देखो बजुर्गों की एक देन है, तुम्हें एक सेध है। मैं समझा मेरे फादर साहब ने, मेरे पिता जी ने मैनु ये गल कही सी कि कोई भी काम किया जाए चाहे वह सरकारी है चाहे वह गैर सरकारी है, जे सेवा की भावना करांगे तो ज़्यादा चंगा है। मैं अपनी सर्विस बतौर तहसीलदार, बतौर SDM, बतौर ADC किसी भी पोस्ट से रहा है, तो मैं हमेशा ये कोशिश की है कि इन सेवा की भावना नाल किया जाए और हर एक का काम
मेरा मैं रिकॉर्ड तो कह सकता है हर एक का काम जो सही सी वो मैं हमेशा पहली बारी जदों को बंदा आया उस वेले मैं करता रहा हाँ। और हुण बतौर MLA ये मेरा पहला फर्ज बनता हैगा कि लोगों के काम काज जिहड़े हैगे आ वह पहल के आधार के उत्ते किए जाण, किस तरह की लोगों को कोई प्रॉब्लम ना आवे, समस्या ना आवे। जी कलेर साहब, मैं इत्थे तुहाडे शब्दों नूं विराम देना चाहवांगा। इस वेले साडे नाल UK तो एक कॉलर जुड़े ने, मैं चाहवांगा कि वह अपनी गलबात जिहड़ी है वह साडे मानयोग MLA साहब दे नाल करन। जी हेलो, हाँ जी जी, हेलो, हाँ जी, हाँ जी, हाँ जी वीर जी, वाहेगुरु जी खालसा वाहेगुरु जी की फतेह। वाहेगुरु जी का खालसा वाहेगुरु जी की फतेह। जी हाँ जी, ए जेड़े सारा सोने पंथ दे विचों जिन्ने भी सिंह बैठे आ, मैं इन्हां दा बहुत धन्नवाद करदी हां कि इन्हां नूं असीं सारे सुन रहे हां। पर मैं इन्हां तों पुछना चाहुंदी हां कि जिथे भी गल अज तक हुंदी आ कि बादल साहब ने आ कीता, साडी अपना पंजाब दी गवर्नमेंट ने आ कीता, किथे अज तक दस्सिया है कि की साडे सिंह जिहड़े जेलां विच रोल रहे आ, की जिहड़ियां साडियां शहीदियां हो रहियां, की जिहड़े हुण मुंडा शहीद होया इक डेंजरस दे विच पिया है, किसी ने इन्हां दी गल कीती आ? जदों वी होंदी हुण राती अपना साडे इत्थों गए नुमाइंदे अपना भाई साहब ने जाके उत्थे बीबी दी अपना राजीव साहब दी भैन दी पंथली भैन दी गल कीती, इंटरव्यू दे विच हक सी कि बाहर दी संगत दा नां लैके उन्हें कहा कि भाई साडे कोल हिसाब किताब पुछना संगत ने, ओ कौन हुंदा पुछण वाला? 17 साल हो गए साडे बच्चे नूं रोजां दे किसे ने अज तक नहीं कीता कि जाके कोई पुछे, अज उन्हां नूं पता नहीं किन्ने भेजे, तू भेजा सी, तू भेजा सी भी तू पुछण दा हक रखदा है? सानू चाहिदा है, सानू इत्थे इंसाफ चाहिदा, जिस तरह राजू वाले नूं इंसाफ चाहिदा है, बाहर दीआं संगतां इंसाफ चाहुंदियां ने। मैं बाहर दीआं संगतां दे अपना इक जुर्ग होते इक नुमाइंदा बोल रही हां, ते मैं पुछना चाहुंदी हां कि की जदों वी पंजाब दे विच कोई गल हुंदी आ साडे उहनां जिहड़े शहीद दे रोल हुंदा है, इन्ना कुछ साडे नाल हो गया, किसे ने गल कीती? साडे कारतक साहब ढा दिते गए, साडा छिंद दस्ता पापा के फाड़िया गया। जी बीबी जी, तुहाडी गल जिहड़ी है ओह साडे तक पूरे तरीके नाल पहुंच गई है। मैं इस वेले गल करना चाहवांगा गुरचरण सिंह गरेवाल जी हुणा तों कि साडे UK तों बीबी जी पुछ रहे ने कि जिवें साडे MLA साहब ने कहा कि बादल सरकार ने बहुत काम कीते ने, बहुत डिवेलपमेंट दे काम कीते ने, पर बीबी जी पुछना चाह रहे हैं कि कदे बादल सरकार ने इन्हां कम्मां तों अलावा उठ करके जिहड़े जेलां दे विच साडे सिख वीर बंद ने जां जिन्हां दे उपर झूठे केस पा के उन्हां नूं बंद कीता गया, कदे उन्हां दी सार लैण दी वी गल कीती है? की कहना चाहोगे? सब तों पहलां तां बीबी जी दे हिरदे विचों निकली जिहड़ी आवाज़ है ये सिखां दी आवाज़ है, तो हर सिख दे मन दे उत्ते जिहड़े हाले अले जख्म ने बिल्कुल दुरुस्त वो दर्द है। सो इन्हां दीआं ये भावनां नूं बिल्कुल बखूबी मैं समझदा। सो रही गल जो इत्थे तुसीं जिक्र कीता गया विकास की गल है, होर गल है, मैं समझदा कि ये जिहड़ा सूबा पंजाब, ये पंजाब जिहड़ा ये गुरुआं पीरां दी धरती है, तो ये गुरुआं दा दे नां ते वसदा पंजाब है। मैं जिथे सिखां ते हो रहे जबर ते तशद्दुद दे खिलाफ लड़ाई की गल करांगा उत्थे पंजाब की तरक्की ते खुशहाली दे विच भी जरूरी है कि सानू योगदान पाया जाए। सो जिहड़ियां सरकारां साडे आईआं उहनां सरकारां दे विच मैं एक गल दा नंबर जरूर देना चाहवांगा कि जिहड़ी अकाली दल की सरकार जदों जदों भी आई तो मैं समझदा कि पंजाब खुशहाली दे तरक्की दे राह ते आया। रही गल जिहड़ी तुसीं गल कर रहे हो कि कौम दे मसलिआं नूं लैके, सो असी मैं इस गल नाल विश्वास रखदा कि कौमी मसले दे लई जिहड़ा कि बहुत बड़ा मसला जिहड़ा भी जिन्ने कदम चलदा उस दे उन्हां कदमां नूं जरूर सलाउणा चाहीदा। सो अज मैं देख रहा कि भाई बलवंत सिंह जी राजवाणा दे संबंध दे विच जिहड़ा मसला आया, यह मसला बड़ा गंभीर हमला सी। मैं जिहड़ी गल तुहाडे नाल सांझी करनी चाहुंदा इस चैनल दे थ्रू कि यह गल सवाल है, अज आपां इक सवाल देख रहे हां कि क्यों जिहड़ा कि यह 1.5 साल पहला जो फांसी की सजा जज ने सुनाई, हाई कोर्ट ने उस ते मोहर लाई, ये की कारण बनया कि 1.5 साल बाद अचानक 7 तरीक नूं जिहड़ा ये मौत का वारंट है ये पटियाला जेल में पहुंचता, जदों कि 6 तरीक नूं पंजाब दे लोग एक इतिहासक फैसला करते हैं कि अकाली दल की सरकार बनती है। ये गल देखण की जरूरत है, इहनूं विचारण की जरूरत है। इत्थों मैं गल ये माध्यम राही दसनी भी चाहुंदा कि बड़ा अफसोस होया
क्योंकि ये हिंदुस्तान के जिहड़े कानून ने इस हिंदुस्तान दी संस्थावां ने मैं मेरा यह निजी विचार है तुहाडा भी यही विचार होगा कि उन्होंने संस्थावां ने साडे मनां ते बहुत भारियां सट्टां लाईआं पिछले दिनों जदों पंजाब के अंदर यह भी गल मैं दस देनी चाहुंदा बिल्कुल बेझिझक कि पंजाब के अंदर जदे सिखां दे जज्बातां दा मसला सी उसका समर्थन दिता पूरे भर पंजाब ने मैं इत्थे पंजाब दे अंदर रहिंदा इत्थे सारे धर्मां दे लोक ने सारे वर्गां दे लोक ने सानू उस शांतमई प्रदर्शन दे विच सारे वर्गां ने साथ दिता जिथे कि यह बहुत चंगी गल सी ते उहनूं देख के साडे सुप्रीम कोर्ट दे मानयोग जज साहिबान एक टिप्पणी करदे ने कि पंजाब जिहड़ा उत्थे इह जिहड़ा एक ड्रामा हो रहा सियासी ड्रामा हो रहा साडे मन ते बड़ी भारी सट लगी है कि सिखां दे जज्बातां नूं जदों कि दुख है क्योंकि बहुत वड्डा एक दौर चलिया दो दहाके जिहड़ा सिखां दे जबर होया उसका एक जवाब सी सरदार बेअंत सिंह का जिहड़ा कतल वह एक उसका कह लो भी एक रोस के वजो एक वापरी घटना सी तो जो राजवाणा फांसी की गल आउंदी आ ते कुदरती है कि सिखां दे पंजाब दे अंदर रहिंदे लोकां दे जज्बात जिहड़े आ उह बिल्कुल इस गल ते भड़कणे सी भड़कणे ना कह लां कि वह जज्बात जिहड़े आ वाला मार गए सो इत्थे साडे जिहड़ी न्यायपालिका वा ਉਹ ਸਾਨੂੰ ਇਹ ਗੱਲ ਕਹਿੰਦੀ ਆ ਕਿ ਇੱਥੇ ਇੱਕ ਸਿਆਸੀ ਡਰਾਮਾ ਕੀਤਾ ਜਾ ਰਿਹਾ ਸੋ ਅਸੀਂ ਅੱਜ ਤੁਹਾਨੂੰ ਇਹ ਜਾਣਕਾਰੀ ਦੇ ਦਿਆਂ ਮਾਤਾ ਜੀ ਹੁਣਾਂ ਨੂੰ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਜਿਹੜੀ ਇੱਥੋਂ ਦੀ ਅਕਾਲੀ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇਸ ਬਾਰੇ 'ਚ ਬਹੁਤ ਆਪਣਾ ਯੋਗਦਾਨ ਪਾਇਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਦਾ ਅਸੈਂਬਲੀ ਵਿੱਚ ਬਿਆਨ ਦਿੱਤਾ ਉਸ ਤੋਂ ਬਾਅਦ ਸਾਰਾ ਸਮੁੱਚਾ ਅਕਾਲੀ ਦਲ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਰਲ ਕੇ ਰਾਸ਼ਟਰਪਤੀ ਨੂੰ ਇਸ ਗੱਲ ਦੀ ਜੋ ਆਪਣਾ ਫਰਜ਼ ਬਣਦਾ ਸੀ ਉਸ ਦੀ ਜਿਹੜੀ ਆ ਉਹਨਾਂ ਨੇ ਕੀਤੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਕੇਸ ਨੂੰ ਪਰਸੂ ਕਰਨ ਵਾਸਤੇ ਉਹਨਾਂ ਨੇ ਕੋਰਟ ਦੇ ਵਿੱਚ ਰਿਟ ਪਾਈ ਸੋ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਅਕਾਲੀ ਦਲ ਇਸ ਮਸਲੇ 'ਚ ਵੀ ਇਹ ਕਿਸੇ ਥਾਂ ਤੋਂ ਪਿੱਛੇ ਨਹੀਂ ਮੈਂ ਇਹ ਵੀ ਗੱਲ ਦੁਬਾਰਾ ਕਹਿਣੀ ਚਾਹੁੰਦਾ ਕਿ ਜਿੰਨਾ ਵੀ ਕੋਈ ਸਾਡੇ ਨਾਲ ਜਿੰਨੇ ਕਦਮ ਮਿਲਾ ਕੇ ਚੱਲਦਾ ਉਸ ਨੂੰ ਸਾਨੂੰ ਉਸ ਗੱਲ ਦਾ ਸਤਿਕਾਰ ਦੇਣਾ ਚਾਹੀਦਾ ਜੀ ਗਰੇਵਾਲ ਸਾਹਿਬ ਇੱਥੇ ਇੱਕ ਗੱਲ ਬੜੀ ਜ਼ਿਕਰਯੋਗ ਹੈ ਕਿ ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦਾ ਸਮਸਤ ਪਰਿਵਾਰ ਰਾਸ਼ਟਰਪਤੀ ਦੇ ਕੋਲੋਂ ਸਟੇ ਆਰਡਰ ਲੈ ਕੇ ਆਇਆ ਜਿੱਥੇ ਇੱਕ ਪਾਸੇ ਪੂਰਾ ਪੰਜਾਬ ਇਸ ਸ਼ੋਕ ਦੀ ਲਹਿਰ ਵਿੱਚ ਸੀਗਾ ਕਿ ਰਾਜਵਾਣਾ ਸਾਹਿਬ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਵਿਰੋਧ ਦੀ ਲਹਿਰ ਫੈਲੀ ਹੋਈ ਸੀਗੀ ਜਗ੍ਹਾ ਜਗ੍ਹਾ ਮਾਰਚ ਕੱਢੇ ਜਾ ਰਹੇ ਸੀਗੇ ਧਰਨੇ ਦਿੱਤੇ ਜਾ ਰਹੇ ਸੀਗੇ ਉੱਥੇ ਹੀ ਜਦੋਂ ਪ੍ਰੈਸ ਵਾਰਤਾ ਦੇ ਵਿੱਚ ਬਾਦਲ ਸਾਹਿਬ ਨੇ ਬਲਵੰਤ ਸਿੰਘ ਰਾਜਵਾਣਾ ਦਾ ਨਾਂ ਲੈਣਾ ਸੀਗਾ ਤੇ ਉਹ ਨਾਮ ਭੁੱਲ ਗਏ ਇਸਦੀ ਫੁਟੇਜ ਜਿਹੜੀ ਹੈ ਵਿਦੇਸ਼ਾਂ ਦੇ ਵਿੱਚ ਵੀ ਗਈ ਹੈ ਯੂਕੇ ਦੇ ਵਿੱਚ ਵੀ ਗਈ ਹੈ ਯੂਰਪ ਦੇ ਵਿੱਚ ਵੀ ਗਈ ਹੈ ਵਰਲਡ ਦੇ ਸਾਰੇ ਥਾਵਾਂ ਦੇ ਉੱਪਰ ਲੋਕਾਂ ਨੇ ਇਸ ਚੀਜ਼ ਨੂੰ ਬੜੇ ਉਚੇਚੇ ਤੌਰ ਤੇ ਦੇਖਿਆ ਕਿ ਬਾਦਲ ਸਾਹਿਬ ਰਾਜਵਾਣਾ ਸਾਹਿਬ ਦਾ ਨਾਮ ਹੀ ਭੁੱਲ ਗਏ ਕੀ ਕਹੀਏ ਕਿ ਇਹ ਇੱਕ ਮਹਿਜ ਇੱਕ ਔਪਚਾਰਿਕਤਾ ਸੀਗੀ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਸੀ ਜਾਂ ਫਿਰ ਕੋਈ ਇੱਕ ਤਰ੍ਹਾਂ ਦਾ ਇੱਕ ਨਾਟਕ ਸੀਗਾ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਆ ਕਿ ਵੈਸੇ ਭਾਵੇਂ ਕਿ ਮੈਂ ਜਾਣਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਕਿ 85 ਸਾਲ ਦੇ ਹੋ ਗਏ ਆ ਪਰ ਉਹ ਪਿਛਲੇ ਦਿਨੀ ਉਹਨਾਂ ਨੇ ਆਪਦਾ ਜਨਮਦਿਨ ਮਨਾਇਆ ਅਤੇ ਉਹ ਕਹਿ ਰਹੇ ਸੀ ਵੀ ਮੇਰਾ ਜਿਹੜਾ ਅੱਖਰ ਅੰਕੜਾ ਇਹ ਪੁੱਠਾ ਇਹ 85 ਨਹੀਂ 58 ਅਤੇ ਵੈਸੇ ਤਾਂ ਉਹ ਸਰੀਰਕ ਤੌਰ 'ਤੇ ਬਹੁਤ ਮਜ਼ਬੂਤ ਨੇ ਪਰ ਅਤਫਾਕਨ ਵੈਸੇ ਹੀ ਕੋਈ ਗੱਲ ਹੋ ਜਾਂਦੀ ਹੈ ਪਰ ਮੈਨੂੰ ਇਹ ਯਾਦ ਆਇਆ ਕਿ ਲਾਈਵ 'ਤੇ ਚੱਲ ਰਿਹਾ ਸੀ ਜਦੋਂ ਪੰਜਾਬ ਅਸੈਂਬਲੀ ਵਿੱਚ ਉਹਨਾਂ ਨੇ ਇਸ ਬਾਰੇ ਬਿਆਨ ਦਿੱਤਾ ਅਤੇ ਬਹੁਤ ਬਖੂਬੀ ਆ ਬੈਠੇ ਸੀ ਸਾਡੇ ਕਲੇਰ ਸਾਹਿਬ ਵੀ ਉੱਥੇ ਬੈਠੇ ਸੀ ਮੈਂ ਦੇਖ ਰਿਹਾ ਸੀ ਇਹਨਾਂ ਨੇ ਵੀ ਸਾਰਿਆਂ ਨੇ ਸੁਣਿਆ ਇਕੱਲੇ ਉਹਨਾਂ ਨੇ ਨਹੀਂ ਸਾਰੇ ਦੁਨੀਆਂ ਨੇ ਉਹ ਲਾਈਵ ਸੁਣਿਆ ਜਿਹਦੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਭਾਈ ਬਲਵੰਤ ਸਿੰਘ ਜੀ ਰਾਜਵਾਣਾ ਦੇ ਸੰਬੰਧ ਵਿੱਚ ਬਹੁਤ ਲੰਮਾ ਚੌੜਾ ਇੱਕ ਬਿਆਨ ਦਿੱਤਾ ਅਤੇ ਮੈਨੂੰ ਨਹੀਂ ਲੱਗਦਾ ਵੀ ਉਹ ਇਸ ਗੱਲ ਨੂੰ ਭੁੱਲੇ ਹੋਣਗੇ ਕਿ ਇਤਫਾਕਨ ਇਹ ਗੱਲ ਜਿਹੜੀ ਹੈ ਉਹ ਵੈਸੇ ਹੀ ਕਿਤੇ ਆ ਗਈ ਹੋਣੀ ਹੈ ਮੈਂ ਇਹ ਗੱਲ ਜੀ ਗਰੇਵਾਲ ਸਾਹਿਬ ਇੱਥੇ ਮੈਂ ਤੁਹਾਡੇ ਸ਼ਬਦਾਂ ਨੂੰ ਵਿਰਾਮ ਦੇਣਾ ਚਾਹਾਂਗਾ ਇਸ ਵੇਲੇ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਆਓ ਅਸੀਂ ਉਹਨਾਂ ਦੀ ਕਾਲ ਲੈਂਦੇ ਹਾਂ ਤੇ ਜਾਣਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ ਜੀ ਹੈਲੋ ਜੀ ਹਾਂਜੀ ਬੋਲੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਣੇ ਸਾਰੇ ਇੱਥੇ ਬੈਠੇ ਆ ਵੱਡੇ ਬਜ਼ੁਰਗ ਮੇਰੇ ਵੀਰ ਸਾਰੇ ਬੈਠੇ ਆ ਮੈਂ ਉਹਨਾਂ ਦੇ ਮੂਹਰੇ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਜਿਹੜੇ ਰਾਜੂਆਣਾ ਸਾਹਿਬ ਆ ਉਹਨਾਂ ਦੇ ਲਈ ਤੁਸੀਂ ਕੀ ਕਰ ਰਹੇ ਹੋ ਜਿਹੜੇ ਆਪਣੇ ਐਸ ਜੀ ਪੀ ਤੇ ਤੁਸੀਂ ਕਿਹੜਾ ਕੰਮ ਕਰ ਰਹੇ ਹੋ ਤੇ ਬਾਕੀ ਪੰਜਾਬ ਦੇ ਵਿੱਚ ਹਾਲਾਤ ਵਿਗੜੇ ਸੀਗੇ ਤੇ ਤੁਸੀਂ ਉਹਦੇ ਵਿੱਚ ਪਹਿਲਾਂ ਪੰਜਾਬ ਦੇ ਵਿੱਚ ਕਿਸੇ ਨੂੰ ਕੁਛ ਨਹੀਂ ਪਤਾ ਸੀਗਾ ਹਾਲਾਂਕਿ ਯੂਰਪ ਦੇ ਵਿੱਚ ਸਾਨੂੰ ਸਿੱਖ ਚੈਨਲ ਦੇ ਥਰੂ ਸਾਰਾ ਕੁਛ ਪਤਾ ਲੱਗਿਆ ਸੀਗਾ ਪਰ ਅਸੀਂ ਪੰਜਾਬ ਦੇ ਵਿੱਚ ਆਪਣੀ ਫੈਮਿਲੀਆਂ ਨੂੰ ਕੁਛ ਨਹੀਂ ਪਤਾ ਸੀਗਾ ਤੇ ਤੁਹਾਡਾ ਤੁਸੀਂ ਜਿਹੜੇ ਮੇਨ ਬੰਦੇ ਆ ਮੈਨੂੰ ਨਹੀਂ ਪਤਾ ਵੀ ਤੁਸੀਂ ਕਿਹੜੇ ਕੰਮ ਕਰ ਰਹੇ ਆ ਤੁਸੀਂ ਹੁਣ ਤਾਂ ਸਾਰੇ ਕਹਿੰਦੇ ਕਿ ਅਸੀਂ ਬਹੁਤ ਕੁਛ ਕਰਦੇ ਹਾਂ ਬਹੁਤ ਕੁਛ ਕਰਦੇ ਹਾਂ ਪਰ ਮੈਂ ਇਹ ਤੁਹਾਡੇ ਸਹੁਰੇ ਸਾਹਮਣੇ ਕੁਐਸਚਨ ਰੱਖਿਆ ਕਿ ਤੁਸੀਂ ਕੀ ਕੀਤਾ ਜਦੋਂ ਅਸੀਂ ਕਿਸੇ ਨੂੰ ਫੋਨ ਕਰਦੇ ਕਿਸੇ ਨੂੰ ਕੁਛ ਗੱਲ ਤਾਂ ਨੀ ਪਤਾ ਸੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਤੁਹਾਡੇ ਕੋਲ ਇੱਕ ਮੀਡੀਆ ਤੱਕ ਨੀ ਲਾਗੂ ਕਰ ਹੋਇਆ ਆਪਣੀ ਸਿੱਖੀ ਨੂੰ ਚਲਾਉਣ ਲਈ
यूरोप रही सारी संगत बारे खबर सी यूके रह रही सारी संगत खबर सी पर पंजाब दे विच ये लहर बाद विच क्यों आई पंजाब इस तो बेखबर क्यों सी सरकार इस तो बेखबर क्यों सी बीबी जी जानना चाहते ने मैं दोबारा फिर बीबी जी दे उस विचार नाल पूरा सहमत हाँ कि जिहड़ा उन्हां दे मन दे अंदर वलवला ते जज्बा है मैं उस गल दा सत्कार करदा सिर झुका के पर मैनू नहीं लगता कि इस तरह की कोई गल है कि इत्थे मुहिम बाद च आई जां उत्थे पहलां आई ठीक है तुसीं सिख चैनल देख रहे हो सिख चैनल नाल जुड़े हुए हो बहुत वधिया सिख चैनल ने भाई राजवाणा जी दे संबंध विच बहुत लंबे समय तो इस गल नाल जुड़े रहे पर मैनू ये लग ही नहीं रहा कि जिस दिन तो ये ऐलान होया उसे दिन तो लैके पंजाब दे अंदर पंजाब दे लोग पंजाब दा नौजवान पंजाब दीआं सारीआं पार्टियां धार्मिक संस्थावां उसे दिन तो ही लगियां ने ते असीं तां बिल्कुल अज याद आ मैं अज भी तुहानूं आ तुहाडे माध्यम राहीं दिखा देना चाहुंना जे इस गल ते तुसीं अपना जिहड़ा 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 नेड़े करोगे फोकस करोगे कि अज असीं इक चिट्ठी लिखी आ इत्थों दे हिंदुस्तान दे राष्ट्रपती नूं इक चिट्ठी लिखी आ कि उस चिट्ठी दे विच इह गल उहनां नूं कही आ कि जो कुछ अज वापर रिहा जिथे तुहाडा जिहड़ा 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 न्यायपालिका इह गल कहिंदी आ कि पंजाब दे अंदर जिहड़ा इक सियासी ड्रामा हो रहा पर इह गल दा न्याय क्यों नहीं दित्ता जा रहा कि डेढ़ साल जिहड़ी उह फांसी दे वरंट ने डेढ़ साल जिहड़े आ उह अपने उह नहीं पहुंचे ते सत तरीक नूं क्यों पहुंचे मैं बीबी जी तुहानूं वी इह गल कहिणी चाहुंना कि तुसीं वी लोकतंत्रिक देश दे विच बैठे हो तुसीं इस गल नूं क्यों नहीं आवाज़ उठाउंदे क्यों ये हिंदुस्तान का निजाम इस गल लई कि ना बैठा क्यों क्यों जदों सरकार एक बनती है छे तरीक नूं सरकार बनती है सत तरीक नूं डेढ़ साल बाद वरंट क्यों आउंदे ने की इहदे विच शरारत नहीं की पंजाब दे अंदर अशांति फैलाउण दे दा इह हथकंडा नहीं की कुछ लोकां वल्लों भड़काऊ जिहड़ा प्रोग्राम दित्ता गया की इहदे पिछे कोई ताकतां नहीं मैं इह गल तुहानूं दसणी चाहुंना कि इह जिहड़ी अकाली सरकार है इसने पिछले समय के अंदर साडे सिखां दे इतिहास नूं कायम करन लई सिखां दीआं विरासतां नूं कायम करन लई मैं खुद उस समय का पिछले समय का उस 84 दे दौर का शिकार हाँ जोधपुर जेलां विच रहे उदू बाद जो हालात वापरे पंजाब दे उह पिंडे दे साडे ते अज भी सेक कायम है पर मैं नहीं इह समझदा कि जदों भी कदे असीं अकाली दल दे कोले जां अकाली दल नाल संबंधित सिस्टम कोले गए हां ते साडे सारे ही लोकां नाल भावें कि शहीदां दे परिवार क्यों ना होण जदों भी कोई पहुंच हुंदी आ जिन्नी कि कोई यथाशक्त सरकार करदी आ पार्टी करदी आ ते बिल्कुल बखूबी करदी आ मैं इस गल दा गवाह हां जे कोई किसे तरह दा कोई उहनां नूं कोई निजी तौर ते सवाल आ मैं उस गल दा वी जवाब देण नूं तैयार जी गरेवाल साहब इसी सिलसिले दे विच साडे कोल मनजीत सिंह खैरा जी इत्थे मौजूद ने असीं इन्हां नूं पुछदे हां कि भाई बलवंत सिंह राजवाणा दी फांसी नूं लैके जो पिछले दहाकियां दे विच जिवें कि गल चल रही है पिछले दहाकियां दी गल कर लईए जे पिछले दिनां दी गल कर लईए पंजाब दे विच रोस धरने मुजहरियां दा इक बलबलियां दा हनेरी चली इहदे बारे तुसीं की कहना चाहुंदे हो समुच्चे यूरोप अते यूके दे विच सिख चैनल दे व्यूअर वाहिगुरु जी का खालसा वाहिगुरु जी की फतेह मैं इंग्लैंड तो 28 तरीक नूं पंजाब दे विच आया सी जिहड़ी गल आपां सोचदे आं सारिआं नूं उत्थे भी सीगा उत्थे भी मैं उस दिन सिख चैनल ते लाइव गया सी 26 तरीक नूं उत्थे भी हरेक बंदे दा इही क्वेश्चन सी पंजाब दे विच राजूआणा दी फांसी लई कुछ नहीं कीता गया जदों मैं पंजाब पहुंचिआ इह मैं बिलीव करदा सी इत्थे देख के कि घर घर के उत्ते झंडियां लगिया हुई ने लोगों ने प्रोटेस्ट किया लोगों ने दिखाया सेंटर सरकार नूं कि सिख एक मुठ ने यह एक बहुत ही उत्साहवर्ती इत्थे पंजाब दे विच आपां नूं देखण नूं मिलिया यह मेरिया आपदियां अखां दे नाल मैं देखिया जिहड़ा कि मेरे नाल जो कि मैं इन्ना अपने आप से फकर महसूस करता सी कि अज साडी सिख कौम एक दायरे उत्ते आ खड़ी है एक मुठ होए है यह मैं तुहानूं सब नूं बधाई देना चाहुंना आपां इस सोच नूं छड्डिए कि इत्थे कुछ नहीं हो रहा इत्थे बहुत कुछ हो रहा है उस तो अगे तुसीं आपां होर इस चीज़ नूं बढ़ावा ना देईए आपां इहनूं सोचना छड्डिए कि पंजाब दे विच कुछ नहीं हो रहा हाँ मैं जरूर कहना चाहूँगा कि मीडिया साडा बहुत पंजाब दे विच पिछड़ चुकिया है इस नूं अगे लियाउण लई साडे मीडिया दे भैणां भरावां नूं जतन करने चाहीदे ने इहनूं अगे लियाउण नूं ते सच्ची आवाज़ उठाउणी चाहीदी आ वाहिगुरू जी का खालसा वाहिगुरू जी की फतह खैरा साहब मैं एक मिनट तुहाडे जरूर लवांगा की कारण है यूके ते यूरोप दे विच वसदे साडे पंजाबियां दे दिलां दे विच इस गल दा जन्म लै लैणा कि पंजाब दे विच जां हिंदुस्तान दे विच सिख जथेबंदियां नूं लैके जां सिख कौम नूं लैके किसे तरह दा कोई काम नहीं हो रहा
किस चीज की घाट महसूस करते हो या किस चीज की कमी महसूस करते हो कि इन्ना डिफरेंस जिहड़ा है उत्थे दे लोकां दे विच ते साडे विच आया। असीं ना जदों यूरोप दे विच इक बहुत ज्यादा इंडिपेंडेंट कंट्री है, असीं उस कंट्री च रह रहे हैं, हरेक बंदे नूं अपना हक मिल रहा है, पर असीं डेमोक्रेट तरीके दे नाल बहुत पिछड़ चुके हैं। इंडिया दे विच बहुत सारियां सूझवान हस्तियां, जिस तरह के होनी साडे हलका जगराओं नूं साडे एमएलए साहब श्री एस आर कलेर जी मिले ने, इस तरह दियां शख्सियतां साडे डेमोक्रेट तरीके दे नाल पार्लीमेंट दे विच जाणगियां, लोक सभा दे विच जाणगियां, राज सभा दे विच जाणगियां अते लोकां दे विच विचरनगियां, उह लोकां नूं चंगे काम करन लई उत्साहित करनगियां, फिर यह सब कुछ असंभव हो सकेगा। यह साडी माड़ी किस्मत है कि असीं सूझवान लोकां नूं चंगे तरीके डेमोक्रेट तरीके नाल वोटां पा के उन्हां नूं मौका नहीं दिंदे, यही साडी मकसद जी है। जी इस वेले मैं गल करना चाहवांगा साडे बड़े ही सूझवान बड़े ही विद्वान जिहड़े साडे कोल इत्थे बैठे ने, साडे बड़े ही मानयोग हर सुरिंदर सिंह गिल जी जो कि एग्जीक्यूटिव कमेटी मैंबर ने श्रोमणी गुरुद्वारा प्रबंधक कमेटी के। जी गिल साहब, जेकर असीं गल करिए गुरुद्वारा प्रबंधक कमेटी की, श्रोमणी गुरुद्वारा प्रबंधक कमेटी ने पिछले दिनी जो भाई बलवंत सिंह राजवाणा की फांसी नूं लैके जो हलचल पंजाब दे विच पैदा हुई है उस नूं लैके श्रोमणी गुरुद्वारा प्रबंधक कमेटी वालों की रुख रहा है? वाहेगुरू जी का खालसा, श्री वाहेगुरू जी की फतेह। मेरे तो पहला गरेवाल साहब ने भी विस्तार च दसिया, और सार बलवंत सिंह जी राजवाणा जिदे बारे बीबी जी ने सवाल किया सी भाई इंग्लैंड दे विच पहला होया ते पंजाब दे विच मगरों होया, मैं एक गल दसना चाहुंदा भी बलवंत सिंह राजोवाणा साडे जगराओं हल्के दे ही आ, और उन्हां दा पिंड इत्थों तकरीबन 8-10 किलोमीटर दे आ, और साडा लुधियाणा जिला तां सारे नालों मोहरी सी इस गल दे विच। और श्रोमणी गुरुद्वारा प्रबंधक कमेटी ने जिहड़ी कि हर समय जदों भी समें समें ते कोई मुसीबत आई है सिख पंथ ते जां किसी जुझारू सिंह ते खाड़कू सिंघां ते, श्रोमणी गुरुद्वारा प्रबंधक कमेटी सारे नालों मूहरे हो के नितरी है। और साडे प्रधान सार अवतार सिंह जी मुक्कड़ साहब ने इस दा बहुत वड्डा उपराला कीता, और उन्होंने सारे नालों पहला जिहड़ी अपील है वह राष्ट्रपति साहब नूं भेजी है, और उस अपील के उत्ते जाके बादल साहब सार सुखबीर सिंह जी बादल और बीबी हरसिमरत कौर बादल जिन्होंने पार्लीमेंट के आवाज उठाई है वह जो जाके मिले तो उस श्रोमणी गुरुद्वारा प्रबंधक कमेटी की उस पाई हुई अपील के उत्ते ही जिहड़ा स्टे है होया, और श्रोमणी गुरुद्वारा प्रबंधक कमेटी ने इहदे विच बहुत वड्डा अहम रोल अदा कीता। और साडे सिंह साहब जथेदार अकाल तख्त ज्ञानी गुरबचन सिंह जी ने उत्थे पंच संघ साहिबान की मीटिंग करके सारयां दी पहलां राय लई गई, उहदे विच सिख स्टूडेंट फैडरेशन होर संस्थावां जथेबंदियां उह श्रोमणी कमेटी दे तेजा सिंह समुंदरी हाल दे विच उहनां मीटिंग कीती। इह सारा प्रोग्राम श्रोमणी गुरुद्वारा प्रबंधक कमेटी ने ही उलीकिया है। और गिल साहब मैं एक सवाल करना चाहवांगा जिहड़े कि साडे यूके ते यूरोप दी संगत जिहड़ी है उह सवाल करना चाहुंदी है कि एक पासे श्रोमणी गुरुद्वारा प्रबंधक कमेटी अते बादल सरकार ते होर सिख जथेबंदियां जिहड़ियां ने उह कह रहियां ने कि असीं भाई बलवंत सिंह राजवाणा दी फांसी नूं टालण दे लई अगे आ रहे हैं, दूसरे पासे बलवंत सिंह राजवाणा अंदरों बयान दे रहे कि मैं इहनां नाल नहीं मिलना चाहुंदा, इस तरह का डिफरेंस उन्हां दे मन दे विच क्यों है, की कहना चाहते हो इस बारे? देखो जी सतिंदर जी, असीं भाई बलवंत सिंह राजवाणा साहब नाल कोई मुलाकात तां नहीं कर सके, पर जो सानू लगता है जो कुछ संस्थावां कुछ जथेबंदियां इत्थे इह श्रोमणी अकाली दल दे सरप्रस्त आ और 5वीं बार मुख्यमंत्री बने आ, और सारे भारत दे विच इक कद्दावर नेता है, और उन्हां दे मुकाबले दा कोई लीडर पैदा नहीं होया। सो इह जिहियां गल्लां जिहड़ियां धारणा इह गलत बनाईआं जा रहीआं, क्योंकि सारा पंथ सार बलवंत सिंह राजवाणा दी पिठ ते खड़ा सी, और मैं समझदा वी मीडिया ने भी बहुत चंगा रोल अदा कीता, इह नहीं गल है, बहुत वड्डा रोल अदा कीता। 28 नूं बंद दी काल दित्ती सी उस दिन ਸਾਡੇ ਵਿੱਚ ਸਾਡੇ ਨਾਲ ਤਾਂ ਹਿੰਦੂ ਵੀਰਾਂ ਨੇ ਵੀ ਸ਼ਮੂਲੀਅਤ ਕੀਤੀ ਔਰ ਉਸ ਬੰਦ ਨੂੰ ਕਾਮਯਾਬ ਕਰਨ ਵਿੱਚ। ਤੁਹਾਡੇ ਸ਼ਬਦਾਂ ਨੂੰ ਮੈਂ ਇੱਥੇ ਵਿਰਾਮ ਦੇਣਾ ਚਾਹਨਾ, ਇਸ ਵੇਲੇ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਅਸੀਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਜਾਣਦੇ ਹਾਂ ਉਹਨਾਂ ਦੇ ਵਿਚਾਰ। ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤਾਂ ਸਤਿਗੁਰੂ ਸਿੰਘ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਯੂਕੇ ਤੋਂ ਬੋਲ ਰਿਹਾ ਜੀ। ਤੇ ਮੈਂ ਕੁਝ ਸਵਾਲ ਕਰਨਾ ਚਾਹੁੰਦਾ।
जी बिल्कुल जी। ते मेरा पहला सवाल यह है कि जिथे पंजाब दे विच शांति है ते विकास जरूरी है, असीं उहदे आप हमायती आ के बहुत जरूरी आ। सवाल यह है कि भाई राजोआणा जिन्हां ने अपने आप नूं अकाल तख्त साहिब नूं समर्पित किया, जिथे उन्होंने समर्पित किया नाल उन्होंने कौम दे अगे एक बहुत वड्डा सवाल रखिया कि अज तक सानूं हिंदुस्तान दी सरकार ने इंसाफ नहीं दिता। उस इंसाफ नूं लैण वास्ते जिहड़ी मौजूदा भाई गुरचरण सिंह जी, मैं इन्हां नूं परसनली इन्हां अगे जानना मैं कुछ टाइम पहला फैडरेशन दे विच वी रहा हां, ते इन्हां नूं वी पता कि जो मोर्चा धर्मजत मोर्चा संत जरनैल सिंह खालसा भिंडरां वाले ने आरंभ किया सी उहनूं अगे चलाउण वास्ते संदेश दिता की पंजाब अगर सिख फेडरेशन या सिख जथेबंदियां इहनूं अगे लैके चलणगियां। दूसरा सवाल, पंजाब दे मुख्यमंत्री ने ताजा बयान दिता आ असैंबली दे विच कि पंजाब नूं वध अधिकार चाहीदे हन, इत्थे बैठे सारे मंत्री MLA जिहड़े वख वख जथेबंदियां जां पार्टियां नाल संबंधित आ कि उह पंजाब ले वध अधिकार चाहुंदे हन, पंजाब ले इंसाफ चाहुंदे हन। ते सब तों वड्डी गल है कि बाहरला सिख ये चाहता है कि जिन्होंने पिछले समय के बच्चे जुलम किए हैं, जिमें सुमेर सैनी जिन्होंने इस वे DGP लगाया गया है, तो उन्होंने हम दोबारा साड़ी अकाली सरकार ने DGP लगाना सिखा के जख्मों से लून छिड़कन से बड़ा पड़ा। मैं बेनती करूंगा कि यहोजे DGP के खिलाफ तुरंत हटा जाए। उस सिख भी जिम्मे गुरदासपुर के बच्चे भाई जसपाल सिंह जी जिन्होंने मतलब देखे जेल दे विच बंद भाई राजोआणा दे जो मैनीफेस्टो ने जो उन्हां वल्लों कीते गए सवाल ने पंजाब सरकार नूं की पंजाब सरकार जिहड़ी है जां होर पंथक जथेबंदियां ने ਉਹਨਾਂ ਦੁਆਰਾ ਕੀਤੇ ਗਏ ਸਵਾਲ ਜਾਂ ਖੜੇ ਕੀਤੇ ਗਏ ਸਵਾਲਾਂ ਦੇ ਉੱਪਰ ਉਹਨਾਂ ਦੇ ਨਾਲ ਖੜੀ ਹੈ, ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਉਹਨਾਂ ਦੇ ਬਿਲਕੁਲ ਨਾਲ ਖੜੀ ਹੈ, ਔਰ ਮੈਂ ਸਮਝਦਾ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੇ ਕੋਈ ਇਹੋ ਜਿਹਾ ਕੋਈ ਸਵਾਲ ਨਹੀਂ ਕੀਤਾ ਕੋਈ ਸਰਕਾਰ ਨੂੰ ਵੀ ਜਿਹੜਾ ਕੋਈ ਗਲਤ ਹੋਵੇ ਜਾਂ ਕੋਈ ਵਿਚਾਰਾਂ ਦੇ ਉਲਟ ਹੋਵੇ। ਔਰ ਇਹ ਜਿਹੜੀ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸ਼ਹੀਦਾਂ ਦੀ ਜਥੇਬੰਦੀ ਹੈ, ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੀ ਸਰਕਾਰ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੈ, ਜਿਹੜੀ ਕਿ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਹੈ। ਇਹ ਕੁਛ ਮੈਂ ਅੱਗੇ ਵੀ ਕਿਹਾ ਵੀ ਗਲਤ ਫਹਿਮੀਆਂ ਪੈਦਾ ਕਰ ਦਿੰਦੇ ਆ। ਗਰੇਵਾਲ ਸਾਹਿਬ ਬੈਠੇ ਆ, ਇਹਨਾਂ ਨੇ ਵੀ 5 ਸਾਲ ਜੋਧਪੁਰ ਜੇਲ੍ਹ ਕੱਟੀ ਹੈ, ਔਰ ਜੋ ਉੱਥੇ 84 ਦਾ ਬਲੂ ਸਟਾਰ ਹੋਇਆ ਆਪਣੇ ਹਰਿਮੰਦਰ ਸਾਹਿਬ, ਉਹਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਔਰ ਇਹ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੇ ਵੱਡੇ ਅਹੁਦਿਆਂ ਦੇ ਉੱਤੇ ਆ, ਸੋ ਇਹ ਵੀ ਨਾ ਅਹੁਦਿਆਂ 'ਤੇ ਹੁੰਦੇ ਜੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਫਰਕ ਹੁੰਦਾ। ਇਸ ਕਰਕੇ ਇਹੋ ਜਿਹੀਆਂ ਗਲਤ ਫਹਿਮੀਆਂ ਸਮੇਂ ਇਹੋ ਜਿਹੇ ਜੋ ਕਈ ਜਥੇਬੰਦੀਆਂ ਹੈਗੀਆਂ ਜਿਹੜੀਆਂ ਗਲਤ ਫਹਿਮੀਆਂ ਪਾ ਦਿੰਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸਰ ਬਲਵੰਤ ਸਿੰਘ ਰਾਜੋਆਣ ਨਾਲ ਚਟਾਨ ਵਾਂਗੂ ਖੜਾ ਹੈ, ਔਰ ਸਰ ਪ੍ਰਕਾਸ਼ ਸਿੰਘ ਬਾਦਲ, ਸਰ ਸੁਖਬੀਰ ਸਿੰਘ ਬਾਦਲ ਔਰ ਬੀਬੀ ਹਰਸਿਮਰਤ ਕੌਰ ਜੀ, ਉਹਨਾਂ ਨੇ ਉਪਰਾਲਾ ਕੀਤਾ ਜਾ ਕੇ ਰਾਸ਼ਟਰਪਤੀ ਜੀ ਨੂੰ ਮਿਲ ਕੇ ਉਹ ਜਿਹੜੀ ਉਹਨਾਂ ਦਾ ਸਟੇ ਆਰਡਰ ਲੈ ਕੇ ਆਏ, ਔਰ ਸਾਰੇ ਪੰਜਾਬ ਦੇ ਵਿੱਚ ਉਹ ਸ਼ਾਂਤੀ ਦਾ ਮਾਹੌਲ ਬਣਿਆ। ਅਗਿੱਲ ਸਾਹਿਬ ਇਸ ਵੇਲੇ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਅਸੀਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਉਹਨਾਂ ਦੇ ਵਿਚਾਰ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਸੀ ਪਰ ਹਲੇ ਤੱਕ ਛੱਡਿਆ ਨਹੀਂ ਗਿਆ ਜੀ, ਤੇ ਉਹ ਆਪਦੇ ਹੀ ਰਹੇ ਨੇ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਗੌਰਮੈਂਟ ਨੂੰ ਜੀ। ਜੀ ਅਸੀਂ ਤੁਹਾਡੀ ਇਹ ਗੱਲ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਵੀ ਬਾਹਰ ਕੱਢਣਾ ਚਾਹੀਦਾ ਜੀ, ਅਸੀਂ ਤੁਹਾਡੀ ਜਿਹੜੀ ਗੱਲ ਹੈ ਇਹ ਇਹਨਾਂ ਦੇ ਨਾਲ ਜ਼ਰੂਰ ਕਰਾਂਗੇ। ਜੀ ਸਾਡੇ ਸਿੰਘ ਸਾਹਿਬ ਪੁੱਛਣਾ ਚਾਹੁੰਦੇ ਨੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜੋ ਫਾਂਸੀ ਹੈ ਉਸਦੇ ਸਟੇ ਆਰਡਰ ਦੀ ਬਜਾਏ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਸੀਗਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਸਿੰਘ ਸਾਹਿਬ ਜੀ ਗੱਲ ਇਹ ਆ ਵੀ ਭਾਈ ਰਾਜੋਆਣਾ ਜੀ ਦਾ ਜੋ ਪੰਜਾਬ ਸਰਕਾਰ ਦਾ ਬਣਦਾ ਰੋਲ ਹੈ ਉਹ ਪੰਜਾਬ ਸਰਕਾਰ ਨੇ ਅਦਾ ਕੀਤਾ ਔਰ ਸਾਰੇ ਪੰਜਾਬ ਨੇ ਕੀਤਾ, ਔਰ ਜੋ ਰਿਹਾਈ ਕਰਨ ਦੀ ਗੱਲ ਆ ਉਹ ਸੈਂਟਰ ਸਰਕਾਰ ਦੇ ਜੁੰਮੇ ਆ, ਔਰ ਸੈਂਟਰ ਸਰਕਾਰ ਦਾ ਆਪ ਜੀ ਨੂੰ ਭਲੀ ਭਾਂਤ ਪਤਾ ਹੈ ਵੀ ਜੋ 84 ਦਾ ਉੱਥੇ ਜੋ ਕਤਲੇਆਮ ਹੋਇਆ ਉਹਦਾ ਇੱਕ ਵੀ ਫੈਸਲਾ ਹਾਲੇ ਤੱਕ ਨਹੀਂ ਸੁਣਾਇਆ, ਕਿੰਨੇ ਲੋਕ ਉਹਦੇ ਵਿੱਚ ਅਜਾਈ ਮਾਰੇ ਗਏ, ਔਰ ਪਿੱਛੇ ਜੇ ਇੱਕ ਜੱਜ ਜਿਹੜਾ ਫੈਸਲਾ ਸੁਣ ਰਿਹਾ ਸੀਗਾ ਅਦਾਲਤ ਦੇ ਵਿੱਚ ਉਹਨੇ ਵੀ 2 ਮਿੰਟ ਦਾ ਮੌਨ ਰੱਖਿਆ ਪਹਿਲਾਂ ਕੇਸ ਸ਼ੁਰੂ ਕਰਨ ਤੋਂ ਪਹਿਲਾਂ, ਔਰ ਫਿਰ ਵੀ ਸੈਂਟਰ ਸਰਕਾਰ ਨੂੰ ਹੋਸ਼ ਨਹੀਂ ਆਈ ਵੀ ਇੱਕ ਜੱਜ ਜਿਹੜਾ
ਉਹ ਕਿਸੇ ਹੋਰ ਕ੍ਰਿਸਚਨ ਜਾਤੀ ਨਾਲ ਸ਼ਾਇਦ ਸੰਬੰਧ ਰੱਖਦਾ ਸੀ ਔਰ ਉਹਨੇ ਵੀ ਮੌਨ ਰੱਖ ਕੇ ਫਿਰ ਉਹ ਕੇਸ ਨੂੰ ਸੁਣਨਾ ਸ਼ੁਰੂ ਕੀਤਾ। ਸੋ ਇਹੋ ਜਿਹੀਆਂ ਗੱਲਾਂ ਜੋ ਪੰਜਾਬ ਸਰਕਾਰ ਦੇ ਬਸ 'ਚ ਨਹੀਂ ਹੈਗੀਆਂ ਉਹ ਸੈਂਟਰ ਸਰਕਾਰ ਦੇ ਬਸ 'ਚ ਆ। ਸੈਂਟਰ ਸਰਕਾਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਵਾਂ ਦਿਖਾਉਣ ਦਾ ਕੰਮ ਕਰਦੀ ਰਹੀ। ਔਰ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਵੀ ਇਕੱਲੇ ਭਾਈ ਬਲਵੰਤ ਸਿੰਘ ਰਾਜੋਵਾਲਾ ਨਹੀਂ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹ ਵੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਹਨਾਂ ਦਾ ਉਪਰਾਲਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੇ ਵਕੀਲ ਕਰਕੇ ਔਰ ਚੰਗੇ ਸਾਧਨਾਂ ਰਾਹੀਂ ਔਰ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਦੇ ਨਾਲ ਕਰ ਰਹੀ ਹੈ। ਇਹੋ ਜਿਹੇ ਸੈਂਕੜੇ ਹੀ ਜੋ ਸਿੱਖ ਬੱਚੇ ਅੰਦਰ ਬੰਦ ਹੈ ਸਾਰਿਆਂ ਦਾ ਹੀ ਉਪਰਾਲਾ ਕਰ ਰਹੀ ਹੈ। ਸੋ ਇਹੋ ਜਿਹੀ ਜੋ ਗਲਤ ਧਾਰਨਾ ਹੈ ਉਹ ਨਹੀਂ ਹੋਣੀ ਚਾਹੀਦੀ। ਸੋ ਇੰਨਾ ਕੁਛ ਮੈਂ ਕਹਿੰਦਾ ਹੋਇਆ ਆਪ ਜੀ ਨੂੰ ਵੀ ਬੇਨਤੀ ਕਰਦਾ ਵੀ ਇਹੋ ਜਿਹਾ ਜਿਹੜੇ ਪ੍ਰਚਾਰ ਕਰਦੇ ਆ ਉਹਨਾਂ ਨੂੰ ਵੀ ਤੁਸੀਂ ਰੋਕੋ ਔਰ ਜੋ ਪੰਜਾਬ ਦੀਆਂ ਖਬਰਾਂ ਜੋ ਪੰਜਾਬ ਦੇ ਮੀਡੀਆ ਉਹਨੂੰ ਸਾਰਿਆਂ ਨੂੰ ਦੇਖ ਕੇ ਸਾਰੀ ਗੱਲ ਨੂੰ ਤੋਰਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਜੀ। ਗਿੱਲ ਸਾਹਿਬ, ਜਿਵੇਂ ਕਿ ਗਿੱਲ ਸਾਹਿਬ ਉਹਨਾਂ ਨੇ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਅਤੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਹੈ ਉਹ ਯਤਨਸ਼ੀਲ ਹੈ। ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਇੱਥੇ ਅਜੀਤ ਸਿੰਘ ਠਕੁਰਾਲ ਜੋ ਕਿ ਮਿਊਂਸੀਪਲ ਕੌਂਸਲਰ ਨੇ, ਇਹਨਾਂ ਦੇ ਨਾਲ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ ਅਗਰ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਐਜ਼ ਅ ਮਿਊਂਸੀਪਲ ਕੌਂਸਲਰ ਤੁਸੀਂ ਪੰਜਾਬ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਪੰਜਾਬ ਦੇ ਅੰਦਰ ਪਿਛਲੇ 5 ਸਾਲ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਰਹੀ, ਉਹਦੇ ਵਿੱਚ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ ਡਿਵੈਲਪਮੈਂਟ ਦੇ, ਜਿਸ ਤਰ੍ਹਾਂ ਸੜਕਾਂ ਦਾ, ਓਵਰ ਬ੍ਰਿਜ, ਬਿਜਲੀ ਸਰਪਲਸ, ਇਸ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਉਹਨਾਂ ਨੇ ਪੰਜਾਬੀਆਂ ਨੂੰ, ਸ਼ਹਿਰੀਆਂ ਨੂੰ ਦਿੱਤੀਆਂ। ਇਹ ਮੂੰਹ ਬੋਲੀ ਤਸਵੀਰ ਤੁਹਾਡੇ ਸਾਹਮਣੇ ਆ ਕਿ ਪੰਜਾਬੀਆਂ ਨੇ ਦੁਆਰਾ ਮੁੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਡਿਵੈਲਪਮੈਂਟ ਕਰਕੇ ਦੁਆਰਾ ਲੈ ਕੇ ਆਉਂਦੀ ਹੈ। ਇਸ ਕਰਕੇ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਪੰਜਾਬ ਸਰਕਾਰ ਦੇ ਹਮੇਸ਼ਾ ਇਸ ਗੱਲ ਦੇ ਰਹਿਣੀ ਹੈ। ਜੀ ਅਗਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਤਾਂ ਪਿਛਲੇ 5 ਸਾਲਾਂ ਦੇ ਵਿੱਚ ਵੀ ਉਹਨਾਂ ਦੇ ਪੂਰੇ ਵਾਅਦੇ ਸੀਗੇ ਸਾਡੀ ਸਰਕਾਰ ਆਏਗੀ। ਅਸੀਂ ਗੱਲ ਕਰ ਰਹੇ ਹਾਂ ਪਿਛਲੇ 5 ਸਾਲਾਂ ਦੀ, ਜਦੋਂ ਪਿਛਲੇ 5 ਸਾਲਾਂ ਦੇ ਵਿੱਚ ਸਟਾਰਟ 'ਚ ਜਦੋਂ ਬਾਦਲ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਉਹਨਾਂ ਨੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਕਿਹਾ ਸੀਗਾ ਕਿ ਅਸੀਂ ਆਉਣ ਵਾਲੇ 2 ਸਾਲਾਂ ਦੇ ਵਿੱਚ 365 ਦਿਨ ਬਿਜਲੀ ਮੁਫ਼ਤ ਕਰ ਦਿਆਂਗੇ ਪੰਜਾਬ ਦੇ ਵਿੱਚ। 5 ਸਾਲ ਰਾਜ ਦੇ ਨਿਕਲ ਗਏ, ਦੁਬਾਰਾ 5 ਸਾਲ ਦੇ ਲਈ ਬਾਦਲ ਸਰਕਾਰ ਆਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਜੋ ਬੀੜਾ ਚੱਕਿਆ ਬਿਜਲੀ ਸਰਪਲਸ ਕਰਨ ਦਾ, ਇਹ ਬਹੁਤ ਵੱਡੇ ਵੱਡੇ ਪ੍ਰੋਜੈਕਟ ਨੇ, ਕੋਈ 5000 ਮੈਗਾਵਾਟ ਦਾ, ਕੋਈ 1350 ਮੈਗਾਵਾਟ ਦਾ। ਇਹਨਾਂ ਨੂੰ ਕੰਮ ਕਰਦਿਆਂ ਨੂੰ ਕੁਛ ਸਮਾਂ ਤਾਂ ਲੱਗ ਜਾਂਦਾ, ਫਿਰ ਉਸ ਤਰ੍ਹਾਂ ਦੀਆਂ ਕੋਈ ਪ੍ਰੋਬਲਮ ਆ ਜਾਂਦੀਆਂ, ਸੈਂਟਰ ਵੱਲੋਂ ਕਈ ਵਾਰ ਕੋਈ ਡਿੱਕੇ ਲੱਗ ਜਾਂਦੇ ਆ, ਕੋਈ ਮਨਜ਼ੂਰੀਆਂ ਲੈਣੀਆਂ ਹੁੰਦੀਆਂ, ਇਸ ਕਰਕੇ ਥੋੜ੍ਹਾ ਬਹੁਤਾ ਲੇਟ ਆ। ਵੈਸੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਉਹ ਕੰਮ ਤਰੁੱਟੀ ਆ, ਕੰਮ ਚੱਲ ਰਹੇ ਨੇ, ਆਉਣ ਵਾਲੇ ਕੁਛ ਸਾਲਾਂ 'ਚ ਇਹ ਕੰਮ ਕੰਪਲੀਟ ਹੋ ਜਾਣਗੇ। ਜੀ ਅਜੀਤ ਸਿੰਘ ਜੀ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ ਬਾਹਰੋਂ, ਅਸੀਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਉਹਨਾਂ ਦੇ ਵਿਚਾਰ। ਜੀ ਹਾਂਜੀ, ਲੰਡਨ ਤੋਂ ਬੋਲ ਰਿਹਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ, ਮੈਂ ਜੀ ਇੰਦਰਜੀਤ ਸਿੰਘ ਬੋਲਦਾ ਲੰਡਨ ਤੋਂ ਜੀ। ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਸ਼ੋਅ ਦੇ ਵਿੱਚ। ਮੇਰੀ ਗੱਲ ਸੁਣ ਰਹੀ ਜੀ ਉੱਥੇ? ਹਾਂਜੀ ਬਿਲਕੁਲ ਆ ਰਹੀ ਹੈ ਜੀ, ਤੁਸੀਂ ਵਚਨ ਕਰੋ ਜੀ। ਹਾਂਜੀ, ਮੇਰਾ ਸਵਾਲ ਹੈਗਾ ਕਿ ਆਪਣੀ ਬਾਦਲ ਸਰਕਾਰ ਨੂੰ ਕਿ ਜਿਸ ਵੇਲੇ ਬਾਦਲ ਸਰਕਾਰ ਬਣੀ ਪੰਜਾਬ ਦੇ ਵਿੱਚ, ਇਹਨਾਂ ਨੇ ਸ਼ਮੇਧ ਸੈਨਿਕ ਸਿੱਖਾਂ ਦੇ ਕਾਤਲ ਨੂੰ ਡੀਜੀਪੀ ਅਫਸਰ ਬਣਾਇਆ, ਉਸ ਗੱਲ ਦਾ ਜਵਾਬ ਦਿੱਤਾ ਜਾਏ ਕਿ ਉਹ ਕਿਸ ਤਰ੍ਹਾਂ ਬਣਾਇਆ ਕਿ ਪੰਜਾਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਏਡਾ ਵੱਡਾ ਸੜਕ ਕਾਂਡ ਹੋਇਆ, ਪੁਲਿਸ ਨੇ ਮੂਹਰੇ ਹੋ ਕੇ ਗੋਲੀਆਂ ਚਲਾਈਆਂ ਸਿੱਖਾਂ ਦੇ ਉੱਤੇ, ਨਿਹੱਥੇ ਬੱਚਿਆਂ ਦੇ ਉੱਤੇ, ਤੇ ਸਿਰਫ ਉਹਨਾਂ ਨੂੰ ਸਸਪੈਂਡ ਕੀਤਾ। ਇਹ ਸਸਪੈਂਸ਼ਨਾਂ ਕਿੰਨੀ ਵਾਰੀ ਪਹਿਲੇ ਹੋ ਚੁੱਕੀਆਂ ਨੇ? ਇਹਦਾ ਸਾਨੂੰ ਸਵਾਲ ਜਵਾਬ ਦਿੱਤਾ ਜਾਏ ਕਿ ਆਹ ਆਪਣੀ ਕੀ ਕਹਿੰਦੇ ਇਸ ਰੂਪ ਦੇ ਵਿੱਚ ਜਿਹਦੇ ਪਿੱਛੇ ਬੀਜੇਪੀ ਲੱਗੀ ਹੈ ਤੇ ਜਿਹਦੇ ਪਿੱਛੇ ਸ਼ਿਵ ਸੈਨਾ ਤੇ ਗੈਂਗਸਟਰ ਲੱਗੇ ਹੋਏ ਆ ਪੰਜਾਬ ਦੇ ਵਿੱਚ ਸਿੱਖ ਦਾ ਘਾਟ ਕਰ ਰਹੇ ਆ, ਇਹਦਾ ਸਾਨੂੰ ਸਹੀ ਸਹੀ ਜਵਾਬ ਦੱਸੋ, ਇੱਦਾਂ ਗੱਲਾਂ ਨੀ ਪਾਉਂਦੀਆਂ। ਜੀ ਜੀ ਭਾਈ ਸਾਹਿਬ, ਤੁਹਾਡੇ ਜਿਹੜੇ ਦਿਲ ਦੇ ਵਿਚਾਰ ਨੇ ਸਾਡੇ ਤੱਕ ਪਹੁੰਚ ਚੁੱਕੇ ਨੇ, ਅਸੀਂ ਜ਼ਰੂਰ ਤੁਹਾਡੇ ਦਿਲ ਦੇ ਵਿਚਾਰਾਂ ਨੂੰ ਇਸ ਵਾਰਤਾ ਦੇ ਦੌਰਾਨ ਸਾਂਝੇ ਕਰਾਂਗੇ। ਭਾਈ ਸਾਹਿਬ ਇਹ ਪੁੱਛਣਾ ਚਾਹੁੰਦੇ ਨੇ ਕਿ ਜਦੋਂ ਬਾਦਲ ਸਰਕਾਰ ਬਣੀ ਹੈ, ਮੈਂ ਸਵਾਲ ਕਰਨਾ ਚਾਹਾਂਗਾ ਗਰੇਵਾਲ ਸਾਹਿਬ ਤੁਹਾਨੂੰ ਕਿ ਜਦੋਂ ਬਾਦਲ ਸਰਕਾਰ ਦੁਬਾਰਾ ਬਣੀ ਹੈ ਤਾਂ ਉਹਨਾਂ ਨੇ ਡੀਜੀਪੀ ਦੁਬਾਰਾ ਨਿਯੁਕਤ ਕੀਤੇ ਨੇ ਜਿਹਨਾਂ ਦੇ ਉੱਪਰ ਕਿ ਕਈ ਕਤਲਾਂ ਦਾ ਮਸਲਾ ਬਣਿਆ ਹੋਇਆ, ਜਿਹਨਾਂ ਦੇ ਉੱਪਰ ਕਈ ਇਲਜ਼ਾਮ ਨੇ ਕਿ ਸਿੱਖ ਪੰਥ ਦੇ ਲਈ ਇਹਨਾਂ ਨੇ ਕਈ ਨੌਜਵਾਨਾਂ ਦੇ ਕਤਲ ਕੀਤੇ ਨੇ, ਐਜ਼ ਅ ਬੀਇੰਗ ਸਿੱਖ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਨਿਯੁਕਤ ਕਰ ਰਹੇ ਨੇ, ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਪਿਛਲੇ ਦਿਨਾਂ 'ਚ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਣਾ ਕਿ ਸੰਤ ਸਮਾਜ ਵੱਲੋਂ ਅਤੇ ਫੈਡਰੇਸ਼ਨ ਵੱਲੋਂ
इस संबंध दे विच अपना विरोध जिहड़ा वा दर्ज कराया जा चुका। तो दूसरी रही गल जिहड़ी है, पिछले दिनां जो इत्थे कांड वापरिया गुरदासपुर विच नौजवान शहीद होया, यह मैं पहले ही दस चुके हैं कि कुछ ऐसे लोग ने जिहड़े शरारती ने, जिहड़े पिछले समय समय नूं लैके किसी ना किसी सेना का नाम उन्होंने रख के वह पंजाब के अंदर टकराव पैदा करते हैं, पंजाब के माहौल नूं खराब करने की हमेशा कोशिश होंदी रही है। सो ऐतकी भी इदा हुई है, पर मैं ये गल समझदा हाँ कि सरकार ने अपना जिहड़ा पक्ष सी उस मौके पर जिहड़ा पहला कदम बनता है, उन्होंने मतलब मेरे हिसाब नाल एक पहला ऐसा फैसला होया जिहदे च SSP नूं ते DSP नूं मुअत्तल कर दिता गया, जिहड़ा उत्थों दा प्रशासक अधिकारी सी उन्हूं तुरंत बदल के उन्हूं बर्खास्त कर दिता गया। सो मैं समझदा कि सरकार ने जिहड़ा बुढ़ला कर्म सी, जिहड़ी फर्स्ट एड जिहनूं कह दिंदे आ, ਉਹ ਨੇ ਆਪਣਾ ਜਿਹੜਾ ਫਰਜ਼ ਅਦਾ ਕੀਤਾ। ਬਾਕੀ ਰਹੀ ਜਿਹੜੀ ਗੱਲ, ਜਿਹੜੇ ਤੁਹਾਡੇ ਵਿਚਾਰ ਨੇ, ਤੁਹਾਡੇ ਮਨ ਦੇ ਦਰਦ ਨੇ, ਬਿਲਕੁਲ ਬਖੂਬੀ ਨੇ ਕਿ ਜਿਨ੍ਹਾਂ ਲੋਕਾਂ ਨੇ ਮਨੁੱਖਤਾ ਦਾ ਘਾਣ ਕੀਤਾ, ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਕਹਿੰਦੇ ਖਿਲਾਫ ਹੋ ਕੇ ਬਹੁਤ ਕੁਛ ਕੀਤਾ, ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ। ਗਰੇਵਾਲ ਸਾਹਿਬ, ਮੈਂ ਇੱਕ ਸਵਾਲ ਜਿਹੜਾ ਸਾਡੇ UK ਤੇ ਯੂਰਪ ਦੀ ਸੰਗਤ ਉਚੇਚੇ ਤੌਰ ਤੇ ਪੁੱਛਣਾ ਚਾਹੁੰਦੀ ਹੈ, ਸਟੇ ਆਰਡਰ ਤੋਂ ਬਾਅਦ ਜਿਹੜਾ ਇੱਕ ਯਕਦਮ ਨਵਾਂ ਮੋੜ ਸਿੱਖ ਜਗਤ ਦੇ ਵਿੱਚ ਆਇਆ, ਉਹ ਇਹ ਸੀਗਾ ਕਿ ਕਈ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਅਚਾਨਕ ਇੱਕ ਅਚਿੰਤੇ ਬਾਜ ਪਏ ਵਾਲੀ ਗੱਲ ਹੋਈ ਹੈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਜਿਹੜਾ ਪ੍ਰਸ਼ਾਸਨ ਹੈ ਆਪਣੇ ਤੌਰ 'ਤੇ, ਸ਼ਾਇਦ ਤੁਹਾਨੂੰ ਇਸ ਗੱਲ ਦਾ, ਭਾਵੇਂ ਕਿ ਮੈਂ ਕਿਸੇ ਨਾ ਕਿਸੇ ਢੰਗ ਨਾਲ ਅਕਾਲੀ ਦਲ ਦੇ ਉਸ ਸਿਸਟਮ ਨਾਲ ਜੁੜਿਆ ਹੋਇਆ, ਪਰ ਮੈਨੂੰ ਤੁਹਾਨੂੰ ਇਹ ਪਤਾ ਹੋਵੇ ਕਿ ਜਿਸ ਦਿਨ ਰਾਜਵਾਣਾ ਸਾਹਿਬ ਦਾ ਸਟੇ ਆਰਡਰ ਹੋਇਆ ਉਸ ਦਿਨ ਪੁਲਿਸ ਨੇ ਮੇਰੇ ਘਰੇ ਵੀ ਰੇਡ ਮਾਰੀ, ਪਰ ਉਹ ਪੁਲਿਸ ਦਾ ਆਪਣਾ ਆਪਣਾ ਇੱਕ ਵਿਚਾਰ ਹੈ। ਮੇਰੇ ਹੋਰ ਜਿਹੜੇ ਸਾਥੀ ਸੀ ਉਹ ਜਿਹੜੇ ਕੋਈ ਰੋਪੜ ਤੋਂ ਜਾਂ ਹੋਰ ਕਿਤੋਂ ਸਾਰੇ ਥਾਂ 'ਤੇ ਪੁਲਿਸ ਗਈ, ਜਦੋਂ ਪੁਲਿਸ ਨੂੰ ਇਸ ਗੱਲ ਦੀ ਪੁੱਛੀ ਦੀ ਆ ਅਤੇ ਉਹ ਕਹਿੰਦੇ ਜੀ ਅਸੀਂ ਲਾ ਐਂਡ ਆਰਡਰ ਦੀ ਗੱਲ ਕਰਦੇ ਹਾਂ, ਉਹ ਆਪਣਾ ਆਪਣਾ ਸਿਸਟਮ ਹੈ, ਜਿਹੜਾ ਪ੍ਰਸ਼ਾਸਨ ਹੈ ਉਹ ਆਪਦਾ ਸਿਸਟਮ ਜਿਹੜਾ ਕਰਦਾ ਅਤੇ ਬਾਕੀ ਸਾਰੇ ਆਪਣਾ ਕਰਦੇ ਆ, ਬਾਕੀ ਵਿਚਾਰ ਆਪੋ ਆਪਣੇ ਆ। ਪਰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ ਕਿ ਜਦੋਂ ਜਿਹੜਾ ਸਾਡਾ ਮੁੱਢ ਹੈ, ਜਿਹੜੀ ਸਮੇਂ ਦੀ ਮੌਜੂਦਾ ਸਰਕਾਰ ਹੈ, ਜੇ ਉਹ ਪੋਜ਼ਿਟਿਵ ਚੱਲ ਰਹੀ ਹੈ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਖੜਨਾ ਚਾਹੀਦਾ, ਨਾ ਕਿ ਇਸ ਗੱਲ ਨੂੰ ਹੋਰ ਜਿਹੜਾ ਕਿ ਡਾਊਨ ਕਰਨ ਲਈ ਸਾਨੂੰ ਇਸ ਮੌਕੇ 'ਤੇ ਦੂਸ਼ਣਬਾਜ਼ੀ 'ਚ ਨਹੀਂ ਪੈਣਾ ਚਾਹੀਦਾ ਸਾਨੂੰ, ਕਿਉਂਕਿ ਰਾਜਵਾਣਾ ਦਾ ਮਸਲਾ ਭਾਈ ਬਲਵੰਤ ਸਿੰਘ ਰਾਜਵਾਣਾ ਸਾਰੀ ਸਮੁੱਚੀ ਸਿੱਖ ਕੌਮ ਦਾ ਨਾਇਕ ਹੈ। ਸੋ ਅੱਜ ਸਾਨੂੰ ਉਹਨਾਂ ਦੀ ਉਸ ਬੁਲੰਦੀ, ਉਹਨਾਂ ਦੀ ਉਹ ਸੋਚ, ਉਹਨਾਂ ਦੇ ਉਹ ਰੁਤਬੇ ਨੂੰ ਲੈ ਕੇ ਸਮੁੱਚੀ ਕੌਮ ਨੂੰ, ਭਾਵੇਂ ਕਿ ਕਿਸੇ ਵੀ ਜਥੇਬੰਦੀ, ਹਰ ਜਥੇਬੰਦੀ ਆਪੋ ਆਪਣੀ ਥਾਈਂ ਸਤਿਕਾਰਯੋਗ ਹੈ, ਹਰ ਜਥੇਬੰਦੀ ਦੇ ਆਗੂ ਦੇ ਵਿਚਾਰ ਸਤਿਕਾਰਯੋਗ ਨੇ, ਆਪੋ ਆਪਣੀ ਥਾਈਂ ਜੋ ਕੌਮ ਦੇ ਲਈ ਕੰਮ ਕਰਦੇ ਸਤਿਕਾਰਯੋਗ ਨੇ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਪਰ ਮੈਂ ਸਮਝਦਾ ਕਿ ਬਜਾਏ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ, ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦਾ ਵਾਵੇਲਾ ਖੜਾ ਕਰਨ ਦੇ, ਅੱਜ ਸਾਨੂੰ ਲੋੜ ਹੈ ਸਿਰ ਜੋੜ ਕੇ ਇਕਮੁੱਠ ਹੋ ਕੇ ਭਾਈ ਬਲਵੰਤ ਸਿੰਘ ਰਾਜਵਾਣਾ ਦੇ ਸੰਬੰਧ ਦੇ ਵਿੱਚ ਅਤੇ ਹੋਰ ਜਿਹੜੇ ਕੌਮ ਦੇ ਜਿਵੇਂ ਗਿੱਲ ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਨਾਲ ਸੰਬੰਧ, ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਇਕਜੁੱਟ ਹੋ ਕੇ ਸਾਨੂੰ ਜਿਹੜਾ ਸੰਘਰਸ਼ ਜਿਹੜਾ ਉਹ ਅੱਗੇ ਲਿਜਾਣਾ ਚਾਹੀਦਾ। ਜੀ ਅਗਰਵਾਲ ਸਾਹਿਬ, ਇੱਥੇ ਮੈਂ ਤੁਹਾਡੇ ਸ਼ਬਦਾਂ ਨੂੰ ਵਿਰਾਮ ਦੇਣਾ, ਇਸ ਵੇਲੇ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਅਸੀਂ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗੋਲੀਆਂ ਚੱਲੀਆਂ ਸਾਡੇ ਤੇ, ਗੋਲੀਆਂ ਚੱਲੀਆਂ ਤੇ ਹੁਣ ਫੇਰ ਸਾਡੇ ਤੇ ਗੋਲੀਆਂ ਚੱਲੀਆਂ ਤੇ ਇਹ ਜਿਹੜੇ ਆਸ਼ੂਪੁਰ ਤੇ ਜਾ ਕੇ ਵੀ ਇਹ ਬਹਿੰਦੇ ਆ, ਬਾਬਿਆਂ ਤੇ ਜਾ ਕੇ ਵੀ ਇਹ ਬਹਿੰਦੇ ਆ ਕਿ ਪੰਥਕ ਆ, ਪੰਥਕ ਤਾਂ ਕੋਈ ਕਹਿ ਨੀ ਸਕਦਾ ਇਹਨਾਂ ਨੂੰ। ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਅਸੀਂ ਤੁਹਾਡੀ ਗੱਲ ਇਹਨਾਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ। ਜਿਵੇਂ ਕਿ ਸਾਡੇ ਭਾਈ ਸਾਹਿਬ ਪੁੱਛਣਾ ਚਾਹੁੰਦੇ ਨੇ ਕਿ ਜਿਹੜੀਆਂ ਗੋਲੀਆਂ ਚੱਲੀਆਂ ਨੇ, ਕਈ ਸਿੰਘ ਜਿਹੜੇ ਨੇ ਪਿਛਲੇ ਦਹਾਕਿਆਂ ਦੇ ਵਿੱਚ ਵੀ ਸ਼ਹੀਦ ਹੋਏ ਨੇ, ਹੁਣ ਵੀ ਜਿਵੇਂ ਗੁਰਦਾਸਪੁਰ ਦਾ ਤਾਜ਼ਾ ਮਸਲਾ ਸ਼ਹੀਦ ਭਾਈ ਜਸਪਾਲ ਸਿੰਘ ਸ਼ਹੀਦ ਹੋਇਆ, ਇਸ ਪੂਰੇ ਵਰਤੀਰੇ ਦੇ ਵਿੱਚ ਕਿਤੇ ਨਾ ਕਿਤੇ ਬਾਦਲ ਸਰਕਾਰ ਦਾ ਨਾਂ ਆਉਂਦਾ, ਕਿਉਂਕਿ ਮੌਜੂਦਾ ਸਰਕਾਰ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਰੁੱਖ ਅਪਣਾਇਆ ਜਾ ਰਿਹਾ? ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸੀ ਹੈ ਕਿ ਤੁਸੀਂ ਬਹੁਤ ਪੜ੍ਹੇ ਲਿਖੇ ਲੋਕ ਹੋ, ਅਗਾਂਹਵਧੂ ਲੋਕ ਹੋ, ਕਿ ਇਸ ਗੱਲ ਦਾ ਜਵਾਬ ਤੁਸੀਂ ਕਦੇ ਮੰਗਿਆ ਕਿ 7 ਤਰੀਕ ਨੂੰ ਇਹ ਡੈਥ ਵਾਰੰਟ ਕਿਉਂ ਜਾਂਦੇ ਨੇ, 1.5 ਸਾਲ ਇਹ ਡੈਥ ਵਾਰੰਟ ਕਿਉਂ ਰੁਕੇ ਰਹੇ? ਜੇ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਜਦੋਂ
ਕਿ ਨਾ ਉਹ ਉਹ ਸਾਡੇ ਰਾਜਪਾਲ ਦਾ ਰਾਜ ਸੀ, ਗਵਰਨਰੀ ਰਾਜ ਸੀ, ਉਸ ਰਾਜ ਦੇ ਵਿੱਚ ਹਰ ਰੋਜ਼ ਨਵੀਂ ਸਵੇਰ ਕਿਸੇ ਨਾ ਕਿਸੇ ਮੋੜ 'ਤੇ ਨੌਜਵਾਨ ਦਾ ਖੂਨ ਡੁੱਲਿਆ ਪਿਆ ਹੁੰਦਾ ਸੀ, ਸਾਡੇ ਕਿਸੇ ਬਾਪ ਦਾਦੇ ਦੀ ਪੱਗ ਜਿਹੜੀ ਆ ਉਹ ਥਾਣੇ ਵਿੱਚ ਰੁੜਦੀ ਹੁੰਦੀ ਸੀ, ਹੋਰ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ, ਦਿਨ ਦਿਹਾੜੇ ਕਿੰਨੇ ਹਜ਼ਾਰਾਂ ਸਾਡੇ ਜਿਹੜੇ ਸਿੱਖ ਨੇ ਉਹਨਾਂ ਦੇ ਹਿੰਦੁਸਤਾਨ ਦੇ ਡੈਮੋਕ੍ਰੇਸੀ ਕਹਿ ਜਾਣਵੇ ਦੇਸ਼ ਦੇ ਅੰਦਰ ਜੋ ਕੁਛ ਉਹਨਾਂ ਦੇ ਨਾਲ ਵਾਪਰਿਆ ਉਹ ਸਾਰੀ ਦੁਨੀਆਂ ਨੂੰ ਪਤਾ। ਕੀ ਕਦੇ ਇਹ ਗੱਲ ਸੋਚੀ ਆ ਬਈ ਉਹ ਜਿਹੜੀਆਂ ਪਾਰਟੀਆਂ ਨੇ ਉਹਨਾਂ ਪਾਰਟੀਆਂ ਦਾ ਕਦੇ ਅਸੀਂ ਗੱਲ ਕਰਦੇ ਹਾਂ? ਜੇ ਕਾਂਗਰਸ ਦਾ ਰਾਜ ਆਇਆ, ਜੇ ਬੇਅੰਤ ਸਿੰਘ ਦਾ ਕਤਲਕਾਂਡ ਵਾਪਰਿਆ ਤਾਂ ਉਹਦਾ ਕਾਰਨ ਕੀ ਸੀ? ਕਾਰਨ ਇਹੋ ਹੀ ਸੀ ਕਿ ਇਸ ਪੰਜਾਬ ਦੇ ਅੰਦਰ ਕਨਿਆ ਹੋਇਆ, ਕਾਲੀ ਬੋਲੀ ਹਨੇਰੀ ਚੱਲੀ, ਸਾਡੇ ਨੌਜਵਾਨਾਂ ਦਾ ਖੂਨ ਹੋਇਆ, ਸਾਨੂੰ ਨਜਾਇਜ਼ ਕੇਸ ਪਾ ਕੇ ਅੰਦਰ ਕੀਤਾ ਗਿਆ। ਅਸੀਂ ਸਿਰਫ ਉਸ ਗੱਲ ਦਾ ਸਵਾਲ ਕਰ ਦਿੰਦੇ ਹਾਂ ਜਦੋਂ ਕੋਈ ਆਪਣੇ ਨਾਲ ਸੰਬੰਧਿਤ ਜਿਹੜੀ ਗੱਲ ਕਰਦਾ, ਦੂਸਰੇ ਬਾਰੇ ਸ਼ਾਇਦ ਸਾਡੇ ਦਿਮਾਗ ਵਿੱਚ ਕੋਈ ਗਿਲਾ ਨਹੀਂ ਰਹਿੰਦਾ। ਸੋ ਮੈਂ ਤੁਹਾਡੇ ਸਾਰੇ ਸਮੁੱਚੇ ਜਿਹੜੇ ਵਿਦੇਸ਼ੀ ਭਰਾ ਨੇ ਸਿਨੇਮਾ ਇੱਕ ਬੇਨਤੀ ਕਰਾਂਗਾ ਕਿ ਤੁਹਾਡੇ ਵਿਦੇਸ਼ਾਂ ਦੇ ਅੰਦਰ ਬੈਠਿਆਂ ਦੇ ਹਾਲਾਤ ਅਤੇ ਇਸ ਪੰਜਾਬ ਦੀ ਧਰਤੀ 'ਤੇ ਆਪਣੇ ਹੱਡਾਂ 'ਤੇ ਜਿਹੜਾ ਕਿ ਉਹ ਸੇਕ ਲੈਣ ਵਾਲੇ ਲੋਕਾਂ ਦਾ ਬਹੁਤ ਜ਼ਮੀਨ ਸਮਾਨ ਦਾ ਫਰਕ ਆ। ਤੁਹਾਡੇ ਇੱਥੇ ਬੈਠਿਆਂ ਦੇ ਨਾਰੇ ਸਲਾਮਤ ਨੇ, ਪਰ ਇਸ ਪੰਜਾਬ ਦੀ ਧਰਤੀ 'ਤੇ ਇਸ ਹਿੰਦੁਸਤਾਨ ਦੀ ਨਿਜ਼ਾਮ ਦੇ ਨਾਲ ਟੱਕਰ ਲੈਣ ਵਾਲੇ ਲੋਕ ਜਿਹੜੇ ਆ ਉਹ ਇਸ ਪੰਜਾਬ ਦੇ ਲੋਕ ਨੇ। ਤੁਹਾਡੀ ਸਹਿਯੋਗ ਆ ਸਾਡੇ ਨਾਲ, ਕੋਈ ਸ਼ੱਕ ਨਹੀਂ, ਤੁਹਾਡਾ ਹੌਸਲਾ ਸਾਡੇ ਨਾਲ, ਪਰ ਇਸ ਪੰਜਾਬ ਦੇ ਲੋਕਾਂ ਨੇ ਜੋ ਵਕਤ ਕੱਟਿਆ, ਜੋ ਆਪਣੇ ਪਿੰਡੇ 'ਤੇ ਜੋ ਸੰਤਾਪਣ ਆਇਆ ਉਹ ਇੱਥੋਂ ਦੇ ਰਹਿਣ ਵਾਲੇ ਹੀ ਦੱਸ ਸਕਦੇ ਆ। ਸੋ ਮੈਂ ਸਿਰਫ ਬੇਨਤੀ ਕਰਦਾ ਕਿ ਮੈਂ ਫਿਰ ਇਹ ਗੱਲ ਕਰਦਾ ਕਿ ਜਿਹੜਾ ਵੀ ਬੰਦਾ ਜਿੰਨੇ ਕਦਮ ਵੀ ਸਾਡੇ ਨਾਲ ਚੱਲਦਾ ਉਸ ਉਹਨੇ ਕਦਮ ਉਹਨੂੰ ਸਾਨੂੰ ਸਲਾਹੁਣਾ ਜ਼ਰੂਰ ਕਰਨਾ ਚਾਹੀਦਾ। ਅਤੇ ਮੈਂ ਇਹ ਗੱਲ ਬਿਲਕੁਲ ਬਖੂਬੀ ਜਾਣਦਾ ਕਿ ਇਸ ਪਿਛਲੇ ਸਮੇਂ ਦੇ ਅੰਦਰ ਥਾਣਿਆਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਸਾਡਾ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ। ਜੇ ਕਿਸੇ ਨੇ ਸ਼ਰਾਰਤ ਕੀਤੀ ਆ, ਇਹ ਜਿਹੜੀ ਫੋਰਸ ਹੈ ਜਾਂ ਇਹਨਾਂ ਦੇ ਅਫਸਰ ਹੈ ਉਹਦੇ ਵਿੱਚ ਬੈਠੇ ਨੇ ਉਹਨਾਂ ਦੇ ਲੋਕ ਜਿਹੜੇ ਇਹ ਸ਼ਰਾਰਤਾਂ ਕਰਦੇ ਆ। ਸਾਨੂੰ ਪਤਾ ਕਿ ਪਿਛਲੀ ਵਾਰ ਵੀ ਜੋ ਲੁਧਿਆਣੇ ਦੇ ਅੰਦਰ ਕਾਂਡ ਵਾਪਰਿਆ ਸੀ ਉੱਥੇ ਵੀ ਸ਼ਰਾਰਤ ਹੋਈ ਸੀ। ਸੋ ਹੁਣ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਜੋ ਤੁਸੀਂ ਟੀ ਵੀ 'ਤੇ, ਫੇਸਬੁੱਕ 'ਤੇ ਜਾਂ ਆਪਣੇ ਦੇਖਿਆ ਟਿਊਬ 'ਤੇ ਆਪਣੇ, ਉਹ ਸਾਰਾ ਕੁਛ ਦੀਂਦਾ ਕਿ ਕੁਛ ਲੋਕਾਂ ਨੇ ਸ਼ਰਾਰਤ ਕੀਤੀ ਆ, ਪਰ ਸਰਕਾਰ ਇਸ ਗੱਲੋਂ ਚੁਕੰਨੀ ਆ। ਬਾਕੀ ਰਹਿੰਦੀ ਖਦਰ, ਤੁਹਾਡੀ ਇਸ ਗੱਲ ਨੂੰ ਵੀ ਸਰਕਾਰ ਤੱਕ ਪਹੁੰਚਾਵਾਂਗੇ, ਅਸੀਂ ਵੀ ਇਸ ਗੱਲ ਲਈ ਡਟ ਕੇ ਇਸ ਗੱਲ ਦਾ ਪਹਿਰਾ ਦੇਵਾਂਗੇ ਕਿ ਇਸ ਪੰਜਾਬ ਦੀ ਧਰਤੀ 'ਤੇ ਮੁੜ ਤੋਂ ਕਦੇ ਸਿੱਖਾਂ ਦਾ ਨੌਜਵਾਨ ਇਸ ਤਰ੍ਹਾਂ ਸ਼ਹੀਦ ਨਾ ਹੋਵੇ। ਜੀ ਗਰੇਵਾਲ ਸਾਹਿਬ, ਥੋੜ੍ਹਾ ਜਿਹਾ ਅਸੀਂ ਰੁੱਖ ਕਰਦੇ ਹਾਂ ਇਹਦੇ ਨਾਲ ਹੀ ਪਿੰਡਾਂ ਦੇ ਵੱਲ ਵੀ। ਸਾਡੇ ਕੋਲ ਇੱਥੇ ਹਰਚਰਨ ਸਿੰਘ ਜੀ ਜੋ ਦਿਹਾਤ ਤੋਂ ਇੱਕ ਪਿੰਡ ਤੋਂ ਨੇ, ਅਸੀਂ ਉਹਨਾਂ ਦੇ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਹਰਚਰਨ ਸਿੰਘ ਜੀ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਚਰਨ ਸਿੰਘ ਜੀ, ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਵਾਪਰਿਆ ਉਹਨੂੰ ਲੈ ਕੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲਿਆ? ਅੱਜ ਕੱਲ੍ਹ ਵੀ ਅਤੇ ਪਿਛਲੇ ਸਰਵੇ ਦੇ ਵਿੱਚ ਜਿਹੜਾ ਪਿੰਡਾਂ ਦਾ ਮਾਹੌਲ ਸੀਗਾ ਬਹੁਤ ਸ਼ਾਂਤ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਜੋ ਇਹ ਅੱਗ ਉੱਠਦੀ ਹੈ ਦਿੱਲੀ ਤੋਂ ਉੱਠਦੀ ਹੈ, ਪੰਜਾਬ ਦੇ ਵਿੱਚ ਮਾਹੌਲ ਦਿੱਲੀ ਤੋਂ ਖਰਾਬ ਹੁੰਦਾ। ਜੀ, ਅਗਰ ਅਸੀਂ ਪਿੰਡਾਂ ਦੇ ਅਮਨ ਅਮਾਨ ਅਤੇ ਖੁਸ਼ਹਾਲੀ ਦੀ ਗੱਲ ਕਰੀਏ, ਪੰਜਾਬ ਸਰਕਾਰ ਜਿਹੜੀ ਹੈ ਉਹ ਗ੍ਰਾਮ ਪੰਚਾਇਤਾਂ ਨੂੰ ਗਰਾਂਟਾਂ ਦਿੰਦੀ ਹੈ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ। ਤੁਸੀਂ ਅੱਜ ਜੋ ਅਜੋਕੇ ਤੌਰ 'ਤੇ ਜੋ ਉੱਥੇ ਬਾਦਲ ਸਰਕਾਰ ਹੈ, ਤੁਸੀਂ ਉਹਨਾਂ ਦੁਆਰਾ ਮਿਲ ਰਹੀਆਂ ਸਹੂਲਤਾਂ ਤੋਂ ਖੁਸ਼ ਹੋ ਜਾਂ ਕੋਈ ਤੁਹਾਡੀ ਮੰਗ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਵਿਕਾਸ ਹੋਣਾ ਚਾਹੀਦਾ? ਜੋ ਅਸੀਂ ਬਾਦਲ ਸਾਹਿਬ ਤੋਂ ਮੰਗਿਆ ਉਹਨੇ ਸਾਨੂੰ ਦਿੱਤਾ, ਡਿਵੈਲਪਮੈਂਟ ਦੀ ਖਾਤਰ, ਗਲੀਆਂ ਨਾਲੀਆਂ ਦੀ ਖਾਤਰ ਦਿੱਤਾ, ਗਲੀਆਂ ਨਾਲੀਆਂ ਦੀ ਖਾਤਰ ਸਾਨੂੰ ਮਿਲਿਆ, ਅਸੀਂ ਕੀਤੀਆਂ। ਜੋ ਕੁਛ ਜਿਹੜੇ ਕੰਮ ਰਹਿੰਦੇ ਆ ਉਹ ਹੁਣ ਗਾਂਹ ਸਰਕਾਰ ਬਣ ਗਈ ਉਹ ਕਰਨਗੇ, ਕੋਈ ਛੱਪਣਾਂ ਦੇ ਕੰਮ ਆ, ਕੋਈ ਸੜਕਾਂ ਦੇ ਕੰਮ ਆ, ਜੋ ਰਹਿੰਦੇ ਆ ਉਹ ਪੂਰੇ ਕਰਨਗੇ, ਵਾਅਦਾ ਕੀਤਾ ਉਹਨਾਂ ਨੇ। ਇੱਥੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ, ਜਿਹੜੇ ਕਿ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਲੋਕ ਜਿਹੜੇ ਨੇ ਉਹ ਮੀਡੀਆ ਦੇ ਰਾਹੀਂ ਵੇਖਦੇ ਨੇ, ਕਈ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ। ਕਾਰਨ ਹੈ ਕਿ ਉਹਨਾਂ ਨੂੰ ਉਹਨਾਂ ਦੇ ਅਨਾਜਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਜਾਂ ਸਬਸਿਡੀਆਂ ਦੇ ਉੱਪਰ ਉਹ ਖਰੇ ਨਹੀਂ ਉਤਰ ਰਹੇ। ਕੀ ਕਾਰਨ ਹੈ ਕਿ ਕਿਤੇ ਨਾ ਕਿਤੇ ਬਾਦਲ ਸਰਕਾਰ ਦੀ ਇਹ ਕਮੀ ਹੈ ਜਾਂ ਫਿਰ ਕਿਤੇ ਨਾ ਕਿਤੇ ਸਬਸਿਡੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਘਾਟਾ ਜਿਹੜਾ ਕਿਸਾਨਾਂ ਤੱਕ ਪੂਰੇ ਤੌਰ 'ਤੇ ਨਹੀਂ ਪਹੁੰਚ ਰਿਹਾ? ਕੀ ਕਹਿਣਾ ਚਾਹੋਗੇ ਇਹਦੇ ਵਿੱਚ? ਜੀ, ਜੋ ਕਿਸਾਨ ਖੁਦਕੁਸ਼ੀਆਂ ਕਰਦੇ ਆ ਇਹਦੇ ਵਿੱਚ ਜ਼ਿੰਮੇਵਾਰ ਸੈਂਟਰ ਸਰਕਾਰ, ਕਿਉਂਕਿ ਡਾਈ ਦਾ ਰੇਟ 1000 ਰੁਪਈਆ ਸੀਗਾ ਅਤੇ 2000 ਹੋ ਗਿਆ ਜੀ। ਜੋ ਕਣਕ ਦਾ ਰੇਟ ਆ ਉਹ ਇਹਨਾਂ ਨੇ ਵਧਾਇਆ 35 ਰੁਪਈਏ, ਕਿਸਾਨ ਨੇ ਖੁਦਕੁਸ਼ੀਆਂ ਕਰਨੀਆਂ, ਹੋਰ ਕੀ ਕਰੋ ਜੀ। ਇਸ ਵੇਲੇ ਡੀਜ਼ਲ ਦਾ ਰੇਟ ਇੱਕ ਸਾਲ ਦੇ ਵਿੱਚ 3 ਗੇਰੀ ਵੱਧ ਗਿਆ ਜੀ। ਇਸ ਸਿਲਸਿਲੇ 'ਚ ਮੈਂ ਗੱਲ ਕਰਨਾ ਚਾਹਾਂਗਾ ਸਾਡੇ ਅਮਨਜੀਤ ਸਿੰਘ ਖਹਿਰਾ ਜੀ, ਜੋ ਕਿ ਇੱਕ ਸਮਾਜ ਸੇਵੀ ਵੀ ਨੇ, ਅਤੇ ਸਮਾਜ ਸੇਵੀ ਹੋਣ ਦੇ ਪੱਖ ਤੋਂ ਮੈਂ ਜਾਣਨਾ ਚਾਹਾਂਗਾ ਕਿ ਉਹ ਸਮਾਜ ਨੂੰ, ਪੰਜਾਬ ਦੇ ਸਮਾਜ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਸਮਾਜ ਨੂੰ ਕਿਸ ਨਜ਼ਰ ਨਾਲ ਵੇਖਦੇ ਨੇ? ਜੇਕਰ ਆਪਾਂ ਗੱਲ ਕਰੀਏ ਪਾਰਟੀ ਲੈਵਲ 'ਤੇ, ਅਤੇ ਬਾਦਲ ਸਰਕਾਰ ਨੇ ਸਮਾਜ ਨੂੰ ਇੱਕ ਚੰਗਾ ਤਰੀਕਾ ਦੇਣ ਲਈ ਐਜੂਕੇਸ਼ਨ ਡਿਵੈਲਪ ਕੀਤੀ ਹੈ,
और साढ़े थां थां ते स्कूल कॉलेज बन रहे ने और ईवन प्रायमरी स्कूल जिहड़ा कि पंजाब दे विच पांच साल पहला डुब गया सी, तुसीं जाके पिंडां च देखो, तुसीं यूके तो सिख चैनल की टीम इत्थे आयो, जाके पिंडां दे विच उन्हां गल्लां नाल टॉक शो करो जिहड़ियां टीचर प्रायमरी स्कूल दे विच पढ़ाउंदियां ने, उत्थे किन्ने बच्चे पढ़ रहे ने, ते पांच साल पहला दा सर्वे देखो, उत्थे बच्चे स्कूलां दे विच नहीं सी। ਇਹ ਸਾਰੀ ਤੇ ਸਾਰੀ ਪੰਜਾਬ ਸਰਕਾਰ ਦੀ ਦੇਣ। ਉਸ ਤੋਂ ਬਾਅਦ ਮੈਂ ਗੱਲ ਕਰਾਂ, ਬਾਦਲ ਸਾਹਿਬ ਨੇ ਆਪਣੇ ਨਿੱਜੀ ਮੁਫਾਦ ਨੂੰ ਤਿਆਗ ਕੇ ਕੈਂਸਰ ਦੀ ਮੁਹਿੰਮ ਚੱਲੀ ਹੈ। ਕੈਂਸਰ ਦੇ ਉੱਤੇ 1.5 ਲੱਖ ਰੁਪਈਆ ਕੈਂਸਰ ਦੇ ਜਿਹੜੇ ਗਰੀਬ ਆ ਜਿਹੜੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਮੁਹੱਈਆ ਕਰਾਇਆ। ਉਸ ਤੋਂ ਬਾਅਦ ਆਪਾਂ ਗੱਲ ਕਰੀਏ 108 ਨੰਬਰ, ਕੀ ਤੁਸੀਂ ਸੋਚ ਸਕਦੇ ਹੋ ਯੂਕੇ ਯੂਰਪ ਦੇ ਵਿੱਚ ਵੱਸਦੇ ਮੇਰੇ ਸਾਥੀਓ, ਪੰਜਾਬ ਦੇ ਵਿੱਚ ਅੱਜ ਐਮਰਜੈਂਸੀ ਅਵੇਲੇਬਲ ਹੈ। 108 ਨੰਬਰ ਤੇ ਕਾਲ ਕਰਕੇ ਤੁਸੀਂ ਜਿੱਥੇ ਵੀ ਚਾਹੁੰਦੇ ਹੋ ਉੱਥੇ ਬੱਸ ਸੱਦ ਸਕਦੇ ਹੋ ਐਮਰਜੈਂਸੀ ਸੇਵਾ ਜੀ, ਇਨ 5 ਮਿੰਟ ਔਨ ਦਾ ਆਲ ਓਵਰ GT ਰੋਡ। ਇਹ ਇੱਕ ਬਹੁਤ ਵੱਡੀ ਸਾਨੂੰ ਦੇਣਾ ਇਸ ਸਰਕਾਰ ਦੀ, ਜਿਹੜੀ ਡਿਵੈਲਪਮੈਂਟ ਦੀ ਆਪਾਂ ਗੱਲ ਕਰਦੇ ਹਾਂ ਜੀ, ਔਰ ਇਹ ਇੱਕ ਸਮਾਜ ਸੁਧਾਰ ਦਾ ਸਭ ਤੋਂ ਵੱਡਾ ਕਿੱਤਾ ਮੈਂ ਮਹਿਸੂਸ ਕਰਦਾ ਤੇ ਫਖਰ ਮਹਿਸੂਸ ਕਰਦਾ ਕਿ ਮੈਂ ਇੱਕ ਅਕਾਲੀ ਪਾਰਟੀ ਨਾਲ ਸੰਬੰਧ ਰੱਖਦਾ ਜੀ। ਖਹਿਰਾ ਸਾਹਿਬ, ਮੈਂ ਇੱਥੇ ਹੀ ਗੱਲ ਕਰਨਾ ਚਾਹਾਂਗਾ, ਸਾਡੇ ਮੌਜੂਦਾ MLA ਸਾਹਿਬ ਇੱਥੇ ਬੈਠੇ ਨੇ, ਜਿੱਥੇ ਡਿਵੈਲਪਮੈਂਟ ਦੀ ਗੱਲ ਚੱਲੀ ਹੈ ਉੱਥੇ ਡਿਵੈਲਪਮੈਂਟ ਦੇ ਪੱਖੋਂ ਅਸੀਂ ਇਹਨਾਂ ਨਾਲ ਗੱਲ ਕਰਨਾ ਚਾਹਾਂਗੇ। ਅਕਾਲੀ ਸਰਕਾਰ ਦੁਆਰਾ ਰਾਈਟ ਸਰਵਿਸ ਐਕਟ ਉਲੀਕਿਆ ਗਿਆ, ਅਧਿਕਾਰ ਕਾਨੂੰਨ, ਕੀ ਇਹ ਸਹੀ ਹੈ? ਸਹੀ ਹੈ ਤੇ ਕਿੰਨਾ ਕੁ ਸਹੀ ਹੈ ਆਮ ਜਨਤਾ ਦੇ ਲਈ? ਦੇਖੋ, ਇਸ ਤਰ੍ਹਾਂ ਹੈ ਕਿ ਮੈਂ ਖੁਦ ਨੌਕਰੀ ਕੀਤੀ ਹੈ ਲੰਬਾ ਸਮਾਂ, ਕੁਛ ਇੱਕ ਅਫਸਰ ਇਹੋ ਜਿਹੇ ਹੈਗੇ ਆ ਜਿਹੜੇ ਆਪਣੇ ਕੰਮ ਨੂੰ ਸਹੀ ਕਰਦੇ ਆ ਔਰ ਸਮੇਂ ਸਿਰ ਕਰਦੇ ਆ। ਬਹੁਤ ਸਾਰੇ ਸਾਡੇ ਅਫਸਰ ਇਹੋ ਜਿਹੇ ਵੀ ਹੈ ਜਿਹੜੇ ਕੰਮ ਨੂੰ ਲਟਕਾਉਣਗੇ, ਵਾਰ ਵਾਰ ਬੁਲਾਉਣਗੇ, ਪ੍ਰੋਸੀਜਰ ਵੀ ਇਹੋ ਜਿਹੇ ਹੈਗੇ ਆ, ਲੇਕਿਨ ਸਾਡਾ ਐਟੀਚਿਊਡ ਇਹੋ ਜਿਹਾ ਬਣ ਚੁੱਕਾ ਹੈ। ਤੋ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਰਾਈਟ ਟੂ ਸਰਵਿਸ ਐਕਟ ਜਿਹੜਾ ਹੈਗਾ ਉਹ ਬਣਾਇਆ। ਰਾਈਟ ਟੂ ਸਰਵਿਸ ਐਕਟ ਦਾ ਮਤਲਬ ਇਹ ਹੈ ਕਿ ਇੱਕ ਆਮ ਇਨਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਹਰ ਰੋਜ਼ ਦਾ ਕੰਮ ਕਰਾਉਣ ਵਾਸਤੇ। ਸੋ ਉਹਦੇ ਵਿੱਚ 67 ਕੰਮ ਇਹੋ ਜਿਹੇ ਆਈਡੈਂਟੀਫਾਈ ਕੀਤੇ ਆ ਜਿਹੜੇ ਕੰਮ ਲਿਮਿਟ ਕਰਤੇ ਗਏ ਆ, ਸੀਮਤ ਕਰਤੇ ਗਏ ਕਿ ਇਸ ਸਮੇਂ ਵਿੱਚ ਹਰ ਹਾਲਤ ਵਿੱਚ ਉਹ ਕੰਮ ਕੀਤੇ ਜਾਣਗੇ। ਸੋ ਉਹਨਾਂ ਕੰਮਾਂ ਨੂੰ ਕਰਾਉਣ ਵਾਸਤੇ ਬਿਲਕੁਲ ਉਹ ਐਕਟ ਜਿਹੜਾ ਹੈਗਾ ਜੋ ਬਣਾਇਆ ਗਿਆ ਹੈਗਾ ਉਹਨੂੰ ਇਹਨਾਂ ਲਾਗੂ ਕੀਤਾ ਗਿਆ ਹੈਗਾ ਔਰ ਹਰ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਗਏ ਆ ਕਿ ਇਸ ਐਕਟ ਦੇ ਅਨੁਸਾਰ ਸਾਰੇ ਕੰਮ ਕੀਤੇ ਜਾਣ। ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਕਿ ਨਿਸ਼ਾਨਦੇਹੀ ਕਰਾਉਣੀ ਹੈ ਕਿਸੇ ਨੇ, ਤਾਂ ਨਿਸ਼ਾਨਦੇਹੀ ਕਰਾਉਣ ਵਾਸਤੇ ਪਹਿਲਾਂ ਹੁੰਦਾ ਸੀ ਕਿ ਆਮ ਤੌਰ 'ਤੇ ਤਹਿਸੀਲਦਾਰ ਕੋਲ ਜਾਓ, ਉਹ ਐਪਲੀਕੇਸ਼ਨ ਮਾਰ ਕਰੇਗਾ ਕਾਨੂੰਗੋ ਨੂੰ, ਕਾਨੂੰਗੋ ਦੀ ਮਰਜ਼ੀ ਆ, ਅੱਜ ਕਰ ਦੇ, ਕੱਲ੍ਹ ਕਰ ਦੇ, ਪਰਸੋਂ ਕਰ ਦੇ, ਨਾ ਕਰੇ, 6 ਮਹੀਨੇ ਨਾ ਕਰੇ। ਮੇਰੇ ਖਾਸ ਤੌਰ 'ਤੇ NRAB ਜਦੋਂ ਆਉਂਦੇ ਸੀ ਉਹਨਾਂ ਵਾਸਤੇ ਇਹ ਹੁੰਦਾ ਸੀ ਕਿ ਉਹਨਾਂ ਕੋਲ ਸਮਾਂ ਬੜਾ ਘੱਟ ਸੀ, ਉਹਨਾਂ ਨੇ ਵਾਪਸ ਜਾਣਾ ਹੁੰਦਾ ਸੀ। ਕਾਨੂੰਗੋ ਸਾਹਿਬਾਨ ਆਮ ਤੌਰ 'ਤੇ ਉਹ ਸਮਾਂ ਲਗਾ ਦਿੰਦੇ ਸੀ। ਹੁਣ ਇਹ ਕਰਤਾ ਗਿਆ ਕਿ 21 ਦਿਨ ਦੇ ਵਿੱਚ ਹਰ ਹਾਲਤ ਵਿੱਚ ਉਹ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਆ, ਜੇਕਰ ਨਹੀਂ ਕੀਤਾ ਜਾਏਗਾ ਤਾਂ 500 ਰੁਪਇਆ ਡੇਲੀ ਦਾ ਜਿਹੜਾ ਜੁਰਮਾਨਾ ਆ ਉਹ ਉਸ ਅਫਸਰ ਨੂੰ ਕੀਤਾ ਜਾਏਗਾ ਜਿਹੜਾ ਨਹੀਂ ਉਹ ਕੰਮ ਕਰੇਗਾ ਜੀ। ਕਲੇਰ ਸਾਹਿਬ, ਜਿੱਥੇ ਤੁਸੀਂ ਗੱਲ ਕੀਤੀ ਹੈ ਜੁਰਮਾਨੇ ਦੀ, ਕਰਪਸ਼ਨ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰਪਸ਼ਨ ਜਿਹੜੀ ਹੈ, ਜਿੰਨਾ ਮਰਜ਼ੀ ਕਹਿ ਲਈਏ ਕਿ ਅਸੀਂ ਬੜੀ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਉਹ ਸਾਹਮਣੇ ਆ ਹੀ ਜਾਂਦੀ ਹੈ। NRI ਵੀਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਉਹ ਵਿਦੇਸ਼ਾਂ ਤੋਂ ਸਾਡੇ ਪੰਜਾਬ ਆਪਣੇ ਵਤਨ ਪੁੱਜਦੇ ਨੇ ਤਾਂ ਉਹਨਾਂ ਨੂੰ ਕਈ ਵਾਰੀ ਦਿੱਤੇ ਹੋਏ ਸਮੇਂ ਤੋਂ ਵੱਧ ਸਮੇਂ ਲੱਗਦਾ ਹੈ ਤੇ ਲੈਣਾ ਦੇ ਵਿੱਚ ਲੱਗਣਾ ਪੈਂਦਾ ਹੈ। ਜੋ ਵਾਅਦੇ ਸਰਕਾਰ ਨੇ NRI ਵੀਰਾਂ ਦੇ ਨਾਲ ਕੀਤੇ ਸੀ ਕਿ ਉਹਨਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ, ਉਸ ਤਰ੍ਹਾਂ ਦੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਉਹਨਾਂ ਦੇ ਨਾਲ ਨਹੀਂ ਕੀਤਾ ਜਾਂਦਾ, ਕਿਸੇ ਤਰ੍ਹਾਂ ਦੀ ਕੋਈ ਸਹੂਲਤ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ। ਹੁਣ ਬਾਦਲ ਸਰਕਾਰ NRI ਵੀਰਾਂ ਦੇ ਲਈ ਕੀ ਸਹੂਲਤਾਂ ਉਲੀਕ ਰਹੀ ਹੈ ਅਜੋਕੇ ਸਮੇਂ ਦੇ ਵਿੱਚ? ਦੇਖੋ, ਇਸ ਤਰ੍ਹਾਂ ਹੈ ਕਿ ਤੁਸੀਂ ਹਰ ਡਿਸਟ੍ਰਿਕਟ ਦੇ ਵਿੱਚ ਦੇਖਿਆ ਹੋਏਗਾ ਔਰ ਸਬ ਡਿਵੀਜ਼ਨ ਹੈੱਡਕੁਆਰਟਰ ਤੇ ਵੀ ਦੇਖਿਆ ਹੋਏਗਾ, ਸੁਵਿਧਾ ਸੈਂਟਰ ਬਣੇ ਆ। ਸੁਵਿਧਾ ਸੈਂਟਰ ਦਾ ਮਤਲਬ ਇਹ ਹੈ ਕਿ ਉੱਥੇ ਇੱਕੋ ਹੀ ਕਾਊਂਟਰ ਦੇ ਉੱਤੇ ਵੱਖ ਵੱਖ ਜਿਹੜੇ ਕੰਮ ਹੈਗੇ ਆ ਉਹ ਕਰਵਾਏ ਜਾ ਸਕਦੇ ਹਨ। ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਘੱਟ ਤੋਂ ਘੱਟ ਜਿਹੜਾ ਹੈਗਾ ਦਫ਼ਤਰਾਂ ਦੇ ਵਿੱਚ ਸਮਾਂ ਬਰਬਾਦ ਹੋਵੇ। ਉਸ ਤੋਂ ਇਲਾਵਾ ਤੁਸੀਂ ਇੱਕ ਕਾਊਂਟਰ 'ਤੇ ਜਾਓ, ਤੁਹਾਡੇ ਕੰਮ ਉੱਥੇ ਕੀਤੇ ਜਾਣ ਔਰ ਨਾਲ ਤੁਹਾਨੂੰ ਉਹ ਡੇਟ ਬਾਊਂਡ ਕਰ ਦਿੱਤੇ ਜਾਣ ਕਿ ਇਸ ਡੇਟ ਨੂੰ ਆ ਕੇ ਆਪਣੇ ਕਾਗਜ਼ ਲੈ ਲਏ ਜਾਣ, ਔਰ ਇਹ ਕੰਮ ਹੋ ਵੀ ਰਹੇ ਹਨ।
हाँ ये ठीक है कि मैं ये समझदा हैगा करप्शन जिहड़ी हैगी आ अगे नालों घटी हैगी आ। हुण सरकार दा इसे जोर है कि करप्शन नूं ठल पाई जाए और असी इसे जिवें मैं जगराओं का एम एल ए हैगा असी इत्थे इस गल ते पहरा देंगे कि करप्शन जिहड़ी हैगी आ उह इहो जिहे अफसर लगाए जाण जिहड़े कि करप्ट ना होण, जिहड़े कि लोकां नाल फ्रेंडली बिहेव करन और लोकां दे जिहड़े कामकार हैगे समय सिर करन। जी बहुत वधिया तुसीं गल कीती है। इत्थे ही मैं गल करना चाहवांगा साडे बड़े ही सूझवान हर सुरिंदर सिंह गिल जी नाल जो कि एग्जीक्यूटिव कमेटी मैंबर एस जी पी सी ने अते नाल ही सिक्ख्या दे मयार दे विच भी इन्हां दा बड़ा योगदान है। जी गिल साहब मैं तुहानू पुछना चाहवांगा सिक्ख्या दे केंद्र दे विच नौजवानां दे भविख नूं सुधारन दे लई एस जी पी सी वल्लों की कदम उठाए जा रहे। श्रोमणी गुरुद्वारा प्रबंधक कमेटी वल्लों बहुत ही वड्डे कदम इहदे विच उठाए गए आ और सारा नो वड्डा उपराला जिहड़ा एक श्री गुरु ग्रंथ साहब यूनिवर्सिटी जिहड़ी फतेहगढ़ साहब दे विच आ उह बनाई गई है और वह मैं समझदा बई वह पंजाब दे विच बहुत ही वड्डा एक एडा सलाघा जो काम श्रोमणी गुरुद्वारा प्रबंधक कमेटी ने किया है बादल साहब दे सहयोग दे नाल और उत्थे हर तरह की पढ़ाई टैक्नीकल और सब तरह के कोर्सेज वगैरह वो सारे शुरू हो चुके हैं क्योंकि ऐतकी पहला साल है उहदा। और वैसे भी श्रोमणी गुरुद्वारा प्रबंधक कमेटी वालों तकरीबन 151 स्कूल कॉलेज मैडिकल कॉलेज इंजीनियरिंग कॉलेज और चलाए जा रहे हैं और उहदे विच तकरीबन 10 स्कूल तो यह जिहड़े वड्डे वड्डे आ बहुत वड्डे प्रोजैक्ट से उन्हां दे करोड़ां रुपए उन्हां ते खर्च आया और बड़े मॉडल स्कूल आ श्रोमणी गुरुद्वारा प्रबंधक कमेटी दे। गिल साहब इत्थे 2 मिनट लई असीं रुकांगे साडे नाल इक कॉलर जुड़ चुके ने असीं लैने आ उन्हां दी कॉल ते जानदे आ उन्हां दे विचार। जी वाहिगुरु जी का खालसा वाहिगुरु जी फतेह जी। वाहिगुरु जी का खालसा वाहिगुरु जी की फतेह जी। हां जी मैं सरदार गरेवाल साहब ते गिल साहब नूं इक क्वेश्चन पुछना चाहना। जी हेलो। हां जी बिलकुल जी। हां जी मैं मेरा क्वेश्चन आ गरेवाल साहब ते गिल साहब नूं ਤੇ ਪਹਿਲੀ ਗੱਲ ਤੇ ਆ ਵੀ ਸ਼ਿਵ ਸੈਨਾ ਸਾਡੇ ਬੈਰ ਕਿਉਂ ਪੈ ਜਾਂਦੀ ਆ ਅਸੀਂ ਸ਼ਿਵ ਸੈਨਾ ਦਾ ਕੀ ਮਾੜਾ ਕੀਤਾ। ਜੀ ਬਹੁਤ ਵਧੀਆ ਜੀ। ਦੂਜਾ ਕੁਐਸਚਨ ਮੇਰਾ ਇਹ ਆ ਕਿ ਜਦ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੋ ਗਿਆ ਤੇ ਫਿਰ ਕਾਹਦੇ ਲਈ ਸਿਮਰਨਜੀਤ ਸਿੰਘ ਮਾਨ ਦਲਜੀਤ ਸਿੰਘ ਪਿੱਟੂ ਤੇ ਸੰਤ ਦਾਦੂਵਾਲ ਵਾਲੇ ਸਾਰੇ ਇਹ ਖਾਲੀ ਟੈਸਟ ਕੀਤੇ ਆ ਇਹਦੇ ਪਿੱਛੇ ਕੀ ਰਾਜਨੀਤੀ ਆ ਇਹ ਮੇਰੇ 2 ਕੁਐਸਚਨ ਆ। ਜੀ ਬਹੁਤ ਵਧੀਆ ਸਵਾਲ ਜਿਹੜੇ ਨੇ ਤੁਸੀਂ ਕੀਤੇ ਨੇ ਵੀਰ ਜੀ ਬਹੁਤ ਵਧੀਆ ਸਵਾਲ ਨੇ ਔਰ ਅਸੀਂ ਇਹਨਾਂ ਸਵਾਲਾਂ ਦਾ ਇਹਨਾਂ ਨਾਲ ਜ਼ਿਕਰ ਜ਼ਰੂਰ ਕਰਾਂਗੇ। ਵੀਰ ਜੀ ਪੁੱਛਣਾ ਚਾਹੁੰਦੇ ਨੇ ਕਿ ਕੀ ਕਾਰਨ ਹੈ ਕਿ ਕਿਸੇ ਵੀ ਗੱਲ ਦਾ ਮੁੱਦਾ ਬਣਾ ਕੇ ਸ਼ਿਵ ਸੈਨਾ ਵਾਲੇ ਅੱਗੇ ਆ ਜਾਂਦੇ ਨੇ ਕੀ ਕਹਿਣਾ ਚਾਹੁੰਦੇ? ਦੇਖੋ ਜੀ ਗੱਲ ਇਹ ਆ ਸਿੰਘ ਸਾਹਿਬ ਦਾ ਕੁਐਸਚਨ ਤਾਂ ਵਧੀਆ ਹੈ ਪਰ ਸ਼ਿਵ ਸੈਨਾ ਦੇ ਬਾਰੇ ਤਾਂ ਹੁਣ ਸ਼ਿਵ ਸੈਨਾ ਵਾਲੇ ਹੀ ਜਾਣ ਸਕਦੇ ਆ ਵੀ ਉਹ ਕਿਉਂ ਅੱਗੇ ਆਉਂਦੇ ਆ। ਗਰੇਵਾਲ ਸਾਹਿਬ ਨੇ ਜਿਵੇਂ ਦੱਸਿਆ ਸੀ ਵਿੱਚ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਉਹ ਕੋਈ ਅਸਲੀ ਸ਼ਿਵ ਸੈਨਿਕ ਨਹੀਂ ਉਹਨਾਂ ਨੂੰ ਕਿਹਾ ਜਾ ਸਕਦਾ। ਜੇ ਕੋਈ ਸ਼ਿਵ ਦੇ ਭਗਤ ਆ ਤਾਂ ਸ਼ਿਵ ਜੀ ਨੇ ਨਹੀਂ ਸਿਖਾਇਆ ਉਹਨਾਂ ਨੂੰ ਕੋਈ ਸ਼ਰਾਰਤਾਂ ਕਰਨੀਆਂ ਜਾਂ ਕੋਈ ਇਹੋ ਜਿਹੀ ਅੱਗ ਲਾਉਣੀ। ਉਹ ਅਸਲੀ ਸ਼ਿਵ ਸੈਨਿਕ ਉਹ ਵੀ ਹੈ ਨਹੀਂ ਗੇ ਸਿੰਘ ਸਾਹਿਬ। ਇਸ ਕਰਕੇ ਸ਼ਰਾਰਤ ਵਾਲੇ ਲੋਕ ਤਾਂ ਇੰਗਲੈਂਡ ਦੇ ਵਿੱਚ ਵੀ ਹੋਣਗੇ ਮੇਰਾ ਖਿਆਲ। ਅਸੀਂ ਵੀ ਪੜ੍ਹਦੇ ਰਹਿੰਦੇ ਹਾਂ ਵੀ ਇੰਗਲੈਂਡ ਦੇ ਵਿੱਚ ਕੋਈ ਉਹ ਛੁਰਾ ਮਾਰ ਕੇ ਭੱਜ ਗਿਆ ਕਾਲਾ, ਕੋਈ ਲੁੱਟ ਕੇ ਭੱਜ ਗਿਆ। ਦੇਖੋ ਹਰ ਤਰ੍ਹਾਂ ਕ੍ਰਾਈਮ ਹਰ ਜਗ੍ਹਾ 'ਤੇ ਹੁੰਦਾ, ਹਰ ਜਗ੍ਹਾ 'ਤੇ ਸ਼ਰਾਰਤਾਂ ਹੁੰਦੀਆਂ ਔਰ ਮੈਂ ਸਮਝਦਾ ਵੀ ਉਹ ਸਹੀ ਸ਼ਿਵ ਸੈਨਿਕ ਅਸਲੀ ਨਹੀਂ ਹੈ ਉਹ ਜਿਹੜੇ ਇਹੋ ਜਿਹੀ ਸ਼ਰਾਰਤ ਕਰਦੇ ਔਰ ਚੰਗੇ ਸ਼ਿਵ ਸੈਨਿਕ ਆ ਜਿਹੜੇ ਉਹ ਹਰ ਪੰਜਾਬ ਦੇ ਭਲੇ ਲਈ ਸੋਚੂਗਾ, ਜਨਤਾ ਦੇ ਭਲੇ ਲਈ ਸੋਚੂਗਾ, ਲੋਕਾਂ ਦੇ ਭਲੇ ਲਈ ਸੋਚੂਗਾ ਔਰ ਨੌਜਵਾਨਾਂ ਦੇ ਹਿੱਤ ਦੀ ਗੱਲ ਕਰੂਗਾ। ਇਹ ਮੈਂ ਵੀਰ ਜੀ ਨੂੰ ਇਹ ਜਾਣੂ ਕਰਾਉਣਾ ਚਾਹੂੰਗਾ ਇਸ ਗੱਲ ਤੋਂ ਕਿ 30 ਤਰੀਕ ਨੂੰ ਸ਼ਿਵ ਸੈਨਾ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਅਤੇ ਪੁਲਿਸ ਫੋਰਸ ਵੀ ਸਾਡੀ ਬਹੁਤ ਚੌਕਸ ਸੀ। ਜਦੋਂ ਮੈਂ ਚੰਡੀਗੜ੍ਹ ਏਅਰਪੋਰਟ 'ਤੇ ਉੱਧਰ ਪਹੁੰਚਿਆ ਸੀਗਾ ਬੰਬੇ ਤੋਂ ਟਰੈਵਲ ਕਰਕੇ ਅਤੇ ਮੈਂ ਨਾ ਕਾਲ ਕੀਤੀ ਸੀਗੀ ਐੱਸ ਐੱਸ ਪੀ ਸਾਹਿਬ ਨੂੰ ਪੁੱਛਿਆ ਸੀ ਵੀ ਕਿਸ ਤਰ੍ਹਾਂ ਮਾਹੌਲ ਹੈ ਅਤੇ ਮੈਂ ਕਿਸ ਤਰ੍ਹਾਂ ਪਿੰਡ ਪਹੁੰਚਣਾ। ਉਹਨਾਂ ਨੇ ਵੀ ਮੈਨੂੰ ਕਿਹਾ ਸੀ ਵੀ ਇੱਥੇ ਪਤਾ ਨਹੀਂ ਕੀ ਕੁਝ ਹੋਣਾ ਪਰ ਜਦੋਂ ਮੈਂ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚਿਆ ਦੇ ਵਾਜ਼ ਨੋ ਸੱਚ ਥਿੰਗ
मैं उतो चल के 3.5 घंटे की ड्राइव करके जगराऊं पहुंचा सीगा, कोई प्रॉब्लम नहीं सी। ये थोड़े मुट्ठी भर लोग ने जेड़े अपने समाज के आपां नूं इवें बयानबाजी करके गुमराह करते हैं। मैनू नहीं लग्या इत्थे कोई शिवसेना की गल सी, कितें भी कोई रोस धरना कोई मुजहरा नहीं होया, बहुत थोड़ा ये चीज़ां इत्थे पंजाब दे विच होईयां ने। आपां नूं इस गल्लां तों जागरूक होना चाहिए, क्योंकि आपां जदों कितें ये गल्लां डिस्कस करते हैं तो आपां भावुक होकर गल्लां करन लग जांदे हां कि हाँ जी शिवसेना ने सानूं जे करता वो करता। इत्थे सारे ही भाईचारक सांझ आ, सारे लोग कट्ठे बैठते उठते आ, सारे लोगों के कट्ठे सांझे कम ने। पंजाब दे विच सदियां तों चले आ रहे ने, कोई शिवसेना का बोलबाला नहीं, कोई किसी का नहीं है, वो अपना काम करते हैं, आपां अपना काम करते हैं। जी बहुत वधिया खैरा साहब, तुसीं गलबात कीती कि शिवसेना की ऐसी कोई गलबात नहीं है। असी हुण जानना चाहांगे साढ़े बड़े ही सत्कारयोग गिल साहब तो, जिक्र कर रहे सीगे एजुकेशन का, एस जी पी सी द्वारा उलीकी गए जिहड़े नवें स्कूल ने, एस जी पी सी द्वारा खोले गए ने, यूनीवर्सिटियां खोलियां जा रही ने। गिल साहब, साढ़े यूके ते यूरोप की संगत से पूछना चाहती है कि पंजाब ते हिंदुस्तान दे विच सिख जगत दे विच कई ऐसे परिवार ने जिहड़े सिक्ख्या दे लई जिहड़े जो पैसे ने जां आम तौर ते सीधे स्पष्टा च कह लईए कि फीस जिहड़ी है अफोर्ड नहीं कर सकदी, ऐसे गरीब परिवारां दे लई एस जी आ रही है सिक्ख्या दे खेत्र विच। जिहड़े इहो जिहे गरीब परिवार है जी जिन्हां दी मतलब घर दी हालात ठीक नहीं जां उहनां दे परिवार उहनां दी फीस नहीं दे सकदे, श्रोमणी गुरुद्वारा प्रबंधक कमेटी उन्होंने जी फीस है वह दी है और जोड़ा उन्होंने तक पहुँच करता, क्योंकि ऊँ तो पता नहीं लगता भी कि फीस है नहीं। जोड़ा भी साढ़े को बहुत लोग आए भी साढ़े बच्चे की फीस है नहीं, हूने जी पिछे जे साडे जी एन ई कॉलेज के एक बच्चा से माँ प्यो है नहीं सी और बड़ी तकलीफ सी, और साडे प्रधान साहब ने जी सारी फीस है साल की वह उत्थे कॉलेज के दिती है। और इस तरह अड्ड अड्ड अदारूलों का कुछ परसेंटेज की हुई है भी उन्होंने बच्चों की फीस माफ होनी है। सो इस इधर बहुत वड्डा उपराला जिहड़ा हैगा, उन्होंने फ्री दे विच बच्चों नूं किताबां भी दित्तियां जांदियां, और जिहड़े साडे पिंडां दे विच श्रोमणी गुरुद्वारा प्रबंधक कमेटी के स्कूल है उन्होंने फीस जिहड़ी बहुत घट है, जिहड़ा आम गरीब परिवार आपदे बच्चों नूं पढ़ा सके, और ये बहुत वधिया ढंग दे नाल चल रहे हैं। जी गिल साहब, एक सवाल जिहड़ा है वह बड़ा ही खासा उत्साहवर्धक सवाल है, पर सवाल तो पहला साढ़े नाल एक कॉलर जुड़ चुके ने, असी करदे आ गलबात साढ़े कॉलर दे नाल। जी पर सानू तुहाडे केस बारे नहीं पता है, जे तुसी सानू इहदे बारे कोई स्पष्ट
इस चैनल के थ्रू तो सानू कोई लिख के भेज दो तो असी तुहाडा जिहड़ा केस आगे सरकार तक जां उस संबंधित अफसर तक ले जा सकीए क्योंकि उहदी सच्चाई तक जा सकीए भी उहदे विच है की आ और तुहाडी मदद असी जरूर करांगे। मेरा मोबाइल नंबर 9417300071 उस ते तुसी फोन करके भी दस सकते हो और इस चैनल दे थ्रू भी तुसी भेज सकते हो। जी मैं एक बार इन्हों का फोन नंबर जो रिपीट कर देना चाहवागा ता जो साढ़े जो कॉलर बीबी जी जुड़े सन उन्होंने कॉल जी है इन्हों कर लैन ता जो उन्होंने होर जी है वो सहूलत मिल सके। मैं फोन नंबर दोहराना चाहवागा 9417300071। नैक्सट कॉलर साढ़े इतने जुड़ चुके हैं असं करते हैं उन्होंने गलबात। जी हाँ जी वाहे खालसा फतेह वाहगुरु जी का खालसा वाहगुरु जी की फतेह। जी लाइन शुरू कर लियो। हाँ जी बोलो जी तुसी लाइव हो। हाँ जी वाहे खालसा वाहगुरु फतेह जी। हाँ जी जी मेरा सवाल यह है सारे जो सज्जन पैनल बैठे इस समय कि इन्हां विचों हुण कई सरदार बलवंत सिंह जी राजोवाणा दी किसी ने मुलाकात की हुण नंबर वन। दूसरा गल है कि जदों के सेम टाइम ये सारे मिनिस्ट्री जो है पंजाब सरकार दे जो सो कॉल्ड लीडर्स दी लाइन लगी है बीबी जगजीत कौर दी मुलाकात वास्ते ते नाइट विच उस तो अगे एक होर सवाल मैं आप जी बेनती करा कि सरदार कपूर सिंह जी जो कि इस जगाओं के पासी सी कि इन्हों पैनल इस पैनल के सजना ने उन्होंने साथी पढ़ी है ये पढ़ी है ताकि इन्होंने उस मिनिस्ट्री से जो कि साड़ी सरकार है की उसकी गौर की गई है या नहीं। बस ये मेरे दो तीन सवाल आपने सी और इस नाल ही मैं धन्यवाद करा जिन्हें नौजवान प्रोडक्ट कर रहे अपनी ये मैं उन्होंने वालों बहुत ही खुशी महसूस करा हाईली प्रोफेशनली वो प्रोडक्ट कर रहे हैं। मेरे वालों फर्स्ट तो वेरी बिग थैंक यू गोज टू दिस जेंटलमैन थैंक यू सो मच एंड वाहे जी का खालसा वाहे जी की फतेह। हां जी साडे शो नु सराहा रहे हो तुसी देख रहे हो तुहाडा बहुत बहुत धन्यवाद। तुहाडी इस गल नु असीं इन्हां तक जरूर पहुंचाने हैं जी। सब तो पहला इन्हों का यह सवाल है कि जिन्हें भी पैनल दे विच इत्थे शख्सियतां बैठियां ने उन्होंने भाई बलवंत सिंह राजोवाणा दे नाल मुलाकात की है जिवें असीं पहला दस चुके कि किसी ने मुलाकात नहीं की। उन्हों का दूसरा सवाल यह है कि भाई कपूर सिंह जी जो कि इतों के ही वसनीक दसे गए हैं उन्होंने साखी बारे और उन्होंने जीवन बारे तो उन्होंने उद्देशों बारे वो पूछना चाहते हैं इन्होंने बारे की कहना चाहते हो गरेवाल साहब। बहुत सोहना सवाल किया सरदार साहब ने बड़े संखेप शब्दों च बहुत वधिया गल की है। सब तो पहला तो मैं दस देना चाहना कि यह गल की खुशकिस्मती है कि भाई बलवंत सिंह राजोवाणा की मुलाकात ना कह मैं उन्होंने दर्शन किए हैं फांसी के ऐलान होने तो पहला उन्होंने दर्शन हुए ने विचार वटांदरा भी होया साडा जिहड़ा बहुत वड्डा सत्कार उन्होंने लिए हमेशा पहला भी सी अज भी है तो गांह भी रहेगा। रही गल जी बहुत सोहनी गल की है साडे जगराओं के नाल संबंधित सरदार कपूर सिंह आई सी एस जिन्हों की सिख पंथ का दिमाग सिख पंथ के बहुत वड्डे विद्वान के तौर पर जाना जाता तो असं माण महसूस करते हैं कि वह साडे जगराउंदे ने। इस तो भी वड्डा माण है कि मैनू यह याद है कि जदों असी 99 असी रिहा होके आए तो वह 84 जाने तो पहला सानू यह गल याद है जदों छोटे होंदे सी तां वड्डे वड्डे पंथ के जिहड़े लीडर है उन्होंने दरवाजे ते खड़दे सी। सानू कई बार याद है कि सरदार गुरचरण सिंह टौड़ा उन्होंने घर आए तो सरदार साहब ने उन्होंने मिलने तो ना कर दी पर एडी वड्डी उस गल उस समय सानू इन्हां दी शख्सियत बारे इन्ना शायद ज्ञान नहीं सी क्योंकि छोटे सी पर वह टौड़ा साहब गए नहीं जिन्नी देर तक सरदार साहब मिले नहीं उन्होंने तो ये उन्हां दी काबिलियत की गल है। तो रही गल सानू भी इस गल का माण है कि असी उन्हां दे नाल रहे भावें कि जदों साडे कोल सन उन्हां दी उस गल उस लैवल नूं असी नहीं सी समझ सके पर यह गल का माण है कि असी उस तो बाद हर साल धालीवाल परिवार के रल के उन्होंने याद न भी ताजा करते हैं तो अज भी असी उन्होंने नाल जुड़े हुए हैं। रही गल उन्होंने साची साखी की जी एक बहुत ही महान एक फलसफा
ਜਿਹੜਾ ਸਿੱਖਾਂ ਦੇ ਵਾਸਤੇ ਇਹ ਕੰਧ ਤੇ ਲਿਖਿਆ ਸੱਚ ਹੈ ਜਿਹਨੂੰ ਹਰ ਸਿੱਖ ਜਿਹੜਾ ਪੜ੍ਹਨਾ ਚਾਹੀਦਾ। ਅਤੇ ਮੈਂ ਸਮਝਦਾ ਕਿ ਅੱਜ ਅਸੀਂ ਇਹ ਗੱਲ ਦੇਖਦੇ ਹਾਂ ਜਦੋਂ ਇਹ ਗੱਲ ਅਸੀਂ ਯਾਦ ਕਰਦੇ ਹਾਂ ਕਿ ਸਾਡੇ ਨਾਲ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜੋ ਹਸ਼ਰ ਸਾਡੇ ਨਾਲ ਕੀਤਾ ਗਿਆ, ਜੋ ਸਾਡੇ ਬਾਰੇ ਅੰਦਰੂਨੀ ਗੱਲਾਂ ਸੀ ਉਹ ਜਿਹੜੀਆਂ ਨਸ਼ਰ ਕੀਤੀਆਂ, ਉਹ ਸਰਦਾਰ ਕਪੂਰ ਸਿੰਘ ਜੀ ਨੇ ਉਹ ਹਰ ਸਟੇਜ 'ਤੇ ਹਰ ਲੀਡਰ ਭਾਵੇਂ ਆਪਦੇ ਜਾਤੀ ਲੋੜ ਲਈ ਭਾਵੇਂ ਸਮੇਂ ਦੇ ਮੁਤਾਬਕ ਉਹ ਵਰਤਦਾ, ਪਰ ਉਹ ਸਰਦਾਰ ਕਪੂਰ ਸਿੰਘ ਦੀ ਉਹ ਗੱਲ ਨੂੰ ਯਾਦ ਰੱਖਦਾ ਜਿਹਦੇ 'ਚ ਉਹਨਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਦੀ ਗੱਲ ਕੀਤੀ ਸੀ, ਇਹ ਸਰਦਾਰ ਕਪੂਰ ਸਿੰਘ ਨੇ ਯਾਦ ਕਰਵਾਈ ਸੀ। ਸੋ ਸਰਦਾਰ ਸਾਹਿਬ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਅੱਜ ਵੀ ਸਾਡੇ ਜਿਹਨ ਦੇ ਅੰਦਰ ਹੈ, ਅਸੀਂ ਉਹਨਾਂ ਦੇ ਵਿਚਾਰਾਂ ਦਾ ਸਤਿਕਾਰ ਵੀ ਕਰਦੇ ਹਾਂ। ਸਮੇਂ ਨਾਲ ਗੁਰੂ ਕਿਰਪਾ ਕਰੇ ਉਹਨਾਂ ਦੀ ਇਸ ਵਿਚਾਰ ਨੂੰ ਲਾਗੂ ਕਰਨ ਲਈ ਗੁਰੂ ਸਮਰੱਥਾ ਬਖਸ਼ੇ, ਏਕਤਾ ਬਖਸ਼ੇ, ਆਪਾਂ ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਆਉਣ ਵਾਲੇ ਸਮੇਂ 'ਚ ਲਾਗੂ ਕਰ ਸਕੀਏ। ਗਰੇਵਾਲ ਸਾਹਿਬ, ਇੱਥੇ ਜਿੱਥੇ ਤੁਸੀਂ ਐਸ ਜੀ ਪੀ ਸੀ ਦੇ ਮੈਂਬਰ ਹੋ ਇਸ ਹਲਕੇ ਦੇ, ਬਾਹਰਲੇ ਮੁਲਕਾਂ ਦੇ ਵਿੱਚ ਵੱਸ ਰਹੇ ਸਾਡੇ ਜਿਹੜੀ ਸੰਗਤ ਹੈ, ਜਿਹੜੀ ਦਰਸ਼ਕ ਹੈ, ਪੰਜਾਬ ਦੇ ਵਿੱਚ ਐਸ ਜੀ ਪੀ ਸੀ ਨੂੰ ਲੈ ਕੇ ਹੋ ਰਹੀਆਂ ਘਟਨਾਵਾਂ ਜਾਂ ਉਹਨਾਂ ਵੱਲੋਂ ਉਲੀਕੇ ਗਏ ਕੰਮਾਂ ਨੂੰ ਲੈ ਕੇ ਉਹਨਾਂ ਨੂੰ ਇੱਕ ਟਿਕਟਿਕੀ ਲੱਗੀ ਰਹਿੰਦੀ ਹੈ, ਪੰਜਾਬ ਦੇ ਵਿੱਚ ਐਸ ਜੀ ਪੀ ਸੀ ਦੇ ਇਲੈਕਸ਼ਨਾਂ ਦੇ ਦੌਰਾਨ ਇੱਕ ਮੁੱਦਾ ਜਿਹੜਾ ਬੜਾ ਸਾਹਮਣੇ ਉੱਠ ਕੇ ਆਇਆ ਸੀਗਾ, ਸਹਿਜਧਾਰੀ ਸਿੱਖ ਵੋਟ ਦਾ ਤੇ ਸਿੱਖ ਵੋਟ ਦਾ, ਉਸ ਨੂੰ ਲੈ ਕੇ ਸਮੇਂ ਸਮੇਂ ਦੇ ਉੱਪਰ ਸਰਕਾਰ ਦੁਆਰਾ ਤੇ ਜਿਹੜੇ ਸਾਡੇ ਨਿਆਇ ਕੋਰਟ ਸੀ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਡਿਸੀਜ਼ਨ ਲਿੱਤੇ ਗਏ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਇੱਕ ਤਾਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਐਸ ਜੀ ਪੀ ਸੀ ਹੈ ਜਾਂ ਸੰਸਥਾਵਾਂ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਕੁਛ ਬਾਹਰ ਵਾਪਰਿਆ, ਬਾਹਰ ਸਾਡੇ ਸਿੱਖਾਂ 'ਤੇ ਹਮਲਾ ਹੋਇਆ, ਫਰਾਂਸ ਦੇ ਅੰਦਰ ਦਸਤਾਰ ਦਾ ਜਿਹੜਾ ਮਸਲਾ ਚੱਲ ਰਿਹਾ, ਮੈਨੂੰ ਬਿਲਕੁਲ ਬਖੂਬੀ ਯਾਦ ਹੈ ਕਿ ਸਰਦਾਰ ਬਸੰਤ ਸਿੰਘ ਪੰਜ ਹੱਥਾ ਜਿਹੜੇ ਕਿ ਉਹ ਫਰਾਂਸ ਦੇ ਵਿੱਚ ਦਸਤਾਰ ਦੀ ਲੜਾਈ ਲੜ ਰਹੇ ਆ, ਉਹ ਇੱਥੇ ਆਏ, ਉਹਨਾਂ ਦੇ ਨਾਲ ਰਲ ਕੇ ਅਸੀਂ ਕਮੇਟੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਰਲ ਕੇ ਅਸੀਂ ਹਿੰਦੁਸਤਾਨ ਦੀ ਸਰਕਾਰ ਕੋਲ ਇਹ ਗੱਲ ਉਠਾਈ ਅਤੇ ਅੱਜ ਵੀ ਉਹਨਾਂ ਦੀ ਉਹ ਲੜਾਈ, ਜਿਹੜੇ ਬਾਹਰ ਦੇ ਸਿੱਖਾਂ ਦਾ ਕੋਈ ਵੀ ਮਸਲਾ ਹੈ, ਕਿਤੇ ਵੀ ਬੈਠਾ ਸਿੱਖ ਹੈ, ਉਸ ਦੀ ਲੜਾਈ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਲੈ ਕੇ ਜਾਂਦੀ ਹੈ। ਜਿਹੜੀ ਦੂਸਰਾ ਉਸ ਤੋਂ ਅਗਲਾ ਸਵਾਲ ਤੁਸੀਂ ਕੀ ਕਰ ਰਹੇ ਸੀ? ਸਹਿਜਧਾਰੀ, ਹਾਂ ਸਹਿਜਧਾਰੀ, ਜਿਹੜੀ ਮੈਂ ਸਹਿਜਧਾਰੀ ਵਾਲੀ ਤੁਹਾਨੂੰ ਗੱਲ ਦੱਸਦਿਆਂ ਕਿ ਇਹ ਇੱਕ ਬਹੁਤ ਵੱਡੀ ਇੱਕ ਸ਼ਰਾਰਤ ਹੈ ਜਿਹੜੀ ਕਿ ਸਾਡੇ ਸਾਰੇ ਮਾਹੌਲ ਨੂੰ ਰਲਗੜ ਕਰਨਾ ਚਾਹੁੰਦੇ ਆ। ਅਸੀਂ ਕਿਸੇ ਵੀ ਧਰਮ ਦੇ ਵਿੱਚ ਉਹਦੇ ਪ੍ਰਬੰਧਾਂ ਦੇ ਵਿੱਚ ਦਖਲ ਨਹੀਂ ਦਿੰਦੇ, ਪਰ ਅਸੀਂ ਬਿਲਕੁਲ ਇਹ ਗੱਲ ਸਮਝਦੇ ਹਾਂ ਕਿ ਜਿਹੜੇ ਸਿੱਖਾਂ ਦਾ ਪ੍ਰਬੰਧ ਹੈ ਉਹਦੇ ਵਿੱਚ ਸਿੱਖ ਭਾਵਨਾ ਵਾਲਾ, ਸਿੱਖ ਸਿੰਘ ਲੱਗਿਆ ਅਤੇ ਕੌਰ ਲੱਗਿਆ ਜਿਹੜਾ ਬੱਚਾ ਜਾਂ ਕੋਈ ਵੀ ਵਿਅਕਤੀ ਆ ਉਹ ਵੋਟ ਦਾ ਹੱਕਦਾਰ ਹੋਵੇ, ਸਤਿਕਾਰ ਸਾਰਿਆਂ ਦਾ। ਇਹ ਗੱਲ ਸਾਡੇ, ਮੇਰੇ ਨਿੱਜੀ ਵਿਚਾਰ ਵੀ ਆ, ਤੁਹਾਡੇ ਵੀ ਇਹ ਹੋਣੇ ਚਾਹੀਦੇ ਆ, ਪਰ ਇਹ ਜਿਹੜੀ ਸਹਿਜਧਾਰੀ ਵਾਲੀ ਗੱਲ ਆ, ਸਿੱਖਾਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਪਰਿਭਾਸ਼ਾ ਨਹੀਂ, ਕੋਈ ਡੈਫੀਨੇਸ਼ਨ ਨਹੀਂ, ਇਹ ਸਿਰਫ ਤੇ ਸਿਰਫ ਇਸ ਮਾਹੌਲ ਨੂੰ ਖਰਾਬ ਕਰਨ ਲਈ ਕੀਤਾ ਗਿਆ। ਜਿਹੜੇ ਵਿਅਕਤੀਆਂ ਨੇ ਕੀਤਾ ਤੁਹਾਨੂੰ ਉਹਨਾਂ ਬਾਰੇ ਪਤਾ ਹੀ ਹੋਊਗਾ ਕਿ ਉਹ ਕੌਣ ਲੋਕ ਨੇ। ਉਹ ਪਿਛਲੇ ਦਿਨਾਂ ਵਿੱਚ ਜਿਨ੍ਹਾਂ ਨੇ ਚੱਕੀ ਗੱਲ, ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਬਣੇ, ਐਤਕੀ ਕਾਂਗਰਸ ਦੀ ਡਟ ਕੇ ਹਮਾਇਤ ਕੀਤੀ ਆ। ਜਦੋਂ ਕਾਂਗਰਸ ਦਾ ਜਿਹੜਾ ਰਾਜ ਨਹੀਂ ਆਇਆ ਤਾਂ ਉਹਨਾਂ ਨੇ ਉਹ ਜਿਹੜੀ ਰਿੱਟ ਸੀ ਆਪਣੀ ਵਾਪਸ ਲੈਣ ਦੀ ਗੱਲ ਕੀਤੀ ਆ। ਸੋ ਇਹ ਬਹੁਤ ਵੱਡੀਆਂ ਸ਼ਰਾਰਤਾਂ ਨੇ, ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ, ਇਸ ਦੇ ਖਿਲਾਫ ਵੱਡੇ ਪੱਧਰ ਤੇ ਇਕਜੁੱਟ ਹੋ ਕੇ ਆਵਾਜ਼ ਉਠਾਉਣੀ ਕਰਨੀ ਚਾਹੀਦੀ। ਗਰੇਵਾਲ ਸਾਹਿਬ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਿਹੜੀ ਇਹ ਸਹਿਜਧਾਰੀ ਸਿੱਖ ਦੀ ਗੱਲ ਹੈ ਇਹ ਇੱਕ ਵੈਸੇ ਹੀ ਇੱਕ ਰੌਲਾ ਹੈ ਜਾਂ ਵੈਸੇ ਇੱਕ ਗੱਲ ਹੈ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਅਸੀਂ ਲੈਂਦੇ ਹਾਂ ਉਹਨਾਂ ਦੀ ਕਾਲ ਤੇ, ਜਾਣਦੇ ਹਾਂ ਉਹਨਾਂ ਦੇ ਵਿਚਾਰ। ਜੀ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ, ਹਾਂਜੀ ਬੋਲੋ ਜੀ। ਹਾਂਜੀ ਹਾਂਜੀ, ਵਾਹਿ ਖਾਲਸਾ ਫਤਿਹ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਮੈਂ ਟ੍ਰੇਨ ਤੋਂ ਬੋਲ ਰਿਹਾ, ਕੁਲਦੀਪ ਸਿੰਘ ਜੀ। ਬਿਲਕੁਲ ਜੀ। ਹਾਂਜੀ, ਬੇਨਤੀ ਹੈ ਕਿ ਪਹਿਲਾਂ ਤਾਂ ਸਾਰਿਆਂ ਨੂੰ ਫਤਿਹ ਜੀ, ਤੇ ਦੂਸਰਾ ਧੰਨਵਾਦੀ ਆ ਸਿੱਖ ਚੈਨਲ ਦਾ ਜੀ, ਜਿਨ੍ਹਾਂ ਨੇ ਸਾਡੇ ਹਰ ਮਿੰਟ ਮਿੰਟ ਦਾ ਜੋ ਵੀ ਆ ਇੰਡੀਆ ਦਾ ਭਾਈ ਸਾਹਿਬ ਬਾਰੇ ਦਿਖਾਉਂਦੇ ਰਹੇ ਆ। ਦੂਸਰੀ ਬੇਨਤੀ ਇਹ ਹੈ ਕਿ ਇੱਕ ਇਹ ਹੈ ਜੀ, ਜਿੱਦਾਂ ਹੁਣ ਭਾਈ ਸਾਹਿਬ ਹੋਣਾ ਨੇ ਇੱਕ ਤਾਂ ਕਿਹਾ ਆਪਾਂ ਸੰਤਾਪ ਹੰਢਾਇਆ ਸਾਰਿਆਂ ਨੇ ਜੀ ਇੰਡੀਆ ਜ਼ਿਆਦਾ, ਪਰ ਉਹਦੇ ਨਾਲੋਂ ਵੱਧ ਸੰਤਾਪ ਭੋਗਣ ਵਾਲੇ ਇੱਥੇ ਬੈਠਿਆ ਜੀ, ਯੂਰਪ ਵਿੱਚ ਤੇ ਇੰਗਲੈਂਡ ਦੇ ਵਿੱਚ ਲਾ ਲਓ, ਹੋਰ ਸਾਰੇ ਆਪਣੇ ਕੈਨੇਡਾ ਅਮੈਰੀਕਾ ਜਿੱਥੇ ਵੀ ਹੈ, ਜਿਨ੍ਹਾਂ ਨੇ ਆਪਣੇ ਮਲ ਪਿੰਡੇ ਤੇ ਸਾਰਾ ਸੰਤਾਪ ਹੰਢਾਇਆ ਹੋਇਆ। ਤੇ ਦੂਸਰੀ ਬੇਨਤੀ ਇਹ ਮੈਂ ਭਾਈ ਸਾਹਿਬ ਨੂੰ ਇੱਕ ਕਰਨੀ ਸੀਗੀ ਕਿ ਸ਼ਿਵ ਸੈਨਿਕ ਤੇ ਜਿਹੜੇ ਸ਼ਿਵ ਨੂੰ ਮੰਨਣ ਵਾਲੇ ਉਹ ਤੇ ਕੋਈ ਗਲਤ ਕੰਮ ਨਹੀਂ ਕਰਦੇ, ਠੀਕ ਹੈ, ਕੋਈ ਸ਼ਰਾਰਤੀ ਅੰਸਰ ਹੈ, ਪਰ ਉਹਦੇ ਨਾਲ ਬੇਨਤੀ ਇੱਕ ਇਹ ਸੀਗੀ ਕਿ ਜਿਹੜੇ ਇਹ ਪੁਲਿਸ ਅਫਸਰਾਂ ਨੇ ਗੋਲੀ ਚਲਾਈ ਆ, ਸਾਡੇ ਬੱਚੇ ਸ਼ਹੀਦ ਕੀਤੇ ਆ, ਭਾਈ ਜਸਪਾਲ ਤੋਂ ਹੋਣੀ ਸ਼ਾਂਤਮਈ ਢੰਗ ਨਾਲ ਵਾਹਿਗੁਰੂ ਦੇ ਜਾਪ ਕਰਦੇ ਤੇ ਉਹਨਾਂ ਨੇ ਕੀਤਾ, ਉਹ ਕੌਣ ਸੀਗੇ ਤੇ ਕਿਹਦੇ ਆਰਡਰ ਤੇ ਕੀਤਾ ਜੀ? ਮੇਰੇ ਖਿਆਲ ਨਾਲ ਮੈਂ ਆਪਣੇ ਸੁਝਾਅ ਤੁਹਾਨੂੰ ਇਹ ਦੇਵਾਂਗਾ ਕਿ ਭਾਈ ਸਾਹਿਬ ਨੂੰ ਆਪਾਂ ਦੁਬਾਰਾ ਕੁਐਸਚਨ ਪੁੱਛਦੇ ਹਾਂ ਕਿ ਉਹਦੇ ਵਿੱਚ ਬਾਦਲ ਸਾਹਿਬ ਚਾਹੇ ਡੀ ਜੀ ਪੀ ਸਾਹਿਬ ਦੇ ਹੁਕਮ ਤੋਂ ਬਗੈਰ ਹੀ ਇਹ ਕੰਮ ਹੋ ਗਿਆ ਸਰ ਜੀ?
जी बहुत वधिया सवाल है जी तुहाडा, असी जरूर इस सवाल दे नाल गलबात करांगे जी। भाई साहब पुछना चाहते ने कि कांग्रेस नूं अपने डिसीजन दे लई सेंटर तो हुक्म लेना पैंदा है, पर बादल साहब तां खुद दे डिसीजन लैंदे ने, गोली चलाने का हुक्म जिहड़ा सीगा ओह किहना वल्लों आया गया ते क्यों? यह सवाल आपां पहलां वी डिस्कस कर चुके हां कि इह जो जिहड़ा कुछ वापर रिहा वो सरकार जे गल कहिंदी तो अपने एस एस पी या डी एस पी सस्पेंड नहीं करती, प्रशासनिक अधिकारी का जो मुअत्तल किया नहीं करती। ये जो कुछ वापरिया उस गल का सारे अफसोस है, जिथे मैं समझा सरकार नूं अफसोस है, आपां नूं सारां नूं अफसोस है। आपां पहलां गल कर चुके हैं कि उहदा जिहड़ा मुढ़ला काम सी जो सरकार का बनता सी, उन्होंने अधिकारी सस्पेंड किए आ, उन्हां दी इनकुआरी चल रही है। जिहड़े दोषी होणगे वह बिल्कुल उन्हां नूं इह सज़ा मिलनी भी चाहीदी आ। ते असीं इस गल लई पहलां भी आवाज़ बुलंद की, अज भी असीं इस गल लई खड़े हैं कि जिहड़े लोगों ने शरारतां कीतीआं उन्हां नूं ठोक के सज़ा मिलनी चाहीदी। जी एक होर कॉलर साडे नाल इस वेले जुड़ चुके ने, असीं करांगे उहनां दे नाल गल्लबात ते जाणांगे उहनां दी। वाहिगुरू खालसा फतेह जी, वाहिगुरू जी का खालसा वाहिगुरू जी की, वाहिगुरू जी का खालसा वाहिगुरू जी की फतेह जी। गुरु फतेह परवान वीर जी, हाँ जी मैं मनजीत सिंह बोल रहा जी। हाँ जी वीर जी। अच्छा जी, मैं खालसा है फतेह जी। वाहिगुरू जी का खालसा वाहिगुरू जी की फतेह जी। मेरे पैनल नु दो ही सवाल है जी। बादल साहब ने सुमेध सैनी सिखा नु कतल करने लई डीजीपी क्यों बनाया? नंबर दो ते बादल साहब ने ही दविंद्रपाल सिंह भुल्लर नूं जिहड़े दिमागी तौर ते परेशान आ पंजाब ते हुण ते क्यों रोकिया? तुसीं की कहोगे कि बादल साहब पंथ फैसी आ कि सिखां दे कातल आ? प्लीज़ मैनूं इस गल। बहुत वधिया सवाल कीता है जी तुसीं, असीं तुहाडे सवाल दी सराहना करदे हां। असीं बिल्कुल उन्हां नूं पुछांगे कि बादल साहब दे उपर इह आरोप लगाया जा रहा है कि उन्हां ने ही डीजीपी नूं नियुक्त करके ते उस जगह दे उपर भेजिया, की कहना चाहते हो? मैं इस गल बारे पहला भी दस चुके हैं कि असी अपना इस गल का विरोध पहला भी दर्ज कर चुके हैं। जिहड़ी रही गल कातलां दी गल करते हैं, पहला भी गल करते हैं कि हमेशा असी अपने दे उंगल चुकते हैं, जे कोई चंगा करता उहदे बारे शायद घट सलाउण दी साडी आदत आ। सो मैं मेहरबानी करके मेरे सत्कारयोग सन जिन्हां ने यह गल कीती है, सो जिहड़ी गल माड़ी है वह माड़ी है। सो असी इस गल का विरोध दर्ज कर चुके हैं कि जिहड़े इन्हां लोकां ने जिन्हां ने पिछले समय च सिखां दा जिहड़ा जुलम जबर कीता वह अफसर बिल्कुल नहीं लगने चाहिए। ये गल असी दबाव भी बना रहे हैं संत समाज वालों भी, बाबा हरनाम सिंह उन्हां वालों भी, होरां वालों भी जिहड़ा जिहड़ा कीता जा रहा, यह माड़ी गल। जी गरेवाल साहब बहुत वधिया तरीके दे नाल तुसीं दस्सिया। मैं यही गल जिहड़ी है साडे हरपाल सिंह हंस जी उन्हां नूं पुछना चाहवांगा, जिहड़ी कि साडे साबका यूथ प्रधान ने देहाती दे, कि बादल साहब दे उपर आरोप लाए जा रहे ने कि वह डीजीपी नूं उन्हां ने थापिया है, जां फिर हो रही वारदातां दे विच इस वेले मुखी ने पंजाब दे, और किते ना किते मन्निया जा रहा है कि उन्हां दा हत्थ भी हो सकदा है, एक पब्लिसिटी स्टंट कह लईए, तुसीं की कहना चाहुंदे हो इहदे बारे? बादल साहब दा तां की कसूर बणदा, एवें हुण आरोप तां लाउण नूं लाई जाओ जिहड़ा मर्जी, बादल साहब दा की? बादल साहब ने जो भी कार्रवाई सी करन नूं कहती, कार्रवाई हो रही है, कार्रवाई नूं टाइम लगदा। जी बहुत वधिया तरीके दे नाल तुसीं सवाल दा उत्तर दित्ता है। मैं गल करना चाहवांगा इस वेले अजीत सिंह ठकुराल जी उन्हां नूं, जिवें यूरोप ते यूके दी संगतां दे विच इस गल दा बड़ा रोस है कि पंजाब दे विच जिस तरह दे भी कतलकांड हो रहे ने जां हादसे हो रहे ने, इस वेले पंजाब दे मुखी प्रकाश सिंह बादल ने, ते मुखी होण दे नाते उन्हां दा इस पक्षों किस तरह दा वर्तीरा है, तुसीं इस बारे की कहना चाहोगे? सरदार प्रकाश सिंह जी बादल जो हमेशा शांति दे पुंज रहे ने, ते किते भी उन्हां ने इदां दी कोई गल नहीं कीती जिहदे नाल पंजाब दा माहौल खराब होवे। हमेशा ही उन्हां दी ये सोच रही है कि पंजाब सुखी वसे, शांत माहौल विच रहे, इसे ही गल नूं लैके अज पंजाबी उन्हां दे नाल खड़े ने सरदार प्रकाश सिंह बादल दे नाल। सिलसिले च असीं गल करांगे साडे देहात तों साडे सरपंच साहब इत्थे हरचरण सिंह जी इत्थे मौजूद ने, जो कि मौजूदा सरपंच ने। सरपंच साहब बादल साहब दे उपर जो जिस तरह दा मनमुटाव बादल साहब नूं लैके साडे यूके ते यूरोप दे संगतां दे विच है, उस बारे तुसीं की कहना चाहुंदे हो? पूरे मसले दे उपर जो विचार विमर्श चल रहा है कि बादल साहब मौके दे मुखी ने ते उह उहनां दे राज दे विच इह कतलकांड ते इह गोलीकांड हो रहे ने, तुसीं की कहना चाहुंदे हो? जिहड़े गोलीकांड हो रहे हैं बादल साहब का कोई दोष नहीं इन्हां च, इह जो हो रहा इहदे विच जिहड़ियां विरोधी पार्टियां जो कुछ करा रही उही करा रही। बादल साहब कदे नहीं पंजाब की खातर गलत सोचते, वह हमेशा पंजाब का भला सोचते।
जी बहुत मेहरबानी थोड़ी जी। इस वेले साडे नाल एक कॉलर जुड़ चुके ने, असीं लैने उन्हां दी कॉल ते जानदे आं उन्हां दे विचार। जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਜਿੰਨੇ ਵੀ ਚੈਨਲ ਤੇ ਬੱਚਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਜੀ, ਤੇ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ ਆ ਜੀ, ਜੋ ਕਿ ਆਪਾਂ ਭਾਈ ਬਲਵੰਤ ਸਿੰਘ ਰਾਜੋਵਾਨ ਵਾਸਤੇ ਸਭ ਸਿੱਖ ਪੰਥ ਨੇ ਇੱਕ ਹੋ ਕੇ ਆਪਾਂ ਲੜਾਈ ਲੜੀ ਆ, ਉਹ ਇੱਕ ਸਿਰਫ ਅਕਾਲ ਤਖ਼ਤ ਸਾਹਿਬ ਦੇ ਥਰੂ ਹੋ ਕੇ ਲੜੀ ਆ, ਉਹਨਾਂ ਦੀ ਸੇਧ ਲੈ ਕੇ ਲੜੀ ਹੈ। ਤੇ ਜੋ ਲੋਕੀ ਅਕਾਲ ਤਖ਼ਤ ਨੂੰ ਮੰਦਾ ਚੰਗਾ ਬੋਲਦੇ ਆ ਉਹ ਬੋਲਣਾ ਨੀ ਚਾਹੀਦਾ। ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਆ ਕਿ ਆਪਾਂ ਕਾਂਗਰਸ ਦੀ ਸਰਕਾਰ ਸੀ ਤਾਂ ਅੱਜ ਰਾਜੋਵਾਨਾ ਸਾਹਿਬ ਸਾਡੇ ਬਚਨਾ ਹੁੰਦੇ, ਜੇ ਅਕਾਲੀਆਂ ਦੀ ਸਰਕਾਰ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਚੱਲੇ, ਜੋ ਵੀ ਉਹਨਾਂ ਨੇ ਅਕਾਲੀ ਸਰਕਾਰ ਨੂੰ ਕਿਹਾ, ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜੋ ਜ਼ਿੰਮੇਵਾਰੀ ਲਾਈ ਉਹਨਾਂ ਨੇ ਬਹੁਤ ਖੂਬੀ ਨਿਭਾਈ, ਅੱਜ ਉਸ ਸੰਸਥੀ ਸਾਡੇ ਪੜ ਗਈ ਆ। ਹੁਣ ਅੱਗੇ ਤੋਂ ਅਸੀਂ ਉਹਨਾਂ ਤੋਂ ਸੇਧ ਲੈ ਕੇ ਗਾਹ ਚੱਲੀਏ, ਅੱਗੇ ਤੋਂ ਉਹਨਾਂ ਨੂੰ ਅਸੀਂ ਬਾਹਰ ਰਿਹਾ ਕਰਾਈਏ। ਇਸ ਕਰਕੇ ਲੋਕਾਂ ਨੂੰ ਮੈਂ ਸਾਰਿਆਂ ਪਰਿਵਾਰ ਦੀ ਬੇਨਤੀ ਕਰਦਾ ਪੰਜਾਬੀਆਂ ਨੂੰ, ਤੇ ਅਕਾਲ ਤਖ਼ਤ ਸਾਹਿਬ ਆਪਣਾ ਸਿੱਖੀ ਦਾ ਧੁਰਾ ਹੈ, ਉੱਥੇ ਮੰਦਾ ਚੰਗਾ ਨਾ ਕਿਸੇ ਨੂੰ ਬੋਲੀਏ, ਮੰਦਾ ਚੰਗਾ ਨਾ ਕਹੀਏ, ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੁਛ ਮੰਦਾ ਚੰਗਾ ਬੋਲੀਏ, ਉਹ ਸਾਡੇ ਕਈ ਸਾਹਿਬਾਨ ਹਨ। ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ ਆ, ਇਸ ਗੱਲ ਤੋਂ ਵਿਰੋਧ ਕਰਨਾ ਚਾਹੀਦਾ ਹੈ ਸਾਰੀ ਸੰਗਤ ਨੂੰ। ਜੀ ਭਾਈ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਨਾਲ ਇਸ ਕਾਲ ਦੇ ਰਾਹੀਂ ਜੁੜੇ ਹੋ। ਜੀ ਜਿੱਥੇ ਭਾਈ ਸਾਹਿਬ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੀ ਗੱਲ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਰਹਿਣਾ ਚਾਹੀਦਾ ਇਸ ਪੂਰੇ ਵਾਰਦਾਤ ਦੇ ਦੌਰਾਨ, ਜਾਂ ਇਸ ਪੂਰੇ ਜੋ ਵੀ ਰੋਸ ਮੁਜ਼ਾਹਰੇ ਹੋਏ ਨੇ ਜਾਂ ਕਿਸੇ ਤਰ੍ਹਾਂ ਦੇ ਧਰਨੇ ਹੋਏ ਨੇ, ਅਕਾਲ ਤਖ਼ਤ ਸਾਹਿਬ ਦਾ ਯੋਗਦਾਨ ਜਾਂ ਅਕਾਲ ਤਖ਼ਤ ਸਾਹਿਬ ਦੇ ਆਉਣ ਵਾਲੇ ਜੋ ਫਿਊਚਰ ਪਲੈਨ ਨੇ ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਗਰੇਵਾਲ ਸਾਹਿਬ, ਮੇਰੇ ਮਨ ਦੀ ਇਹ ਖਾਹਿਸ਼ ਸੀ ਕਿ ਇਸ ਵਿਸ਼ੇ ਨਾਲ ਸੰਬੰਧਿਤ ਜ਼ਰੂਰ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਦੇ ਬਾਰੇ 'ਚ ਜ਼ਰੂਰ ਕੀਤੀ ਜਾਵੇ। ਸਰਦਾਰ ਸਾਹਿਬ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਇੱਕ ਗੰਭੀਰ ਸਵਾਲ ਜਿਹੜਾ ਅੱਜ ਦੇ ਸਮੇਂ ਦੀ ਬੜੀ ਵੱਡੀ ਲੋੜ ਸੀ ਉਸ ਨੂੰ ਲਿਆਂਦਾ। ਮੈਂ ਇਹ ਗੱਲ ਸਮਝਦਾ ਕਿ ਭਾਈ ਬਲਵੰਤ ਸਿੰਘ ਰਾਜੋਵਾਨਾ ਸਿੱਖ ਕੌਮ ਦੇ ਉਸ ਇਤਿਹਾਸ ਦਾ ਬੜਾ ਵੱਡਾ ਵਡਮੁੱਲਾ ਹੀਰਾ ਜਿਹਨੇ ਕਿ ਸਿੱਖਾਂ ਦੇ ਸ਼ਹਾਦਤ ਦੇ ਉਸ ਇਤਿਹਾਸ ਨੂੰ ਅੱਜ ਜਿਉਂਦਾ ਰੱਖਿਆ, ਜਿਹਨੇ ਮੌਤ ਨੂੰ ਮਖੌਲ ਕਰਨ ਦੀ ਗੱਲ ਅੱਜ ਦੁਨੀਆਂ ਦੇ ਸਾਹਮਣੇ ਦਰਸਾ ਦਿੱਤੀ। ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜੋਵਾਨਾ ਹਿੰਦੁਸਤਾਨ ਦੇ ਅੰਦਰ ਇਸ ਲੋਕਤੰਤਰ ਦੇ ਅੰਦਰ ਸਿੱਖਾਂ ਨਾਲ ਜੋ ਵਿਤਕਰਾ ਹੋ ਰਿਹਾ, ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਦੇ ਤੌਰ 'ਤੇ ਵਤੀਰਾ ਹੋ ਰਿਹਾ, ਉਸ ਗੱਲ ਦਾ ਇੱਕ ਪ੍ਰਤੀਕ ਹੈ। ਕਿਉਂਕਿ ਬਲਵੰਤ ਸਿੰਘ ਰਾਜੋਵਾਨਾ ਨੇ ਇਸ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਜਿਹੜਾ ਵਿਸ਼ਵਾਸ ਨਾ ਪੈਦਾ ਕਰਨ ਦੀ ਗੱਲ ਕੀਤੀ, ਉਹਦਾ ਕਾਰਨ ਹੈ ਕਿ ਉਹਨੂੰ ਪਤਾ ਕਿ ਇਸ ਹਿੰਦੁਸਤਾਨ ਦੇ ਕਾਨੂੰਨ ਨੇ ਜੇ ਮੈਂ ਇਹਦੇ ਬਾਰੇ ਕੋਈ ਚਾਰਾਜੋਈ ਵੀ ਕਰਦਾ ਤਾਂ ਇਹਨੇ ਉਹੀ ਫੈਸਲਾ ਕਰਨਾ ਜਿਹੜਾ ਕਿ ਫੈਸਲਾ ਉਦੋਂ ਪਹਿਲਾਂ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨਾਲ, ਭਾਈ ਸੁੱਖਾ ਜੀ ਨਾਲ, ਭਾਈ ਜਿੰਦਾ ਜੀ ਨਾਲ ਵਾਪਰਿਆ, ਉਹਨਾਂ ਵਰਗਾ ਹੀ ਹੋਣਾ। ਉਸ ਗੱਲ ਉਸਨੇ ਭਾਈ ਬਲਵੰਤ ਸਿੰਘ ਰਾਜੋਵਾਨਾ ਨੇ ਦੁਨੀਆਂ ਨੂੰ ਇਹ ਗੱਲ ਦੱਸ ਦਿੱਤੀ ਹੈ ਕਿ ਹਿੰਦੁਸਤਾਨ ਦੇ ਲੋਕਤੰਤਰ ਦੇ ਅੰਦਰ ਜਿਹੜੇ ਸਿੱਖ ਨੇ ਉਹ ਦੂਜੇ ਦਰਜੇ ਦੇ ਸ਼ਹਿਰੀ ਨੇ, ਉਹਨਾਂ ਨਾਲ ਨਿਆਂ ਹੋਰ ਕੀਤਾ ਜਾਂਦਾ ਅਤੇ ਜਿਹੜਾ ਕੁਛ ਦੂਸਰੇ ਲੋਕ ਕਰਦੇ ਆ ਉਹਨਾਂ ਨਾਲ ਜੋ ਦਿੱਲੀ ਦੇ ਵਿੱਚ ਵਾਪਰਿਆ ਉਹਦੀ ਗੱਲ ਕਰਦਾ। ਇਹਦੇ ਨਾਲ ਦੀ ਨਾਲ ਭਾਈ ਬਲਵੰਤ ਸਿੰਘ ਰਾਜੋਵਾਨਾ ਦਾ ਜਿਹੜਾ ਜਜ਼ਬਾਤ ਹੈ, ਜਿਹੜਾ ਉਹਨਾਂ ਦਾ ਉਹਨਾਂ ਦੇ ਮਨ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਗੱਲ ਉਹਨਾਂ ਨੇ ਕੀਤੀ, ਜਿਹੜੀ ਕਿ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕੀਤਾ, ਜਿਹੜੀ ਉਹਨਾਂ ਨੇ ਸਤਿਕਾਰ ਕੀਤਾ। ਇੱਥੇ ਸਾਡੇ ਵਰਗੇ ਕਈ ਲੋਕ ਚਾਰ ਬੰਦੇ ਇਕੱਠੇ ਹੋ ਜਾਂਦੇ ਆ, ਇਹਦੇ ਜਥੇਬੰਦੀ ਬਣਾ ਦਿਆ ਅਤੇ ਉਂਗਲ ਚੁੱਕ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਕਰਨ ਲੱਗ ਜਾਂਦੇ ਆ, ਜਥੇਦਾਰ ਸਾਹਿਬ ਵੱਲ ਕਰਨ ਲੱਗ ਜਾਂਦੇ ਆ। ਸੋ ਇਹ ਬਹੁਤ ਮਾੜਾ ਹੀ ਰੂਟੀਨ ਸੀ। ਸੋ ਮੈਂ ਸਮਝਦਾ ਕਿ ਭਾਈ ਰਾਜੋਵਾਨਾ ਨੇ ਸਿੱਖ ਕੌਮ ਦੇ ਜਿਵੇਂ ਕਹਿੰਦੇ ਵੀ ਸਾਡੇ 'ਤੇ ਇੱਕ ਬਹੁਤ ਵੱਡਾ ਇੱਕ ਕਰਜ਼ਾ ਚਾੜਤਾ, ਕਰਜ਼ਾ ਤਾਂ ਉਹਦਾ ਕਿਸੇ ਤਰ੍ਹਾਂ ਅਸੀਂ ਪੂਰਾ ਕਰ ਨਹੀਂ ਸਕਦੇ, ਪਰ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਤਿਕਾਰ ਦੀ ਗੱਲ ਜਿਹੜੀ ਕੀਤੀ ਉਹਨਾਂ ਨੇ, ਇਹ ਇੱਕ ਲਾਮਿਸਾਲ ਹੈ। ਮੈਂ ਸਿੱਖ ਚੈਨਲ ਰਾਹੀਂ, ਕਿਉਂਕਿ ਜਿਹੜਾ ਸਿੱਖ ਚੈਨਲ ਹੈ ਇਹ ਸਿੱਖਾਂ ਦੀ ਭਾਵਨਾ ਨੂੰ, ਸਿੱਖ ਧਰਮ ਨੂੰ, ਸਿੱਖਾਂ ਦੇ ਮਸਲਿਆਂ ਨੂੰ ਇਹ ਲੈ ਕੇ ਅੱਗੇ ਆਉਂਦਾ, ਅਤੇ ਮੈਂ ਇਹਦੇ ਮਾਧਿਅਮ ਰਾਹੀਂ ਸਮੁੱਚੇ ਸਿੱਖਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਮੁੱਦਿਆਂ 'ਤੇ ਜਿਹੜੇ ਸਾਡੇ ਸੰਸਥਾਵਾਂ ਨੇ ਜਿਨ੍ਹਾਂ ਤੋਂ ਸਾਨੂੰ ਸੇਧ ਮਿਲਦੀ ਆ, ਜਿਹੜੇ ਸਾਨੂੰ ਇਕਮੁੱਠ ਕਰ ਸਕਦੇ ਆ, ਜਿਹੜੇ ਸਾਨੂੰ ਇਕੱਠੇ ਇੱਕ ਸੁਨੇਹਾ ਦੇ ਸਕਦੇ ਆ, ਜਿਹਨੂੰ ਸਾਰੇ ਲੋਕ ਸਮਰਪਿਤ ਨੇ, ਜਿਹੜੀਆਂ ਪਿਛਲੀਆਂ ਸ਼ਕਤੀਆਂ ਜਿੰਨੀਆਂ ਵੀ ਆਈਆਂ ਉਹਨਾਂ ਨੇ ਅਕਾਲ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਕੀਤੀ। ਜੇ ਪਿਛਲੇ ਦਿਨਾਂ 'ਚ ਸਰਕਾਰ ਦੀ ਗੱਲ ਕਰਦੇ ਹਾਂ, ਇਹ ਜੇ 84 ਦੇ ਵਿੱਚ ਵਾਪਰਿਆ ਤਾਂ ਜਿਹੜੇ ਗੋਲੇ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਗੱਲ ਹੈ ਕਿ ਉਹ ਗੋਲਿਆਂ ਨੇ ਅਕਾਲ ਤਖ਼ਤ ਨੂੰ ਢਾਇਆ।
क्योंकि उन्होंने मन के अंदर से इतों सेध मिलती है, शक्ति मिलती है जिदे लड़ाई लड़ते हैं। सो अज कुछ जिहड़ियां शरारती शक्तियां वह साढ़े रूप के सिखा के पहरावे अकाल तख्त ढाने कोशिशा कर दया रही बड़िया जथेबंधियां मैं ना लैन की जरूरत नहीं समझता, पर अच्छ सू समुचे सिख जगत में भाई बलवंत सिंह राजोवान के ऋणी रहना चाहिए जिन्होंने सानू इस गल सुचेत किया कि श्री अकाल तख्त साहब सर्वोत्तम है तो उन्होंने जथेदार का सत्कार हर सिख को करना चाहिए। जी इस वेले गरेवाल साहब साढ़े नाल एक कॉलर जुड़ चुके ने, असीं लैने उन्हां दी कॉल ते जानदे आ उन्हां दे विचार। जी हेलो जी, वाहिगुरु खालसा वाहिगुरु फतेह जी। वाहिगुरु जी का खालसा वाहिगुरु जी की फतेह जी। हां जी वाहिगुरु जी का खालसा वाहिगुरु जी की फतेह। हां जी वाहिगुरु जी का खालसा वाहिगुरु जी की फतेह जी। हां जी दास बिहार सिंह आमेवाल प्रधान अकाली दल यूके बादल ग्रुप। मैं एक गल करनी चाहना गरेवाल साहब बैठे ने, मेरा भी रामन खेरा बैठा जेडे आर इतों इंग्लैंड चो फोन करते हैं सारे बड़ा सौखा, पर एक मैं बेनती करनी चाहना थानू भी जो थी ये लोगों दोन फोन लेंदे हो इन्हों भी पूछो कि यह सारे आपू क्यों गाला कड़ते हैं, आप क्यों मंदा पूछते हैं। आपाब की धरती से बैठिया ने पंजाब कई दिशा में ले जाने की श्रोमणी अकाली दल बादल ने जो किया वो किसी की अखा तो परोक्ष नहीं कर तुम इन्हों के जवाब तो बहुत सोहे दिने हो तुम, पर इन्हों भी पुछो जो ये तो जवाब मंगते ना पुछो कि साजे सवालों के जवाब भी तो ना अभी सानू एक चीज का भी नुक्स कट के दिखा दे पिछले इन्ने साल यही मैं तुम्हें बेनती करनी चाहता सो नौजवान है जां लोग ने ओ जना खना उठ के अकाल तख्त वाल उंगल करन लग पैंदा है, किस चीज की कमी है जां किस चीज की घाट है इस बारे तुसीं जरूर दसो। सब तो पहला तो मैं सिख चैनल का बहुत ही ऋणी है जिन्होंने कि भाई बलिहार सिंह रामेवाल नूं भी साढ़े रूबरू कराया अते भाई अमरीक सिंह जी मैं उन्होंने भी धन्यवाद करदा कि जेडे कल तो सानू कल दे सानू गल्लां कर रहे कि तुसीं इह प्रोग्राम जरूर करो, मैं तुहाडा भी बहुत बहुत धन्यवाद हाँ भाई अमरीक सिंह जी। बाकी गल जो हो रही सी अकाली दल की कि अकाली दल नूं लोग बहुत ही इस गल ते साडी विरोधता करदे आ, मैं उस बारे दसना चाहांगा कि समुचे यूरोप दे विच जो साड़ियां सिख जथेबंदियां बैठियां ने उन्हां दे मन दे विच इक्को ही गल है कि बादल साहब ने साडा नुकसान किया। मैं उन्होंने सारे अपने साथियों नूं भैणां भरावां नूं इह इक संदेश देना चाहना, सिद्धे बेनती करनी चाहना, माफी चाहवांगा बेनती करनी चाहना कि वह किते इह सोच बना लैण कि असीं सरदार प्रकाश सिंह जी बादल श्रोमणी अकाली दल नूं अपना सहयोग देईए ते सानू इस योग बनाईए कि असी सिख कौम की लड़ाई प्रकाश सिंह जी बादल की छत्र छाया हेठ सुचगे ढंग नाल लड़ सकीए। आपां हुणे ही थोड़े समय पहला देखिया कि जो भाई बलवंत सिंह जी राजूवाणा की लड़ाई सी वह आपां कोई 2% जित ली, उहदा कारण सिर्फ ते सिर्फ एक सी कि सिख कौम ने श्री अकाल तख्त साहब जी ने सरदार प्रकाश सिंह जी बादल श्रोमणी प्रधान श्रोमणी गुरद्वारा प्रबंधक कमेटी प्रधान सरदार अवतार सिंह जी मक्कड़ की ड्यूटी लाई, उस नाल समुची सिख कौम ने उन्हों का साथ दिता ते असी उन्हों एक बड़े सौखे सरल तरीके दे नाल 2-3% जित लिया। उम्मीद करते हैं कि जे उन्हां जथेबंदियां ने अपना साथ दिता तो वह लड़ाई नूं आपां सिरे ला देंगे जित लांगे और पंजाब नूं खुशहाल बनावांगे। ये एक भाईचारक सांझ सिख धर्म के सिधांत जो कि सानू सांझीवालता का संदेश गुरु नानक देव जी तो लग के दिता उसनू असी पूरन सिरे चढ़ावांगे। उस तो बाद जो चीज़ जो असी सारे ही दिलों के लई फिरदे हैं कि सानू आजादी चाहिए है, मैं साथियों नू दस देना चाहना चाहे असी ना ना लईए जदों जिथे भी कोई सिख कोई दूजा भी इंसान जो दूजे धर्म नाल भी जुड़िया होया अरदास दे विच शामिल हुंदा है उह सिखां दे इंडिपेंडेंट आजादी की गल करदा है। अरदास दे विच गुरु जी ने सानू बख्शिश दित्ती हुई है, मैं इन्ना ही कहना चाहुंदा
कि अपने साथियों नू अपन जरूर विचारना चाहिए, सोचना चाहिए इस बारे कि असी अपने आप नू एक झंडे थले कट्ठे करिए, ना कि हर वक्त यही विरोधी सोच बनाईए कि प्रकाश सिंह जी बादल जिहड़ा को कर रहे ने पंजाब लई गलत कर रहे ने। पर मैं साथियों देखो तुसी उह दुबारे पंजवीं वार पंजाब दे मुख्यमंत्री बने ने, जे उन्हां कोले कोई सोच है जां उन्हां नू बहुत संमति प्राप्त है ते ताइयों ही पंजाब दे मुख्यमंत्री बने ने, सानू भी उन्हां नाल जुड़ना चाहिए। मैं यही कहना चाहता हूँ। वाहिगुरू जी का खालसा। खैरा साहब तुसी बहुत वधिया तरीके दे नाल श्रोमणी अकाली दल दे उपर चानना पाया। फिलहाल साडे नाल इक कॉलर जुड़ चुके ने जिहड़े करनगे साडे नाल सवाल। हाँ जी हाँ जी हाँ जी खालसा वाहिफतेह जी। वाहिगुरू जी का खालसा वाहिगुरू जी की फतेह जी। हाँ जी मैं परमजीत सिंह खालसा बोलदा जी स्पेन तो जी। तुहाडा बहुत बहुत स्वागत है जी। हेलो हाँ जी हाँ जी बिलकुल जी। हाँ जी मेरे कुछ सवाल थे, मैं भी ढाई साल की हम दस रहे थी भी ये कुछ शरारती अंसर जेड़े ये काम करते जेड़े 1978 जो कांड होया उदो भी इंजाम लगा कि बादल साहब होने वाली पार्टी इन्हों की गड्डी दिल्ली पहुंचाया गया गुरबचन सिंह निरंकारी फिर जेड़ा इन्हों का अडवाणी है उन्हें अपने हथ लिख लिखे भी मैं हमला करवाया जे ना इन्हों की भाईवाल या उसे आर एस एस ना उसे ही जेड़ी बीजेपी आदे नाल इन्हों की भाईवाली आ। हाँ जी लुधियाने कांड होया वह भी इन्हों की मौजूदगी च होया हूं जो जरा उथे होया जो ए सू कोई समझ नहीं लग रही थी कि हिसाब न बादल साहब कि खड़े कौम जा कि दिता भी उतो पहला हूं उन्होंने गोली चलवाती मुड़ के उन्होंने बैठे तो गोली चली और उन्होंने सस्पेंड करता जा मुतल किया। अजे जी भाई साहब थोड़ी गल बिल्कुल साड़ी समझ दे विच आ गई है। थोड़ी सोच दे उपर असी पहरा दिंदे होए इन्हां नाल बिल्कुल गल करांगे। भाई साहब पुछना चाहते ने कि पंजाब दे विच श्रोमणी अकाली दल ते बीजेपी सरकार दा गठबंधन है जिथे 1978 दे मामलियां नूं लैके जां बीजेपी दे होर मसलियां नूं लैके उन्हां दे दिल दे विच जिथे शक शुबा है जां उन्हां दे लई जो कड़त्तण है अगर इत्थे गठबंधन है ते फिर बादल सरकार कड़ा रुख क्यों नहीं अपनांदी की कहना चाहोगे जे। ਜਿੱਥੋਂ ਤੱਕ ਮੇਰੀ ਆਪਦੇ ਇਸ ਸਵਾਲ ਦੇ ਨਾਲ ਮੇਰਾ ਆਪਦਾ ਸੰਬੰਧ ਹੈ ਮੈਂ ਇਹ ਇੱਥੇ ਸੋਚ ਸਕਦਾ ਕਿ ਜੇਕਰ ਬਾਦਲ ਸਰਕਾਰ ਕੜਾ ਇਹਦੇ ਅਗੇਂਸਟ ਰੁੱਖ ਅਪਣਾਉਂਦੀ ਹੈ ਤੇ ਤੁਸੀਂ ਇਹ ਨਾ ਸੋਚਿਓ ਕਿ ਅਸੀਂ ਇੱਕ ਬਹੁਤ ਛੋਟੀ ਗਿਣਤੀ ਹਾਂ 2% ਹਿੰਦੁਸਤਾਨ ਦੇ ਵਿੱਚ। ਤੁਹਾਨੂੰ ਪਹਿਲਾਂ ਵੀ ਇੱਥੇ ਮਲੀਆਮੇਟ ਕੀਤਾ ਗਿਆ ਤੇ ਫਿਰ ਵੀ ਮਲੀਆਮੇਟ ਕਰ ਦਿੱਤਾ ਜਾਊਗਾ। ਇਹ ਇੱਕ ਬਾਦਲ ਸਾਹਿਬ ਹੀ ਇਹੋ ਜਿਹੇ ਇਨਸਾਨ ਨੇ ਜਿਹੜੇ ਕਿ ਸੈਂਟਰ ਸਰਕਾਰ ਅਤੇ ਸਾਡੇ ਵਿਚਕਾਰ ਇੱਕ ਬਣੇ ਹੋਏ ਨੇ ਬੈਠੇ ਹੋਏ ਨੇ ਸਾਨੂੰ ਉਹਨਾਂ ਨੇ ਹੋਲਡ ਕੀਤਾ ਹੋਇਆ ਜਿਹੜੇ ਕਿ ਥੋੜ੍ਹੀ ਬਹੁਤੀ ਸਿੱਖਾਂ ਦੀ ਜੋ ਪਛਾਣ ਹੈ ਉਹਨੂੰ ਬਚਾ ਕੇ ਉਹਨਾਂ ਨੇ ਰੱਖਿਆ ਹੋਇਆ ਨਹੀਂ ਤਾਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਊਗਾ। ਫਿਰ ਮੈਂ ਉਹੀ ਗੱਲ ਕਹਾਂਗਾ ਅਸੀਂ ਭਾਵਕ ਹੋ ਜਾਂਦੇ ਹਾਂ ਪੰਜਾਬ ਤੋਂ ਬਾਹਰ ਸਾਨੂੰ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੇ ਵਿੱਚ ਆ ਕੇ ਜਾਣਨਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ। ਇਹੀ ਆਪਣੀ ਇੱਕ ਚੀਜ਼ ਆ ਕਿ ਆਪਾਂ ਸੋਚ ਨੂੰ ਵੱਡੇ ਕਰੀਏ ਨਾ ਕਿ ਆਪਾਂ ਇਹੀ ਸੋਚੀਏ 1978 ਤੋਂ ਸਾਰੇ ਲੋਕ ਜਾਣੂ ਨੇ ਉਦੋਂ ਕੀ ਹੋਇਆ ਸੀ ਸਾਰੇ ਤੇ ਸਾਰੇ ਇਲਜ਼ਾਮ ਉਦੋਂ ਹੀ ਲੱਗਦੇ ਨੇ ਸੋਚੋ ਵੀਰੋ ਸੋਚੋ ਜਦੋਂ ਪੰਜਾਬ ਦੇ ਵਿੱਚ ਪੰਥਕ ਸਰਕਾਰ ਹੁੰਦੀ ਹੈ ਉਦੋਂ ਬਿਨਾਂ ਕਿਉਂ ਨਹੀਂ ਇਲਜ਼ਾਮ ਲੱਗਦੇ ਇਹਨਾਂ ਨੂੰ ਤੁਸੀਂ ਆਪ ਸਿਆਣੇ ਹੋ ਆਪੇ ਸਮਝੋ। ਜੀ ਖੈਰਾ ਸਾਹਿਬ ਇੱਥੇ ਇੱਕ ਸਵਾਲ ਬੜਾ ਜ਼ਿਕਰਯੋਗ ਹੈ ਤੁਹਾਡੇ ਕਹੇ ਅਨੁਸਾਰ ਅਗਰ ਸਿੱਖ ਕੌਮ ਨੂੰ ਬਚਾਉਣਾ ਹੈ ਤੇ ਸਾਨੂੰ ਸੈਂਟਰ ਦੇ ਨਾਲ ਨਾਲ ਬੀਜੇਪੀ ਦੇ ਨਾਲ ਗਠਬੰਧਨ ਬਣਾਈ ਰੱਖਣ ਦੇ ਨਾਤੇ ਦੇ ਨਾਲ ਸਾਨੂੰ ਇਹ ਛੋਟੇ ਮੋਟੇ ਗੋਲੀ ਕਾਂਡ ਜਾਂ ਇੱਦਾਂ ਦੀਆਂ ਹੱਤਿਆਵਾਂ ਸਾਹਮਣੇ ਦੇਖਣੀਆਂ ਪੈਣਗੀਆਂ ਕੀ ਕਹਿਣਾ ਚਾਹੁੰਦੇ? ਨਹੀਂ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਨਹੀਂ ਕਿ ਸਾਨੂੰ ਗੋਲੀ ਕਾਂਡ ਜਾਂ ਆਪਣੇ ਭੈਣਾਂ ਭਰਾਵਾਂ ਦੀਆਂ ਇੱਥੇ ਸ਼ਹੀਦੀਆਂ ਦੇਖਣੀਆਂ ਪੈਣਗੀਆਂ। ਪਰ ਜੇਕਰ ਆਪਾਂ ਆਪਣੇ ਆਪ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ ਜੋ ਕਿ ਦੂਜਾ ਕੁਐਸਚਨ ਨਾਲ ਹੀ ਉੱਥੇ ਕੁਐਸਚਨ ਹੈ ਇਹ ਸਾਰੀ ਸਿੱਖ ਕੌਮ ਲਈ ਆਪਾਂ ਆਪਣੇ ਆਪ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ ਆਪਾਂ ਆਪਣੇ ਆਪ ਨੂੰ ਇੰਨੀ ਤਾਕਤ ਪੈਦਾ ਕਰ ਦਈਏ ਕਿ ਦੂਜਾ ਇਨਸਾਨ ਸਾਡੇ ਵਿੱਚ ਕੋਈ ਆ ਹੀ ਨਾ ਸਕੇ। ਜੀ ਬਹੁਤ ਵਧੀਆ ਗੱਲ ਕਹੀ ਹੈ ਇਹਨਾਂ ਨੇ ਕਿ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਦੇ ਹੇਠਾਂ ਇਕੱਠੇ ਹੋਣਾ ਚਾਹੀਦਾ। ਇਹਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਅਸੀਂ ਲੈਂਦੇ ਹਾਂ ਉਹਨਾਂ ਦੀ ਕਾਲ ਤੇ ਜਾਣਦੇ ਉਹਨਾਂ ਦੇ ਵਿਚਾਰ। ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਆਪਾਂ ਕੋਈ ਤਸਿੰਗ ਬੋਲਦਾ ਜੀ ਲੰਡਨ ਤੋਂ ਮੈਂ ਸਵਾਲ ਕਰਨਾ ਚਾਹੁੰਦਾ ਸੀਗਾ ਤੇ ਮੇਰਾ ਸਵਾਲ ਇਹ ਹੈ ਕਿ ਜਿਹੜੇ ਆਪਣੇ ਸਿੱਖ ਕੌਮ ਦੇ ਲੀਡਰਸ ਨੇ ਇਸ ਟਾਈਮ ਉਹ ਪਹਿਲਾਂ ਵੀ ਅੰਦਰ ਗਏ ਨੇ ਜਦੋਂ ਵੀ ਆਪਣਾ ਇਹ ਸ਼ਾਂਤੀਪੂਰਵਕ ਹੋਇਆ ਤੇ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦਿੱਤਾ ਕਿ ਇਸ ਟਾਈਮ
अपने बंदे जिन्हें भी बैठे ने सिंह साहब वो की कर रहे ने उन्होंने वास्ते जी मैं चाहांगा तुसी अपना सवाल एक बार दोबारा रिपीट करो क्योंकि कुछ तकनीकी खराबी करके साडे कोल आवाज क्लियर नहीं आ रही। तुसी एक बार अपना सवाल रिपीट करो जी। हाँ जी सर, मैं मेरा सवाल यह था कि जिहड़े अपने सिख कौम के लीडर इस टाइम जेलां दे अंदर बंद किए गए थे जिहड़े शांतिपूर्वक प्रोटेस्ट कर रहे थे जी, ते उन्हां दे वास्ते इह की कर रहे जी? बिल्कुल सही सवाल पूछे तुसी जी। मैं पूछना चाहांगा सिंह साहब तो कि ये जानना चाहते हैं कि जिहड़े शांतमई तरीके दे नाल प्रोटेस्ट कर रहे सी साडे सिख जां होर सिख जथेबंदियां उन्हां दे लई जिहड़े ये लीडर साहिबान ने वो की कर रहे हैं? जी मैं पूछना चाहूंगा गरेवाल साहब को, गरेवाल साहब तुसी इस सवाल का मैं लगता है कि विशेष तौर पर सही जवाब दे सकते हो कि जिहड़े शांतमई तरीके दे नाल प्रोटेस्ट कर रहे सीगे साडे सिख नौजवान या सिख जथेबंदियां उन्हां दे लई कुर्सियां उत्ते बैठे हुए हुक्मरान जिहड़े ने वो की कर रहे ने? देखो एक गल तां बिल्कुल दुरुस्त है, आपदे हक्कां लई आपदे अधिकारां लई साडे ते होए किसी भी हमले लई उहदे जवाब दे विच हर तरह का संघर्ष, ਉਹ ਸੰਘਰਸ਼ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ, ਆਪੋ ਆਪਣੇ ਵਿਚਾਰਾਂ ਤੇ ਆਪੋ ਆਪਣੀ ਸਮਰੱਥਾ ਦੇ ਨਾਲ ਸੰਬੰਧਿਤ ਹੈ। ਸੋ ਜਿਹੜਾ ਸ਼ਾਂਤਮਈ ਸੰਘਰਸ਼ ਹੈ ਬਿਲਕੁਲ ਉਸ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਵਾਰ ਹੁੰਦਾ ਉਹ ਜਿਹੜਾ ਗਲਤ ਹੈ। ਸੋ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਹ ਸਾਡੇ ਇੱਕ ਉਸ ਦੁਖਾਨ ਦਾ ਹਿੱਸਾ ਜਦੋਂ ਕਿ ਇਹ ਸ਼ਹਾਦਤਾਂ ਹੁੰਦੀਆਂ ਨੇ। ਸੋ ਲੀਡਰਸ਼ਿਪ ਦੀ ਜਿਹੜੀ ਗੱਲ ਹੈ, ਲੀਡਰਸ਼ਿਪ ਕੋਈ ਕਿੰਨੇ ਪੱਧਰ ਤੇ ਕੋਈ ਕਿੰਨੇ ਪੱਧਰ ਤੇ कोई भी लीडरशिप जिहड़ी आ मैं समझदा पंजाब दे अंदर जिहड़ी सिखां नाल संबंधित है वह कोई भी लीडरशिप इस गल लई संतुष्ट नहीं, वह परेशान भी है ते वह इस दे हल लई अपना जिन्ना जिन्ना जिहड़ा जोर है वह लाउंदी है। सो मैं दोबारा यह गल कहनी चाहुंदा कि जिहड़ी सरकार दे बारे आपां इशारा कर रहे हैं वह सरकार ने अपना मुढ़ला काम किया, आने वाले दिनों में असीं आस रखांगे कि जिहड़े उस गल नाल संबंधित उन्हां हमलावर जां शरारती जिहड़े लोग ने उन्हां दे नाल बखूबी निजिठिया जावे तां कि आने वाले समय दे दौरान इस तरह की कांड मुड़ ना वापर। जी अग्रवाल साहब तुसीं सरकार की गल कीती, असीं सरकार की गल करन दे लई असीं चलदे हां साडे नवे बने MLA साहब SR कलेर जी कोल। कलेर साहब असीं जानना चाहते हैं कि पंजाब दे विच एक बहुत वड्डा मुद्दा हैगा बिजली का, जिवें मैं पहला भी जिक्र किया कि बादल सरकार ने कहा कि 365 दिन असी बिजली जिहड़ी है वह फ्री करांगे यानी कि घट रेटा के उपर मुहैया करावांगे। बादल सरकार बिजली की इस पूर्ति के लिए की कदम उठा रही है? देखो इस तरह है कि पिछले 5 साल के जे असी कांग्रेस सरकार की कागजाई देखिए बिजली उत्पादन के जीरो उत्पादन उन्होंने किया पिछले 5 साल दे विच जो सरकार अकाली दल दी रही है उहदे विच 5 नवें वड्डे जिहड़े प्लांट हैगे आ बिजली पैदा करन दे उह लगाए गए आ, जिहदे विचों 3 जिहड़े प्लांट हैगे आ उह 2 साल विच मुकम्मल होए ने आ। और मैं इत्थे दसना चाहुंदा हैगा कि बिजली दी उत्पादन इन्ना हो जाएगा 2 साल दे विच, तुसीं 24 घंटे घरां वास्ते बिजली वरतो, ट्यूबलां वास्ते वरतो, ਕਮਰਸ਼ੀਅਲ ਅਦਾਰਿਆਂ ਵਾਸਤੇ ਵਰਤੋਂ, ਕਾਰਖਾਨਿਆਂ ਵਾਸਤੇ ਵਰਤੋਂ, ਤਦ ਵੀ ਸਾਡੇ ਕੋਲ ਬਿਜਲੀ ਸਰਪਲਸ ਹੋਵੇਗੀ। ਅਸੀਂ ਹੁਣ ਬਾਹਰਲੇ ਸੂਬਿਆਂ ਤੋਂ ਬਿਜਲੀ ਖਰੀਦਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੇ ਪ੍ਰੋਜੈਕਟ ਸਾਰੇ ਮੁਕੰਮਲ ਹੋ ਗਏ ਜਾਂ 2 ਸਾਲ ਦੇ ਜਿਹੜੇ 3 ਵੀ ਮੁਕੰਮਲ ਹੋ ਜਾਣੇ ਆ ਸਾਡੇ ਕੋਲ ਬਿਜਲੀ ਸਰਪਲਸ ਹੋਵੇਗੀ, ਅਸੀਂ ਸਰਪਲਸ ਬਿਜਲੀ ਜਿਹੜੀ ਹੈਗੀ ਆ ਉਹ ਬਾਹਰਲੇ ਸੂਬਿਆਂ ਨੂੰ ਵੇਚਿਆ ਕਰਾਂਗੇ, ਉਹ ਜਿਹੜਾ ਪੈਸਾ ਆਏਗਾ ਉਹਨੂੰ ਵਿਕਾਸ ਦੇ ਉੱਤੇ ਲਾਵਾਂਗੇ, ਡਿਵੈਲਪਮੈਂਟ ਜਿਹੜੀ ਹੈਗੀ ਆ ਹੋਰ ਪੰਜਾਬ ਦੀ ਕੀਤੀ ਜਾਵੇਗੀ। ਜੀ ਖਹਿਰਾ ਸਾਹਿਬ ਇੱਥੇ ਇੱਕ ਅਸੀਂ ਹੋਰ ਗੱਲ ਕਰਨਾ ਚਾਹਾਂਗੇ ਕਲੇਰ ਸਾਹਿਬ ਕਿ ਪਿਛੜੀਆਂ ਜਾਤੀਆਂ ਤੇ ਪਿਛੜੇ ਵਰਗ ਜਿਹੜੇ ਨੇ ਉਹਨਾਂ ਦੇ ਉਥਾਨ ਦੇ ਲਈ ਪੰਜਾਬ ਸਰਕਾਰ ਵੱਲੋਂ ਕੀ ਕਦਮ ਉਠਾਏ ਗਏ? ਦੇਖੋ ਉਹਨਾਂ ਵਾਸਤੇ ਜੋ ਮੁੱਖ ਤੌਰ ਤੇ ਹੈ ਇੱਕ ਤਾਂ ਹੈ ਸ਼ਗਨ ਸਕੀਮ। ਸ਼ਗਨ ਸਕੀਮ ਦਾ ਮਤਲਬ ਇਹ ਹੈਗਾ ਕਿ ਦਲਿਤ ਵਰਗਾਂ ਦੇ ਜਿਹੜੇ ਬੱਚੀਆਂ ਹੈਗੀਆਂ ਉਹਨਾਂ ਦੇ ਵਿਆਹ ਦੇ ਉੱਤੇ 15,000 ਰੁਪਇਆ ਸ਼ਗਨ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਉਸ ਤੋਂ ਇਲਾਵਾ ਜਿਹੜੇ ਬੱਚੇ ਜਿਹੜੇ ਵਧੀਆ ਪੜ੍ਹਦੇ ਹੈਗੇ ਆ ਉਹਨਾਂ ਵਾਸਤੇ ਵਜ਼ੀਫੇ ਦਿੱਤੇ ਜਾਂਦੇ ਆ। ਉਸ ਤੋਂ ਇਲਾਵਾ ਪੈਨਸ਼ਨ ਸਕੀਮ ਜਿਹੜੀ ਹੈਗੀ ਆ ਉਹ ਵੀ ਸ਼ੁਰੂ ਕੀਤੀ ਗਈ ਹੈ ਤਾਂ ਕਿ ਜਿਹੜੀ ਜਿਹੜਾ ਹਰ ਇੱਕ ਜਿਹੜਾ ਹੈਗਾ ਬੁਢਾਪਾ ਪੈਨਸ਼ਨ ਹੈ ਜਾਂ ਅਪੰਗ ਪੈਨਸ਼ਨ ਹੈਗੀ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਹੁਣ ਪੰਜਾਬ ਸਰਕਾਰ ਨੇ ਇਹ ਨਵੇਂ ਜਿਹੜਾ ਅਸੀਂ
मैनीफेस्टो लिया है पहला 250 रुपए देते थे 600 रुपया महीना दिता जाना है और दलतों वास्ते खास तौर पर पहला 200 यूनिट जो दिते जाते फ्री हूँ 250 यूनिट जो है बिजली के फ्री दिते जाते हैं दलतों वास्ते जी इस वेले साढ़े न एक कॉलर जुड़ चुके ने असि उस कॉलर न करते हैं गलते जानते हैं ओर जी अपने गिल साहब होनी गरेवाल साहब होनी खेरा साहब होनी चलो इन्हां च सिर्फ गरेवाल साहब दे कुछ कमेंट चंगे लगे जिहड़ी गल मन्नण वाली सी बाकी जिहड़ी गल सी कि बादल साहब दी सारी पैरवाई कर रहे ने सारी बादल साहब चंगे ने गल अही माड़ा बादल साहब नूं नहीं कह रहे पर गल है कि जेड़ा सिस्टम है उन्हूं किदां तुसीं चला रहे जे अज सारे सिख जे जागे ने भाई राजोवाणा दे कहण ते तुसीं छेती ना अकाल तख्त वल्लों हुकम जारी करवाता आप जाके तुसीं प्रेसिडेंट नूं मिल आए कि पहलों तुसीं की सुते सी पहलों आप जी की करदे सी अज अज सारे पैरवे थले आए तुहानूं अपना फिक्र पै गया कि छेती ना कुछ गल होनी संगत ने भड़क जाणा है खेरा साहब उन्होंने बड़ा बखूबी नाल पुलिस दा पक्ष पूरता छेती ना जे शरारती अंसर सी तो फिर उन्होंने लुकाफर तुम क्यों कहते अपने लोगों से गोले चला रहे शरारती अंसर से अपने उन्होंने लुकाफर कर रहे अपने सिंह से गोले चला रहे जी बहुत वधिया सवाल वीर जी तुसी कीता तुहाडे ज़हन दे विच जो सवाल आया असी उहदी सराहना करदे हां असी बिल्कुल तुहाडे सवाल नूं लैके चलांगे गरेवाल साहब तक ते बैठे हुए पैनल दे विच असी तुहाडे सवाल नूं जरूर रखांगे इन्हां दा कहना है कि क्यों असी बार बार बादल साहब की खुशामद करदे पए हां जदकि बाहरले मुल्कां दे विच लोक साफ तौर ते देख रहे ने कि पंजाब दे विच की हो रहा है मीडिया के दौरान देख रहे ने चैनलों के दौरान देख रहे ने कि किस तरह का माहौल हो रहा है कितने गोली चल रही है कितने कुछ हो रहा है फिर भी असी मौजूदा तौर पर जो मुखी ने बादल साहब उन्होंने होंदे हुए भी यह सब कुछ हो रहा है एज ए बीइंग सिख सिख होने के बावजूद भी एक सिख उपर ही अत्याचार हो रहा है इस सब सवाल नूं साडी संगत पुछना चाहती है की कहना चाहोगे सरदार साहब ने बहुत सोहना सवाल किया बाकी जिहड़े कई सवाल है उन्होंने आपां बहुत बार डिस्कस कर चुके हैं इस संबंध च मैं समझदा कि बार बार ना दोहराया जाए जिहड़ी गल इन्होंने की है कि समय आउण ते ही आपां उहदे बारे झंडा चुकदे हैं बिल्कुल बखूबी गल है मैं तुहाडी इस विचार नाल सहमत हाँ हो सकदा जिथे बाकी सारियां संस्थावां भी इस गल दे विच अपनी ऊणता रखदियां ने ते मैं समझदा कि असीं भी हो सकदा इस दे गल दे विच होइए क्योंकि जदों साडे दे उत्ते बिल्कुल सिर दे उत्ते आके गल खड़ जांदी है उदों असीं इस गल नूं चुकदे हां पर इह गल मैं बिल्कुल ठीक समझदा तुहाडी कि इस बारे सानूं सिखां नूं इकजुट होना चाहीदा इहदा कारण भी मैं तां ही इही दस रिहा इहदे पिछे भी इहो ही कारण है कि ठीक है राजनीतिक तौर ते साडे बहुत सारे विचार वक्खो वक्खरे हो सकदे आ कोई ऐसी गल नहीं एक घर दे अंदर वक्खरे वक्खरे तरहां दे विचार दे लोक हुंदे आ पर फिर भी उह घर दे विच रहिंदे आ मैं ये गल कहनी चाहुंदा कि सियासी तौर पर हर बंदे दे आपो अपने विचार ने सो पर इहदी विच मैं ये गल कहनी चाहुंदा जिहड़ी गल मैं पहला जिक्र कीता सी कि जिहड़ी गल दी फिक्रमंदी कीती सी कि इसका हल किवें हो सकदा इसका हल यही हो सकदा कि साडे कोल इक संस्था ऐसी होवे जिहड़ी संस्था हमेशा सिखां दे उन्हां मामलों बारे फिक्रमंद होवे ते उह संस्था साडे कोल है श्री अकाल तख्त साहब सो पिछले दिनों दे विच अकाल तख्त साहब नूं डिगण दे वास्ते उसदे कंसैप्ट नूं गंधला करन दे वास्ते बहुत सारे सिख पहरावे विच लोक ने जिन्हां ने इस तरह दी गल्लां कीतियां पर अज साडे कोल इह मौका आ गया मैं समझदा कि जे पिछले समय विच सिख लीडरशिप दे अंदर इह घाट रही है कि असीं सिखां ते आउण वालियां आफतां नूं जो सिर ते आ जांदी है उदों उहदे लई वास्ते तुरदे हां पहलां क्यों नहीं तुरदे सो इहदा हल इहो ही आ मैं सरदार साहब दी विचार नाल सहमत हाँ ते मैं चाहांगा कि अगां तों इस गल बारे विचार कीती जावे पर इह फलीभूत तां ही होएगी जे साडे कोल इक संस्था मजबूत होवे जिहड़ी साडी लीडरशिप नूं इस गल लई गां तोरन वास्ते जिहड़ा कि इह वचनबद्ध करे जिवें अकाल तख्त साहब ने हुण हुक्म दे के समुची लीडरशिप नूं वक्खो वक्ख थाईआं दी ड्यूटियां लाईआं इह तद ही हो सकेगा जे आउण वाले समें दे अंदर असीं इकजुट होवांगे जी गरेवाल साहब तुसीं बहुत वधिया तरीके दे नाल दस्सिया है कि किस तरह अकाल तख्त साहिब ते किस तरह श्रोमणी गुरुद्वारा प्रबंधक कमेटी सिखां दे उत्थान दे लई सामने आ रही है फिलहाल साडे नाल इक कॉलर जुड़ चुके ने असीं लैणे आ उहनां दी कॉल जी हेलो वाहेगुरु जी का खालसा वाहेगुरु जी की फतेह जी जी गुरु फतेह प्रवान वीर जी हुकम जी हाँ जी मैं पवित्र सिंह लंदन तो बोल रहा जी मेरा एक सिंपल जिहा क्वेश्चन आ जी वो क्वेश्चन ये आ कि भाई डड्डूवाल जी ते होर अपने सिख कौम दे लीडर जी अरेस्ट किते गए ने जी
ਤੇ ਉਹ ਕਿਉਂ ਕੀਤੇ ਗਏ ਨੇ ਤੇ ਉਹਨਾਂ ਨੂੰ ਕਦੋਂ ਰਿਲੀਜ਼ ਕਰ ਰਹੇ ਨੇ? ਜੀ ਬਹੁਤ ਵਧੀਆ ਸਵਾਲ ਵੀਰ ਜੀ ਤੁਸੀਂ ਕੀਤਾ ਹੈ, ਅਸੀਂ ਤੁਹਾਡਾ ਸਵਾਲ ਜ਼ਰੂਰ ਰੱਖਾਂਗੇ। ਇਹਨਾਂ ਦਾ ਪੁੱਛਣਾ ਹੈ ਕਿ ਸੰਤ ਦਾਦੂਵਾਲ ਸਾਹਿਬ ਤੇ ਹੋਰ ਜਿਹੜੇ ਪੰਥਕ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਕਦੋਂ ਰਿਹਾਅ ਕਰਨਗੇ? ਸਰਪ੍ਰੀਤ ਸਿੰਘ ਜੀ, ਗੱਲ ਇਹ ਆ ਵੀ ਸਰਸਿਮਰਜੀਤ ਸਿੰਘ ਮਾਨ ਉਹਨਾਂ ਤਾਂ ਰਿਹਾਅ ਕਰ ਦਿੱਤਾ ਗਿਆ। ਜਿਵੇਂ ਗਰੇਵਾਲ ਸਾਹਿਬ ਨੇ ਦੱਸਿਆ ਸੀ ਵੀ ਉਹ ਪ੍ਰਸ਼ਾਸਨ ਦਾ ਜੋ ਥੋੜ੍ਹਾ ਬਹੁਤ ਜੋ ਉਹਨਾਂ ਨੇ ਦੇਖਣਾ ਹੁੰਦਾ ਲਾਅ ਐਂਡ ਆਰਡਰ ਨੂੰ, ਉਹਦੇ ਮੁਤਾਬਕ ਕਿਉਂਕਿ ਖਦਸ਼ੇ ਨੂੰ ਦੇਖਦਿਆਂ ਹੋਇਆ ਉਹਨਾਂ ਨੂੰ ਥੋੜ੍ਹੇ ਚਿਰ ਵਾਸਤੇ ਇੱਕ ਹਾਊਸ ਅਰੈਸਟ ਕੀਤਾ ਸੀ। ਸੋ ਮਾਨ ਸਾਹਿਬ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ, ਹੋ ਸਕਦਾ ਅੱਜ ਉਹਨਾਂ ਨੂੰ ਵੀ ਦਾਦੂਵਾਲ ਸਾਹਿਬ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੋਊਗਾ। ਸੋ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈ, ਕਿਉਂਕਿ ਪੰਥਕ ਜਥੇਬੰਦੀਆਂ ਜਿਹੜੀਆਂ ਉਹ ਜੇ ਇਕਮੁੱਠ ਹੋ ਕੇ ਚੱਲਣ ਤਾਂ ਇਹੋ ਜਿਹੀ ਗੱਲ ਦੀ ਨੌਬਤ ਨਹੀਂ ਆਉਂਦੀ, ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਆਦੇਸ਼ ਦਿੱਤਾ ਸੀਗਾ ਕੁਛ ਜਥੇਬੰਦੀਆਂ ਉਸ ਦੇ ਮੁਤਾਬਕ ਨਹੀਂ ਚੱਲੀਆਂ। ਮੈਂ ਇਹਦੇ ਵਿੱਚ ਕਹਿਣ 'ਚ ਕੋਈ ਗਰੇਜ਼ ਨਹੀਂ ਕਰੂੰਗਾ। ਜਿਵੇਂ ਗਰੇਵਾਲ ਸਾਹਿਬ ਨੇ ਦੱਸਿਆ ਵੀ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਾਂ ਮਜ਼ਬੂਤ ਕਰੀਏ, ਤਕੜਾ ਕਰੀਏ, ਤਾਂ ਇਹੋ ਜਿਹੀਆਂ ਗੱਲਾਂ ਦੀ ਆਪਾਂ ਨੂੰ ਸਰਪ੍ਰੀਤ ਸਿੰਘ ਜੀ ਨੌਬਤ ਨਹੀਂ ਆਊਗੀ। ਜੀ ਗਿੱਲ ਸਾਹਿਬ, ਇਸ ਵੇਲੇ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਅਸੀਂ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੇਰੇ ਦੋ ਸਵਾਲ ਨੇ ਆਪਣੇ ਇੱਕ SGPC ਵਾਸਤੇ ਤੇ ਪੰਜਾਬ ਸਰਕਾਰ ਵਾਸਤੇ। ਆਪਣੇ ਇੱਥੇ ਗਰੇਵਾਲ ਸਾਹਿਬ ਨੇ ਪਹਿਲਾਂ ਜੋ ਗੱਲ ਕੀਤੀ ਹੈ, ਹੈਲੋ, ਹਾਂਜੀ ਹਾਂਜੀ ਬਿਲਕੁਲ ਜੀ, ਸਵਾਲ ਪੁੱਛੋ ਤੁਹਾਡੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰ, ਦੋ ਸਵਾਲ ਨੇ ਜੀ। ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ, ਅਸੀਂ ਦੁਬਾਰਾ ਤੁਹਾਡੀ ਕਾਲ ਲੈਂਦੇ ਹਾਂ। ਤਦ ਤੱਕ ਅਸੀਂ ਗਿੱਲ ਸਾਹਿਬ ਤੋਂ ਇੱਕ ਸਵਾਲ ਕਰਦੇ ਹਾਂ, ਜੋ ਕਿ ਸਾਡੇ UK ਤੇ ਯੂਰਪ ਦੀ ਸੰਗਤ ਉਚੇਚੇ ਤੌਰ ਤੇ ਪੁੱਛਣਾ ਚਾਹੁੰਦੀ ਹੈ। ਇੱਕ ਸਮਾਂ ਸੀ ਜਦੋਂ ਹਰਿਆਣੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਨਪਣ ਦਾ ਸਿਲਸਿਲਾ ਸੀ ਜਿਹੜਾ ਉਹ ਸਾਹਮਣੇ ਆਇਆ। ਉਹਨਾਂ ਨੇ SGPC ਦੇ ਉੱਪਰ ਆਰੋਪ ਲਾਇਆ ਸੀ ਕਿ ਇਹ ਸਾਡੇ ਪੈਸੇ ਖਾ ਜਾਂਦੇ ਨੇ ਤੇ ਇਹ ਸਾਨੂੰ ਕੁਛ ਨਹੀਂ ਦਿੰਦੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਬਾਰੇ ਜੀ, ਇਹ ਮਸਲਾ ਜਿਹੜਾ ਇਹ ਸਾਰਾ ਸੈਂਟਰ ਸਰਕਾਰ ਦੀ ਸ਼ਹਿ ਦੇ ਉੱਤੇ ਔਰ ਹਰਿਆਣਾ ਸਰਕਾਰ ਦੀ ਸ਼ਹਿ ਦੇ ਉੱਤੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 11 ਮੈਂਬਰ ਹਰਿਆਣੇ 'ਚੋਂ ਚੁਣ ਕੇ ਆਏ ਸੀ ਔਰ ਉਹਨਾਂ ਨੂੰ ਸਿੱਖ ਪੰਥ ਨੇ ਚੁਣ ਕੇ ਭੇਜਿਆ ਸੀ ਔਰ ਉਹਨਾਂ ਨੇ ਇੱਥੇ ਆ ਕੇ ਜੋ ਰੋਲ ਅਦਾ ਕੀਤਾ ਉਹ ਕੋਈ ਬੜਾ ਵਧੀਆ ਨਹੀਂ ਕੀਤਾ ਔਰ ਉਹਨਾਂ ਨੂੰ ਸੈਂਟਰ ਸਰਕਾਰ ਹਮੇਸ਼ਾ ਹੀ ਇਹ ਚਾਹੁੰਦੀ ਹੈ। ਅੱਜ ਵੀ ਉਹੀ ਮਸਲਾ ਮੁੱਦਾ ਜਿਹੜਾ ਤੁਸੀਂ ਗਰੇਵਾਲ ਸਾਹਿਬ ਨੂੰ ਪੁੱਛਿਆ ਸੀ ਸਾਹਿਤ ਧਾਰੀਆਂ ਵਾਲਾ, ਉੱਥੇ ਹੀ ਗੱਲ ਖੜੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਇੱਕ ਸੰਸਥਾ ਹੈ ਜਿਹਨੂੰ ਕਿ ਸੈਂਟਰ ਜਿਹੜਾ ਕਮਜ਼ੋਰ ਕਰਨਾ ਚਾਹੁੰਦਾ, ਕਿਉਂਕਿ ਜੇ ਰਾਜੋਆਣਾ ਸਾਹਿਬ ਦੀ ਫਾਂਸੀ ਦੀ ਗੱਲ ਹੋਈ ਤਾਂ ਸ਼੍ਰੋਮਣੀ ਕਮੇਟੀ ਅੱਗੇ ਆਈ, ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਹੋਈ ਤਾਂ ਸ਼੍ਰੋਮਣੀ ਕਮੇਟੀ ਅੱਗੇ ਆਈ। ਸੋ ਉਸ ਨੂੰ ਕਮਜ਼ੋਰ ਕਰਨ ਵਾਸਤੇ ਹਰਿਆਣਾ ਵਾਲਿਆਂ ਨੇ ਇੱਕ ਚਾਲ ਚੱਲੀ ਔਰ ਉੱਥੇ 1,00,000 ਐਫੀਡੈਵਿਟ ਸਿੱਖਾਂ ਤੋਂ ਲਏ ਗਏ, ਪਤਾ ਨਹੀਂ ਉਹ ਜਾਲੀ ਲਏ ਗਏ ਜਾਂ ਸਾਈਨ ਕਰਾਏ ਗਏ। ਉੱਥੇ ਇੱਕ ਚੱਠਾ ਸਾਹਿਬ ਆ ਜਿਹੜੇ ਹੁਣ ਖਜ਼ਾਨਾ ਮੰਤਰੀ ਆ, ਉਹਨਾਂ 'ਤੇ ਆਧਾਰਿਤ ਇੱਕ ਕਮੇਟੀ ਬਣਾ ਦਿੱਤੀ ਗਈ ਵੀ ਇਹ ਫੈਸਲਾ ਕਰੂਗੀ ਇਸ ਹਰਿਆਣਾ ਦੀ ਕਮੇਟੀ ਨੂੰ ਅਲੱਗ ਬਣਾਉਣ ਦਾ ਔਰ ਉਹਨਾਂ ਨੇ ਇਹ ਵਿਚਾਰਾਂ ਬਣਾ ਕੇ ਉਹ ਚਾਹੁੰਦੇ ਸੀ ਵੀ ਕੋਈ ਇਲਜ਼ਾਮ ਲਾਓ ਪੈਸੇ ਲੈ ਜਾਂਦੇ ਆ। ਔਰ ਮੈਂ ਦੱਸਣਾ ਚਾਹੁੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਨਾਲੋਂ ਵੱਧ ਪੈਸਾ ਜਿਹੜਾ ਹੈ ਉਹ ਹਰਿਆਣੇ ਦੇ ਵਿੱਚ ਖਰਚ ਕੀਤਾ। ਉੱਥੇ ਸਕੂਲ ਖੋਲ੍ਹੇ ਔਰ ਉੱਥੇ ਇੱਕ ਮੀਰੀ ਪੀਰੀ ਮੈਡੀਕਲ ਕਾਲਜ ਜਿਹੜਾ ਬਹੁਤ ਵੱਡੇ ਬਜਟ ਦੇ ਨਾਲ ਬਣਾਇਆ ਗਿਆ ਔਰ ਉਹਨੂੰ ਹਰਿਆਣਾ ਸਰਕਾਰ ਹੁਣ ਜਿਹੜੀ ਆ ਉਹਨੂੰ ਮਨਜ਼ੂਰੀ ਨਹੀਂ ਦੇ ਰਹੀ ਚਲਾਉਣ ਦੀ, ਇਸੇ ਕਰਕੇ। ਅਜੀ ਗਿੱਲ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ। ਔਰ ਇੱਕ ਮੈਂ ਮਾੜਾ ਜਿਹਾ ਹੋਰ ਦੱਸਣਾ ਚਾਹੁੰਦਾ ਵੀ ਉਹ ਜਿਹੜੇ 11 ਮੈਂਬਰ 'ਚੋਂ 4 ਸਾਡੇ ਸੀ, 7 ਦੂਜੇ ਸੀ, 7 ਦੇ 7 ਚੋਣ ਹਾਰ ਗਏ ਇਸ ਚੋਣ ਦੇ ਵਿੱਚ। ਅਜੀ ਗਿੱਲ ਸਾਹਿਬ, ਸਾਡੇ ਕੋਲ ਸਮੇਂ ਦੀ ਘਾਟ ਹੈ ਜਿਸ ਕਾਰਨ ਅਸੀਂ ਤੁਹਾਡੇ ਸ਼ਬਦਾਂ ਨੂੰ ਵਿਰਾਮ ਦਿੰਦੇ ਹਾਂ। ਇਸ ਵੇਲੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਲਾਸਟ ਕਾਲਰ ਜਿਹੜੇ ਨੇ ਉਹ ਜੁੜ ਚੁੱਕੇ ਨੇ, ਅਸੀਂ ਉਹਨਾਂ ਦੇ ਸਵਾਲ ਸੁਣਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਜੀ ਲੰਗਰ ਤੋਂ ਬੋਲ ਰਿਹਾ, ਮੇਰਾ ਨਾਮ ਸੁਖਜੀਤ ਸਿੰਘ ਹੈ ਜੀ। ਹਾਂਜੀ ਹਾਂਜੀ, ਮੇਰੇ ਦੋ ਸਵਾਲ ਆ। ਪਹਿਲਾਂ ਤਾਂ ਮੈਂ
कहना चाहना है कि जिहड़ी अकाली दल की सरकार आई आ बहुत चंगा होया कि अकाली दल की सरकार आई आ, असी कोई माड़ा नहीं कहिंदे, इहनूं तुसी मिसअंडरस्टैंड ना करो जी। सानू कांग्रेस की सरकार नालों अकाली दल की सरकार आनी बहुत बेहतर आ लोंग टर्म लई, और असी ये वेलकम करते हैं। पर एट द सेम टाइम जिहड़ी कंस्ट्रक्टिव क्रिटिसिजम आ वो भी करना बनिया है, और इस दे विच दो तीन सवाल मैं पूछने आ, वो ये आ कि जिहड़े चौरासी दे विच अपने सिंह शहीद हुए आ, चौरासी तो 15 साल बाद ही सारे पंजाब दे विच लगातार सिंह शहीद होंदे रहे आ, उन्हां दी कोई गिनती की ना SGP च ने कीती आ ना ओह अपने अकाली दल ने कीती आ। फिर जेड़े निशान सिंह 84 दे घल्लूघारे दे अटैक दे निशान सिंह वो एक ब्योतबंदी दे नाल सारे मिटाए गया, परफेक्ट जिहड़ी कट ते दो चार गोंजे दे निशान आ, बाकी उत्थे किते लैके नहीं लाया। मेरे सिंह शहीद होए ते सिंघां ने किदां अपनी जान दीआं अहुतियां दित्तियां, कोई उत्थे उहनां दी यादगार नहीं बनाई। बस फिर हुण आपां जिदां पंजाबी दे विच पंजाब दे विच पंजाबी लागू करन ते भी असीं बहुत अवेस होए आ। मैनू पता लगा कि पंजाब रोड दे उत्तियां बसां दे विच आम बस अड्डियां दे उत्ते आम रेलवे अड्डियां दे उत्ते सारा हिंदी का पसारा हो रहा है। जी ठीक है जी, ठीक है, असीं ये बेनती करदे हां तुसीं अपनी पंजाबी जबान बारे पंजाबी मां बोली बारे पंजाब दे हितां बारे ਤੁਸੀਂ ਜਰਾ ਜਾਗਰੂਕ ਰਹੋ, ਕਿਉਂਕਿ ਬਾਹਰ ਬੈਠੇ ਸਾਨੂੰ ਅਸੀਂ ਜ਼ਿਆਦਾ ਜਾਗਰੂਕ ਆ, ਤਾਂ ਸਾਨੂੰ ਪ੍ਰੈਸ਼ਨ ਪੁੱਛਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਸਵਾਲ ਜਿਹੜੇ ਕੀਤੇ ਨੇ ਵੀਰ ਜੀ, ਇਹ ਪੁੱਛਣਾ ਚਾਹੁੰਦੇ ਨੇ ਕਿ 1984 ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਨੇ ਜਾਂ ਪਿਛਲੇ 15 ਸਾਲਾਂ ਤੋਂ ਜੋ ਸਿੰਘ ਸ਼ਹੀਦ ਹੁੰਦੇ ਆ ਰਹੇ ਨੇ, ਉਹਨਾਂ ਦੀ ਗਿਣਤੀ SGPC ਨੇ ਜਾਂ ਬਾਦਲ ਸਰਕਾਰ ਨੇ ਕੀਤੀ ਹੈ? ਭਾਈ ਸਾਹਿਬ, ਪਹਿਲਾਂ ਤਾਂ ਮੈਂ ਜਿਹੜੇ ਸਿੰਘ ਸਾਹਿਬ ਨੇ ਸਵਾਲ ਕੀਤਾ ਹੈ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਨੂੰ ਚੰਗਾ ਕਿਹਾ, ਔਰ ਇਹ ਬਹੁਤ ਵੱਡੀ ਗੱਲ ਹੈ ਵੀ ਇਹਨਾਂ ਨੇ ਚੰਗਾ ਤਾਂ ਕਿਹਾ। ਔਰ ਜਿਹੜੀ ਇਹ ਗਿਣਤੀ ਹੈ ਕੋਈ ਇੱਕ ਵਾਰ ਨਹੀਂ ਹੋਈ ਹੈ, ਬਹੁਤ ਵਾਰ ਹੋ ਚੁੱਕੀ ਹੈ। ਮੈਂ ਸਰਦਾਰ ਸਾਹਿਬ, ਤੁਸੀਂ ਬਾਹਰ ਰਹਿੰਦੇ ਹੋ, ਬਾਹਰ ਦਾ ਮੀਡੀਆ ਜਿਵੇਂ ਖਹਿਰਾ ਸਾਹਿਬ ਨੇ ਦੱਸਿਆ ਵੀ ਬਹੁਤ ਤੇਜ਼ ਹੈ, ਸ਼੍ਰੋਮਣੀ ਕਮੇਟੀ ਨੇ ਵੀ ਕੀਤੀ ਹੈ, ਪੰਜਾਬ ਸਰਕਾਰ ਨੇ ਵੀ ਕੀਤੀ ਹੈ, ਔਰ ਸਿੱਖਾਂ ਨੇ ਵੀ ਕੀਤੀ ਹੈ ਆਪ, ਔਰ ਗਿਣਤੀ ਬਹੁਤ ਵਾਰ ਹੋ ਚੁੱਕੀ ਹੈ ਉਹ। ਔਰ ਜਿਹੜੀ ਯਾਦਗਾਰ ਦੀ ਗੱਲ ਹੈ, ਉਹ ਜਿਹੜੀ ਅਟੈਕ ਹੋਇਆ ਦਰਬਾਰ ਸਾਹਿਬ ਦੇ ਉੱਤੇ, ਉਹਦੀ ਯਾਦਗਾਰ ਬਣਾਉਣ ਵਾਸਤੇ ਸਾਰੀਆਂ ਸਿੱਖ ਜਥੇਬੰਦੀਆਂ, ਦਮਦਮੀ ਟਕਸਾਲ, ਸ਼੍ਰੋਮਣੀ ਕਮੇਟੀ, ਇੱਕ ਉਹਨਾਂ ਨੇ ਫੈਸਲਾ ਕੀਤਾ ਯਾਦਗਾਰ ਬਣਾਉਣ ਦਾ, ਔਰ ਇਹ ਯਾਦਗਾਰ ਜਲਦੀ ਹੀ ਬਣਾਈ ਜਾਊਗੀ। ਸੋ ਇਹ ਜਿਹੜੀ ਗਿਣਤੀ ਹੈ ਇਹ ਬਹੁਤ ਵਾਰ ਇਹਦੀ ਹੋ ਚੁੱਕੀ ਹੈ, ਔਰ ਹੁਣ ਤਾਂ ਜਿਹੜਾ ਆਪਾਂ ਇਹ ਕਹੋ ਵੀ ਜਿਹੜਾ ਫੈਸਲਾ ਜਿਹੜੀ ਸੈਂਟਰ ਸਰਕਾਰ ਜਿਹੜੀ ਨਹੀਂ ਕਰਦੀ ਉਹਨੂੰ ਆਪਾਂ, ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਮੇਰੇ ਵੀਰਾਂ ਨੇ ਸਵਾਲ ਕੀਤੇ ਉਹਨਾਂ ਦੇ ਕੋਈ ਸਵਾਲ ਨਹੀਂ ਕੀਤਾ ਇੱਕ ਵਾਰੀ ਵੀ ਸੈਂਟਰ ਸਰਕਾਰ ਤੇ। ਜੀ ਗਿੱਲ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਸਾਰੇ ਸਵਾਲਾਂ ਦੇ ਵਿੱਚ ਸੈਂਟਰ ਸਰਕਾਰ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆਈ। ਮੈਂ ਇਸ ਵਕਤ ਪੁੱਛਣਾ ਚਾਹਾਂਗਾ ਗਰੇਵਾਲ ਸਾਹਿਬ ਨੂੰ ਕਿ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਨੇ, SGPC ਦੇ ਮੈਂਬਰ ਨੇ ਮੌਜੂਦਾ ਜਗਰਾਓਂ ਤੇ, ਗੱਲਬਾਤ ਚੱਲ ਰਹੀ ਹੈ ਅਕਾਲ ਤਖ਼ਤ ਸਾਹਿਬ ਦੀ ਯਾਦਗਾਰ ਨੂੰ ਲੈ ਕੇ ਜਾਂ 84 ਦੇ ਵਿੱਚ ਜੋ ਸ਼੍ਰੀ ਦਰਬਾਰ ਸਾਹਿਬ ਉੱਪਰ ਅਟੈਕ ਹੋਏ ਉਹਨਾਂ ਦੀ ਯਾਦਗਾਰ ਨੂੰ ਲੈ ਕੇ, ਜਿਵੇਂ ਵੀਰ ਜੀ ਨੇ ਸਵਾਲ ਕੀਤਾ ਸੀਗਾ ਕਿ ਸਾਡੀ ਮਾਂ ਬੋਲੀ ਤੇ ਸੱਭਿਆਚਾਰ ਦੇ ਅਦਬ ਨੂੰ ਬਚਾਉਣ ਦੇ ਲਈ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਨੇ SGPC ਵੱਲੋਂ? ਯਾਦਗਾਰ ਦੇ ਸੰਬੰਧ ਦੇ ਵਿੱਚ ਗਿੱਲ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਕਮੇਟੀ ਬਣ ਚੁੱਕੀ ਹੈ ਜਿਹਦੇ ਵਿੱਚ ਸਾਰੀਆਂ ਹੀ ਸੰਸਥਾਵਾਂ ਦਾ ਇਹ ਫੈਸਲਾ ਹੋ ਚੁੱਕਿਆ, ਸਿਰਫ ਉਹਦੇ ਬਾਰੇ ਦੇ ਵਿੱਚ ਇਹ ਵਿਚਾਰ ਕੀਤੀ ਜਾ ਰਹੀ ਹੈ ਕਿ ਯਾਦਗਾਰ ਕਿਸ ਥਾਂ ਤੇ ਅਤੇ ਕਿਸ ਤਰ੍ਹਾਂ ਦੀ ਬਣਾਈ ਜਾਵੇ, ਕਿਉਂਕਿ ਜਿਹੜੇ ਉਸ ਸਮੇਂ ਦੇ ਸ਼ਹੀਦ ਨੇ ਸਾਡੇ ਕੌਮੀ ਸ਼ਹੀਦ ਹੈ ਅਤੇ ਉਹ ਸਾਡੀ ਵਿਰਾਸਤ ਨੇ, ਉਹਨਾਂ ਦੀ ਯਾਦਗਾਰ ਬਿਲਕੁਲ ਬਖੂਬੀ ਹੋਣੀ ਚਾਹੀਦੀ ਹੈ। ਜਿਹੜੀ
कि साढ़े आने वाली सदियों साढ़े उस इतिहास में ज्यौदा रखेगी। जिहड़ी पंजाबी की गल की है ये बहुत चंगी गल है। बाहर दे बैठे साढ़े भरा क्योंकि अपनी बोली है जिहड़ी ये बोली साढ़े होंद साड़ी जिहड़ा जिहड़ा वखरापण साढ़े नवेकलेपण की ते साड़ी पछाण का एक हिस्सा वा। सो बोली दे बारे बिल्कुल खास ध्यान रखना चाहिए। तो मैनू ये गल याद है कि पिछले समय के अंदर जिहड़ी सहु चुकी मैं देखिया कि सहु चुकी कलेर साहब ने भी सहु चुकी तो उदों भावें कि किसी पार्टी के नाल मेरे जिहड़े विचारधारक जिहड़े कई तरह के मतभेद हो सकते हैं पर बीजेपी के जिहड़े आगू सी उन्होंने भी पंजाब की जिहड़े सहु चुकी मंत्री तौर पर पंजाबी चुकी। पिछले समय कुछ मंत्री सी जिन्होंने हिंदी या संस्कृत की गल की तो मैनू इस गल की खुशी हुई मैं वधाई दी कि जे इन सारिया ने पंजाबी एडा वड्डा माण दिता तो आने वाले समय के बिल्कुल जरूरी है कि ये पंजाबी जिहड़ी है साडी सत्कारक भाषा बनी रहेगी। जी गरेवाल साहब इत्थे साडे नाल एक होर कॉलर जुड़ चुके हैं क्योंकि इस प्रोग्राम की जो दृष्टि की अगर गल करिए पूरे यूके ते यूरोप दे विच लोग इस नूं बड़ी उत्सुकता दे नाल वेख रहे हैं। असीं लास्ट कॉल की गल की सी पर एक कॉल होर आ गई है क्योंकि साडे व्यूअर्स बड़ी उत्सुकता दे नाल टीवी दे उपर बैठे ने वो कुछ गल करना चाहते हैं। जी हाँ जी भाई खालसा फतेह जी गुरु फतेह परवान है जी हुक्म जी भाई खालसा फतेह जी वाहिगुरु जी का खालसा वाहिगुरु जी की फतेह जी। भाई साहब जी मैं अपने खैरा साहब ने कुछ सवाल पूछना चाहना है जी। जेड़ा इन्होंने कहा कि भी 1976 ਦੇ ਵਿੱਚ ਜੋ ਵੀ ਨਿਰੰਕਾਰੀ ਕਾਂਡ ਹੋਇਆ ਜਾਂ ਫਿਰ ਵੀ ਆਪਾਂ ਬੀਜੇਪੀ ਦੇ ਨਾਲ ਰਲ ਕੇ ਆਪਣਾ ਚੱਲਣਾ ਹੀ ਪੈਣਾ ਹੈ ਜੀ ਇਹ ਕੀ ਸਿੱਧ ਕਰਨਾ ਚਾਹੁੰਦੇ देखो एक गल मैं दसनी चाहना कि सिख मुद्दे राजनीति दो वखो वखरियां गल्लां ने जिथे सिख मुद्दियां दी गल आउंदी आ असीं पूरी आस करदे आ कि श्रोमणी अकाली दल उहनां दे नाल डट के चले जिथे उहनां दे राज दी गल आ उत्थे उहनां दे अपने वखरे विचार हो सकदे आ ते जिहड़ी गल इहनां ने कीती आ कि सानूं इस गल दा खतरा बई साडी जिहड़ी सिख कौम दा जिहड़ा कि असीं खात्मा हो जाऊगा असीं केंद्र नाल बणा के चलीए बिल्कुल भावें कि खैरा साहब बहुत स्याणे सूझवान ने उहनां दे अपने विचार हो सकदे ने। मैं इह गल तुहानूं स्पष्ट कर देनी चाहुंदा क्योंकि इस गल का किसी तरह का साढ़े दिमाग से कोई असर नहीं कि सिखां दा जिहड़ा कोई जिहड़ा नसलकुशी होजूगी जां होर होजूगी। सिख कौम ते सिख धर्म एक वखरा नवेकला सिधांत है जिस सिधांत ने दुनिया के सारे जिहड़े कि धर्मां दे लोकां दे विच सत्कार बनाया ते जबर दे जुल्म दे खिलाफ लड़ाई लड़न वाली कौम है ते सर्व जिहड़ी सरबत दे भले की गल करन वाली कौम है। इस दा नाश कोई भी पार्टी भावे कोई भी क्यों ना होवे नहीं कर सकती पर एक गल है कि असी संघर्ष विचों लंघ रहे हैं असी अपने सिद्धांत नूं अगे लैके जा रहे हैं उस दे राह विच रुकावटां आउणियां अवश्य है। सो ये जिहड़ा जिहड़ा कुछ साडे कोल विरासत है इस नूं चोर डाकू पैणगे मिलावट करन की कोशिश करनगे क्योंकि समें दीआं जिहड़ियां जिहड़े निजाम हुंदे आ उह निजाम इन्हां तों डरदे हुंदे ने सो इस करके साढ़े ते हमले भी करते हैं। सो हमला साढ़े ते अज का नहीं हुंदा हमला गुरु साहिबान के समय तो हुंदा आ रहा सो उन्हां हमलों का असीं जवाब देना इतिहास ता ही सिरजा जा सकता सो असीं